ਦੋਸਤੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ एवरीवन ਜੀ ਸਤਿ ਸ਼੍ਰੀ ਅਕਾਲ ਸਭ ਨੂੰ ਅੱਜ 29 ਜੁਲਾਈ 2021 ਦੇ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਮੈਂ ਹਰ ਰੋਜ਼ ਦੀ ਤਰ੍ਹਾਂ ਉਮੀਦ ਕਰਦੇ ਹਾਂ ਕਿ ਤੁਹਾਡੀ ਤਿਆਰੀ ਬਹੁਤ ਚੰਗੀ ਚੱਲ ਰਹੀ ਹੋਵੇਗੀ ਅਤੇ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਹੈਲਥ ਵੀ ਬਹੁਤ ਚੰਗੀ ਹੋਵੇਗੀ ਤਾਂ ਦੋਸਤੋ ਕਲਾਸ ਦੀ ਸ਼ੁਰੂਆਤ ਕਰਦੇ ਹਾਂ ਲੇਕਿਨ ਉਸ ਤੋਂ ਪਹਿਲਾਂ 올 ਕਲੀਅਰ ਲਿਖ ਕੇ ਦੱਸ ਦਿਵੋ ਕਿ ਮੇਰੀ ਆਵਾਜ਼ ਅਤੇ ਮੇਰੀ ਪਿਕਚਰ ਤੁਹਾਨੂੰ ਕਲੀਅਰ ਆ ਰਹੀ ਹੈ 올 ਕਲੀਅਰ ਲਿਖ ਸਕਦੇ ਹੋ ਨਾਲੀ ਨਾਲ ਦੋਸਤੋ ਹਰ ਰੋਜ਼ ਜੋ ਤੁਸੀਂ ਮੇਰੀ ਕਲਾਸ ਲਗਾਉਣੀ ਹੈ ਲੇਕਿਨ ਉਸ ਤੋਂ ਪਹਿਲਾਂ ਸਟਾਰਟ ਕਰਨ ਤੋਂ ਪਹਿਲਾਂ ਜੋ ਤਿੰਨ ਚਾਰ ਮਿੰਟ ਮੈਂ ਥੋੜੀ ਕਲਾਸ ਦੇਖਦਾ ਬੜਾ ਇੰਟਰਸਟਿੰਗ ਹੈ ਕਾਫੀ ਸਾਰੇ ਜੋ ਸਟੂਡੈਂਟਸ ਨੇ ਇੱਕ ਦੂਜੇ ਨੂੰ ਜਾਣਨ ਲੱਗ ਗਏ ਨੇ ਚੰਗੀ ਗੱਲ ਹੈ ਜੀ ਬਾਰਿਸ਼ ਦੀਆਂ ਗੱਲਾਂ ਹੋ ਰਹੀਆਂ ਨੇ ਤਲਵੰਡੀ ਸਾਬੋ ਵੀ ਮੀਂਹ ਪੈ ਰਿਹਾ ਜਸਪਾਲ ਨੇ ਦੱਸਿਆ ਅਤੇ ਕੋਈ ਅਮਨਦੀਪ ਕਹਿ ਰਹੇ ਨੇ ਕਿ ਜੇ ਚਿੱਕੜ ਬਹੁਤ ਹੋ ਚੁੱਕਿਆ ਤਾਂ ਕਿ لیکن دوستو بڑا انٹرسٹنگ لگدا ہے کہ ਤੁਸੀਂ ہر روز 10:00 ਵਜੇ ਦਾ ਇੱਕ ਟਾਈਮ ਹੈ ਇੱਥੇ ਆ ਕੇ ਮਿਲਦੇ ਹੋ ਅਤੇ ਇਸੇ ਤਰੀਕੇ ਨਾਲ ਹੈ ماحول ਬੰਦ ਹੈ پڑھائی ਦਾ ਇਹ ਵੀ ਇੱਕ ਬੈਟਰ چیز ਹੈ ਅਤੇ ਨਾਲ ਹੀ ਨਾਲ دوستو کلاس ਦੀ ਸ਼ੁਰੂਆਤ ਕਰਦੇ ਆ ਸ਼ੁਰੂਆਤ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਜੋ ਆਪਣਾ ਇਹ ਸੈਸ਼ਨ ਹੈ ਸਾਰੇ ਹੀ ਪੰਜਾਬ ਨੂੰ ਤੁਸੀਂ ਇਨਵਾਈਟ ਕਰ ਦਿਓ ਸੈਸ਼ਨ ਨੂੰ ਸ਼ੇਅਰ ਕਰ ਦਿਓ ਅਤੇ ਜਿਨ੍ਹਾਂ ਬੱਚਿਆਂ ਨੇ ਅਜੇ ਲਾਈਕ ਨਹੀਂ ਕੀਤਾ ਉਹ ਲਾਈਕ ਵੀ ਕਰ ਦਿਓ ਤਾਂ ਕਿ ਦੋਸਤੋ ਆਪਣਾ ਇਹ ਜੋ ਸੈਸ਼ਨ ਹੈ ਹਰੇਕ ਜੋ ਹੈ ਪੰਜਾਬੀ ਤੱਕ ਹੈ ਹਰੇਕ ਉਹ ਸਟੂਡੈਂਟ ਤੱਕ ਜੋ ਪੜਨਾ ਚਾਹੁੰਦਾ ਹੈ ਉੱਥੋਂ ਤੱਕ ਇਹ ਪਹੁੰਚ ਸਕੇ ਜੀ ਤਾਂ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ एवरीवन ਤਾਂ ਦੋਸਤੋ ਸਭ ਤੋਂ ਪਹਿਲਾਂ ਜੋ ਹੈ ਅੱਜ ਦਾ ਦੋਸਤੋ ਜੋ ਵਿਚਾਰ ਹੈ ਥਾਟ ਆਫ ਦਾ ਡੇ ਹੈ ਠੀਕ ਹੈ ਬੜਾ ਇੰਟਰਸਟਿੰਗ ਹੈ ਦੋਸਤੋ ਐਲਬਰਟ ਆਇੰਸਟਾਈਨ ਦਾ ਇਹ ਥਾਟ ਹੈ ਖੁਸ਼ਹਾਲ ਜ਼ਿੰਦਗੀ ਜਿਉਣਾ ਲਈ ਕਿਸੇ ਬੰਦੇ ਜਾਂ ਚੀਜ਼ ਨਾਲ ਜੁੜਨ ਦੀ بجائے ਆਪਣਾ ਮਕਸਦ ਤੈਅ ਕਰੋ ਤਾਂ ਦੋਸਤੋ ਇੱਕ ਹੁੰਦੀ ਹੈ ਟੈਂਪਰੇਰੀ ਖੁਸ਼ੀ ਟੈਂਪਰੇਰੀ ਜੋ ਹੈ ਥੋੜੀ ਸੈਟੀਸਫੈਕਸ਼ਨ ਇੱਕ ਹੁੰਦੀ ਹੈ ਪਰਮਾਨੈਂਟ ਜੋ ਤੁਸੀਂ ਪੂਰੀ ਜ਼ਿੰਦਗੀ ਲਈ ਤੁਹਾਡੇ ਨਾਲ ਰਹਿੰਦੀ ਹੈ ਅਤੇ ਦੋਸਤੋ ਪੂਰੀ ਜ਼ਿੰਦਗੀ ਤੁਸੀਂ ਉਸ ਤੋਂ ਸੈਟੀਸਫਾਈਡ ਰਹਿੰਦੇ ਹੋ ਤਾਂ ਇੱਥੇ ਦੋਸਤੋ ਉਹ ਜੋ ਸੈਟੀਸਫੈਕਸ਼ਨ ਲਈ ਇਸ ਵਿਚਾਰ ਦੇ ਵਿੱਚ ਐਲਬਰਟ ਆਇਨਸਟਾਈਨ ਕਹਿੰਦਾ ਹੈ ਕਿ ਕਿਸੇ ਵੀ ਟੈਂਪਰੇਰੀ ਚੀਜ਼ ਨਾਲ ਜਾਂ ਟੈਂਪਰੇਰੀ ਇਨਸਾਨ ਨਾਲ ਨਾ ਜੁੜੋ ਠੀਕ ਹੈ ਇੱਥੇ ਦੋਸਤੋ ਜੋ ਹੈ ਇੱਥੇ ਜੇ ਇਸ ਨੂੰ ਆਪਾਂ ਆਪਣੀ ਲਾਈਫ ਨਾਲ ਜੋੜੀਏ ਜਾਂ ਆਪਾਂ ਆਪਣੇ ਐਗਜ਼ਾਮਸ ਨਾਲ ਜੋੜੀਏ ਤਾਂ ਇਹੀ ਇਸ ਦਾ ਹੈ ਕਿ ਜੋ ਵੀ ਰੁਕਾਵਟਾਂ ਸਾਡੇ ਅਤੇ ਸਾਡੇ ਮਕਸਦ ਦੇ ਵਿਚਾਰ ਆਉਂਦੀਆਂ ਨੇ ਤਾਂ ਦੋਸਤੋ ਹੋ ਸਕਦਾ ਹੈ ਉਸ ਤੁਹਾਨੂੰ ਜੋ ਹੈ ਖੁਸ਼ੀ ਦੇਣ ਲੇਕਿਨ ਉਹ ਖੁਸ਼ੀ ਬਿਲਕੁਲ ਟੈਂਪਰੇਰੀ ਹੁੰਦੀ ਹੈ ਜੋ ਪਰਮਾਨੈਂਟ ਜੋ ਸੈਟੀਸਫੈਕਸ਼ਨ ਹੈ ਉਹ ਤੁਹਾਨੂੰ ਦੋਸਤੋ ਹੈ ਤੁਹਾਡੀ ਮੰਜ਼ਿਲ ਤੱਕ ਹੈ ਪੌਂਚਰ ਨਾਲ ਹੀ ਮਿਲੇਗੀ ਜੀ ਤਾਂ ਦੋਸਤੋ ਇਸ ਖੂਬਸੂਰਤ ਜਿਹੇ ਵਿਚਾਰ ਨਾਲ ਹੈ ਅੱਜ ਸਟਾਰਟ ਕਰਦੇ ਹਾਂ ਆ ਸਾਡਾ ਕਰੰਟ ਅਫੇਅਰ ਦਾ ਸੈਸ਼ਨ ਉਸ ਤੋਂ ਪਹਿਲਾਂ ਦੋਸਤੋ ਸਾਡੇ ਪਟਵਾਰੀ ਦੇ ਜੋ ਬੈਚਸ ਚੱਲ ਰਹੇ ਨੇ ਕੋਆਪਰੇਟਿਵ ਦੇ ਬੈਚ ਚੱਲ ਰਹੇ ਨੇ ਅਤੇ ਪੰਜਾਬ ਪੁਲਿਸ ਦੇ ਜੋ ਬੈਚ ਚੱਲ ਰਹੇ ਨੇ ਉਹਨਾਂ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਅਤੇ ਦੋਸਤੋ ਉਹ ਜੋ ਐਗਜ਼ਾਮਸ ਕਿਉਂਕਿ ਨਜ਼ਦੀਕ ਆ ਰਹੇ ਨੇ ਜਲਦੀ ਨਾਲ ਤੁਸੀਂ ਐਡਮਿਸ਼ਨ ਲੈ ਕੇ ਦੋਸਤੋ ਆਪਣੀ ਤਿਆਰੀ ਨੂੰ ਹੋਰ ਜ਼ਿਆਦਾ ਬੈਟਰ ਕਰ ਸਕਦੇ ਹਾਂ ਜੀ ਤਾਂ ਦੋਸਤੋ ਸਭ ਤੋਂ ਪਹਿਲਾਂ ਜੋ ਹੈ ਅਸੀਂ 올림픽ਸ ਦੀ ਗੱਲ ਕਰ ਲਈਏ 올림픽ਸ ਦੇ ਵਿੱਚ ਦੋਸਤੋ ਤੁਹਾਨੂੰ ਪਤਾ ਹੈ ਕਿ ਫਿਲਹਾਲ ਤਾਂ ਜੀ ਸਾਡਾ ਜੋ ਹੈ ਇੱਕ ਹੀ ਮੈਡਲ ਹੈ ਜੀ ਠੀਕ ਹੈ ਤਾਂ ਮੀਰਾ ਬਾਈ ਚਾਨੂੰ ਜੀ ਵਾਪਸ ਆ ਚੁੱਕੇ ਨੇ ਹਿੰਦੁਸਤਾਨ ਮੈਡਲ ਲੈ ਕੇ ਅਤੇ ਬਹੁਤ ਵੱਡੇ ਲੈਵਲ ਦੇ ਉੱਪਰ ਉਹਨਾਂ ਦਾ ਜੋ ਹੈ ਦੋਸਤੋ ਵੈਲਕਮ ਹੋਇਆ ਇੰਦਰ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੇ ਅਤੇ ਦੋਸਤੋ ਕੱਲ ਦੀ ਤਰ੍ਹਾਂ ਜਪਾਨ ਹਜੇ ਵੀ ਨੰਬਰ 1 ਪੋਜੀਸ਼ਨ ਹੈ ਉਸਨੇ ਬਰਕਰਾਰ ਰੱਖੀ ਹੈ ਕੱਲ 10 골ਡ ਮੈਡਲ ਸੀ ਹੁਣ 13 골ਡ ਮੈਡਲ ਦੋਸਤੋ ਅਤੇ ਟੋਟਲ 22 ਮੈਡਲਸ ਨਾਲ ਹੈ ਹਜੇ ਵੀ ਜਪਾਨ ਹੈ ਇਸ ਨੂੰ ਹੈ ਟੌਪ ਕਰ ਰਿਹਾ ਹੈ ਇਸ ਤੋਂ ਇਲਾਵਾ ਦੋਸਤੋ ਅੱਜ ਜੋ ਉਮੀਦ ਹੈ ਕਾਫੀ ਪਲੇਅਸ ਤੋਂ ਉਮੀਦ ਹੈ ਜਿਵੇਂ ਇੱਕ ਆਰਚਰੀਜ਼ ਦੇ ਵਿੱਚ ਦੋਸਤੋ ਮੁਕਾਬਲਾ ਹੈ ਇੰਡੀਆ ਦੀ ਅਤਾਨੂ ਦਾ ਬੈਡਮਿੰਟਨ ਦੇ ਵਿੱਚ ਹੈ ਪੀਵੀ ਸਿੰਧੂ ਦਾ ਮੈਚ ਹੈ ਦੋਸਤੋ ਬੌਕਸਿੰਗ ਦੇ ਵਿੱਚ ਸतीश ਕੁਮਾਰ ਦਾ ਅਤੇ ਮੈਰੀਕੋਮ ਦੋਨਾਂ ਦਾ ਮੈਚ ਹੈ ਦੋਸਤੋ 골ਫ ਦੇ ਵਿੱਚ ਨਿਰਬਨ ਲਹਿਰੀ ਦਾ ਮੈਚ ਹੈ ਦੋਸਤੋ ਫਿਰ hockey ਦੇ ਵਿੱਚ ਜੋ ਹੈ ਸਪੇਨ ਨੂੰ ਹਰਾਉਣ ਤੋਂ ਬਾਅਦ ਅਰਜنٹინა ਨਾਲ ਹੈ ਲੜੇਗੀ ਇੰਡੀਅਨ ਟੀਮ ਫਿਰ ਸੇਲਿੰਗ ਰੋਇੰਗ ਸ਼ੂਟਿੰਗ ਬਹੁਤ سارے ਜੋ ਗੇਮਸ ਦੇ ਵਿੱਚ ਅੱਜ ਬੜੇ ਮਹੱਤਵਪੂਰਨ ਮੁਕਾਬਲੇ ਨੇ ਉਮੀਦ ਕਰਾਂਗੇ ਕਿ ਇਹਨਾਂ ਦੇ ਵਿੱਚ ਹੈ ਭਾਰਤੀ ਦੀ ਟੀਮ ਜਿੱਤ ਕੇ ਜੋ ਹੈ ਜੋ ਇੱਕ ਨਾ ਕੋਈ ਜੋ ਮੈਡਲ ਹੈ ਜ਼ਰੂਰ ਲੈ ਕੇ ਆਵੇਗੀ ਅਸੀਂ 골ਡ ਮੈਡਲ ਦੀ ਹੀ ਉਮੀਦ ਕਰਾਂਗੇ ਦੋਸਤੋ ਇਹ ਜੋ ਲਿਸਟ ਦੇਣ ਦਾ ਮਕਸਦ ਇਹ ਵੀ ਹੈ ਕਿ ਤੁਹਾਨੂੰ ਪਤਾ ਵੀ ਲੱਗ ਸਕੇ ਕਿ ਕਿਸ ਪਲੇਅਰ ਨਾਲ ਕਿਹੜਾ ਜੋ ਪਲੇਅਰ ਹੈ ਜੁੜਿਆ ਹੋਇਆ ਹੈ ਕਿਸ ਗੇਮ ਨਾਲ ਕਿਹੜਾ ਪਲੇਅਰ ਤਾਂ ਤੁਸੀਂ ਇੱਕ ਵਾਰ ਇਸ ਨੂੰ ਰੀਡ ਆਊਟ ਜ਼ਰੂਰ ਕਰ ਲੈਣਾ ਜੀ ਠੀਕ ਹੈ ਫਿਰ ਦੋਸਤੋ ਅੱਗੇ ਅਗਲਾ ਜੋ ਸਾਡਾ ਸੈਕਸ਼ਨ ਹੈ ਜੀ ਠੀਕ ਹੈ ਤਾਂ ਦੋਸਤੋ ਕਿਉਂਕਿ ਇਹ 올림픽ਸ ਦਾ ਇੱਕ ਨਵਾਂ ਸੈਕਸ਼ਨ ਬਣ ਗਿਆ ਉਸ ਤੋਂ ਬਾਅਦ ਅਸੀਂ ਟਰਬਿਊਨ ਦੀਆਂ ਅੱਜ ਮੁੱਖ-ਮੁੱਖ ਖਬਰਾਂ ਦੇਖਾਂਗੇ ਕਿ ਮੁੱਖ-ਮੁੱਖ ਖੀਲ ਖਬਰਾਂ ਨੇ ਟਰਬਿਊਨ ਦੀਆਂ ਕੀ ਕਹਿੰਦੇ ਜੀ ਉਸ ਤੋਂ ਪਹਿਲਾਂ ਜੋ ਵੀ ਦੋਸਤ ਆਏ ਹੋਏ ਨੇ ਅੱਜ ਲਾਈਕਸ ਬੜੇ ਘੱਟ ਦਿਖ ਰਹੇ ਨੇ ਬੱਚੇ ਆ ਚੁੱਕੇ ਨੇ ਸਵਾ ਸੋ ਤੋਂ ਜ਼ਿਆਦਾ ਲੇਕਿਨ ਲਾਈਕਸ ਬੜੇ ਘੱਟ ਨੇ ਲਾਈਕ ਜ਼ਰੂਰ ਕਰ ਦਿਓ ਦੋਸਤੋ ਅਤੇ ਇਸ ਨੂੰ ਅੱਗੇ ਤੋਂ ਅੱਗੇ ਦੁਬਾਰਾ ਸ਼ੇਅਰ ਕਰ ਦਿਓ ਜੀ ਐਡਮਿਟ ਕਾਰਡ ਹਜੇ ਨਹੀਂ ਆਏ ਬੱਚੇ ਉਹ ਉਮੀਦ ਕਰਦੇ ਆ ਦੋ ਚਾਰ ਦਿਨਾਂ ਦੇ ਵਿੱਚ ਐਡਮਿਟ ਕਾਰਡ ਹੋਣੇ ਸਟਾਰਟ ਹੋ ਜਾਣਗੇ ਜੀ ਠੀਕ ਹੈ ਤਾਂ ਜੀ ਰਜਿੰਦਰ ਸਿੰਘ ਕਹਿ ਰਹੇ ਨੇ ਮੈਸੇਜ ਦੇਖਿਆ ਸੀ ਮੇਰਾ ਆਈ ਥਿੰਕ ਕਿਸੇ ਸਟੂਡੈਂਟ ਨੂੰ ਹੀ ਕਹਿ ਰਹੇ ਨੇ ਮੈਨੂੰ ਤਾਂ ਨਹੀਂ ਕਹਿ ਰਹੇ ਹੋਣੇ ਤਾਂ ਉਸ ਤੋਂ ਬਾਅਦ ਸਟੂਡੈਂਟਸ ਜੋ ਨੈਕਸਟ ਜੋ ਹੈ ਸਭ ਤੋਂ ਪਹਿਲਾਂ ਜੋ ਖਬਰ ਹੈ ਉਹ ਹੈ ਜੀ ਜੋ ਯੂ ਐਸ ਏ ਦੇ ਫੋਰਨ ਅਫੇਅਰ ਮਿਨਿਸਟਰ ਨੇ ਦੋਸਤੋ ਇੰਡੀਆ ਦੇ ਵਿੱਚ ਅਸੀਂ ਫੋਰਨ ਅਫੇਅਰ ਮਿਨਿਸਟਰ ਕਹਿ ਦਿੰਦੇ ਆ ਉੱਥੇ ਦੋਸਤੋ ਬੋਲ ਦਿੰਦੇ ਨੇ ਸੈਕਟਰੀ ਆਫ ਸਟੇਟ ਠੀਕ ਹੈ ਜੀ ਸੈਕਟਰੀ ਆਫ ਸਟੇਟ ਅਤੇ ਦੋਸਤੋ ਯੂਐਸਏ ਦੇ ਸੈਕਟਰੀ ਆਫ ਸਟੇਟ ਦਾ ਜੋ ਨਾਮ ਹੈ ਉਹ ਹੈ ਜੀ ਐਂਟੋਨੀ ਬਲਿੰਕਰ ਠੀਕ ਹੈ ਯਾਦ ਰੱਖਣਾ ਸਾਡੇ ਲਈ ਇੰਪੋਰਟੈਂਟ ਹੋ ਸਕਦਾ ਹੈ ਠੀਕ ਹੈ ਤਾਂ ਦੋਸਤੋ ਇੰਡੀਆ ਦੇ ਵਿੱਚ ਆਏ ਨੇ ਰਿਲੇਸ਼ਨਸ਼ਿਪਸ ਨੂੰ ਬੈਟਰ ਕਰਨ ਆਏ ਨੇ ਠੀਕ ਹੈ ਅਤੇ ਇਸ ਤੋਂ ਇਲਾਵਾ ਜੋ ਹੈ ਇੰਡੀਆ ਅਤੇ ਜੋ ਯੂਐਸ ਵਿਚਕਾਰ ਦੋਸਤੋ ਹੋਰ ਵੀ ਜੋ ਕਈ ਸਮਝੌਤੇ ਨੇ ਇਸ ਦੌਰੇ ਦੇ ਦੌਰਾਨ ਹੈ ਦੋਸਤੋ ਹੋਏ ਸਾਡੇ ਲਈ ਕੀ ਇੰਪੋਰਟੈਂਟ ਹੈ ਸਾਡੇ ਐਗਜ਼ਾਮਸ ਲਈ ਕੀ ਇੰਪੋਰਟੈਂਟ ਹੈ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿੱਤਾ ਕਿ ਯੂਐਸਏ ਦੇ ਸੈਕਟਰੀ ਆਫ ਸਟੇਟ ਨੇ ਦੋਸਤੋ ਜਿਨ੍ਹਾਂ ਦਾ ਨਾਮ ਹੈ ਐਂਟਰੀ ਬਲਿੰਕਰ ਦੂਸਰਾ ਇਹਨਾਂ ਨੇ ਦੋਸਤੋ ਹੈ ਸਾਨੂੰ 25 ਮਿਲੀਅਨ 25 ਮਿਲੀਅਨ ਯੂਐਸ ਡਾਲਰ ਦੀ ਅਸਿਸਟੈਂਸ ਦਿੱਤੀ ਹੈ ਤਾਂ ਕਿ ਜੋ ਵੈਕਸੀਨੇਸ਼ਨ ਐਫਰਟ ਹੈ ਸਾਡਾ ਉਸ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲ ਸਕੇ ਅਤੇ ਜਲਦੀ ਤੋਂ ਹੈ ਪੂਰਾ ਦਾ ਪੂਰਾ ਜੋ ਭਾਰਤ ਹੈ ਉਹ ਟੋਟਲੀ ਵੈਕਸੀਨੇਟਡ ਹੋ ਜਾਏ ਇਸ ਤੋਂ ਇਲਾਵਾ ਦੋਸਤੋ ਬੜੀ ਇੰਪੋਰਟੈਂਟ ਚੀਜ਼ ਹੈ ਕਿ ਜੋ ਦলাই ਲਾਮਾ ਨੂੰ ਹੀ ਦੋਸਤੋ ਇਹ ਮਿਲੇ ਅਤੇ ਉੱਥੇ ਉਹਨਾਂ ਨਾਲ ਮਿਲ ਕੇ ਦੋਸਤੋ ਉਹਨਾਂ ਨੂੰ ਹੈ ਜੋ ਹਰ ਇੱਕ ਤਰ੍ਹਾਂ ਦੀ ਜੋ ਸਹਾਇਤਾ ਦੇਣ ਦੀ ਹੈ ਇਹਨਾਂ ਨੇ ਆਸ਼ਵਾਸ਼ਣ ਦਿੱਤਾ ਹੈ ਦলাই ਲਾਮਾ ਨੂੰ ਇੱਥੇ ਦੋਸਤੋ ਇਹ ਮੈਂ ਜ਼ਰੂਰ ਦੱਸ ਦਵਾਂ ਕਿ ਜੋ ਦলাই ਲਾਮਾ ਨੇ ਪੋਲਿਟੀਕਲ ਅਤੇ ਸਪਿਰਚੁਅਲ ਗੁਰੂ ਨੇ ਤਿੱਬਤੀ ਅੰਸ ਦੀ ਦੋਸਤੋ ਤਿੱਬਤ ਤਿੱਬਤ ਦੋਸਤੋ ਉਹ ਦੇਸ਼ ਜਿਸ ਦੇ ਉੱਪਰ ਚਾਈਨਾ ਨੇ 1959 ਦੇ ਉੱਪਰ ਕਬਜ਼ਾ ਕਰ ਲਿਆ ਸੀ ਅਤੇ ਦੋਸਤੋ ਉਸ ਵਕਤ ਤੋਂ ਦਲਾਈ ਲਾਮਾ ਅਤੇ ਬਹੁਤ ਸਾਰੇ ਤਬੇਤੀਅਨਸ ਇੰਡੀਆ ਦੇ ਵਿੱਚ ਧਰਮਸ਼ਾਲਾ ਕੋਲ ਜੋ ਇੱਕ ਸ਼ਹਿਰ ਹੈ ਮਕਲੋਡਗੰਜ ਤਾਂ ਮਕਲੋਡਗੰਜ ਦੇ ਵਿੱਚ ਦੋਸਤੋ ਰਹਿੰਦੇ ਨੇ ਤਾਂ ਦੋਸਤੋ ਜੋ ਹੈ ਇਸ ਸਾਲ ਜਦੋਂ ਦਲਾਈ ਲਾਮਾ ਜੀ ਦਾ ਬਰਥਡੇ ਸੀ ਤਾਂ ਉਸ ਵੇਲੇ ਵੀ ਸਾਡੇ ਨਰਿੰਦਰ ਮੋਦੀ ਜੀ ਨੇ ਦਲਾਈ ਲਾਮਾ ਨੂੰ ਵਿਸ਼ ਕੀਤਾ ਸੀ ਜੋ ਕਦੇ ਵੀ ਚਾਈਨਾ ਨੂੰ ਪਸੰਦ ਨਹੀਂ ਆਉਂਦਾ ਜਦੋਂ ਵੀ ਕੋਈ ਅੰਤਰਰਾਸ਼ਟਰੀ ਨੇਤਾ ਦਲਾਈ ਲਾਮਾ ਨੂੰ ਮਿਲਦਾ ਹੈ ਜਾਂ ਉਸ ਨੂੰ ਵਿਸ਼ ਕਰਦਾ ਹੈ ਕਿਸੇ ਵੀ ਵਜ੍ਹਾ ਨਾਲ ਤਾਂ ਚਾਈਨਾ ਨੂੰ ਕਿਤੇ ਨਾ ਕਿਤੇ ਦੋਸਤੋ ਇਹ ਜ਼ਰੂਰ ਹੈ ਜੋ ਹੈ ਖਟਕਦਾ ਹੈ ਤਾਂ ਇਹ ਜੋ ਯੂ ایس ਹੈ ਯੂ ایس ਦੀ ਜੋ ਸਟਰੈਟਜੀ ਬਿਲਕੁਲ ਕਲੀਅਰ ਹੈ ਕਿ ਇੱਕ ਐਂਟੀ ਚਾਈਨਾ ਸਾਊਥ ਏਸ਼ੀਆ ਦੇ ਵਿੱਚ ਇਹ ਮਾਹੌਲ ਬਣਾਇਆ ਜਾਵੇ ਅਤੇ ਦੋਸਤੋ ਆਲਰੇਡੀ ਤੁਸੀਂ ਕੁਝ ਦਿਨ ਪਹਿਲਾਂ ਦੇਖਿਆ ਹੋਵੇਗਾ ਕਿ ਅਫਗਾਨਿਸਤਾਨ ਦੇ ਵਿੱਚ ਵੀ ਪੀਸ ਬਹਾਲ ਕਰਨ ਲਈ ਹੈ ਅਫਗਾਨਿਸਤਾਨ ਨੇ ਹੈ ਪਾਕਿਸਤਾਨ ਅਫਗਾਨਿਸਤਾਨ ਅਤੇ ਦੋਸਤੋ ਉਜ਼ਬੇਕਿਸਤਾਨ ਨਾਲ ਹੈ ਉੱਥੇ ਇੱਕ ਕੁਆਡ ਵੀ ਬਣਾਇਆ ਤਾਂ ਕਿ ਚਾਈਨਾ ਜਾਂ ਤਾਲੀਬਾਨਸ ਦੀ ਜੋ ਉੱਥੇ ਐਂਟਰੀ ਹੈ ਉਸ ਨੂੰ ਹੈ ਸਟ੍ਰਿਕ ਕੀਤਾ ਜਾਵੇ ਰੋਕਿਆ ਜਾ ਸਕੇ ਲੇਕਿਨ ਦੋਸਤੋ ਫਿਲਹਾਲ ਇਹ ਮਿਲੇ ਨੇ ਠੀਕ ਹੈ ਮੈਂ ਉਮੀਦ ਕਰਦਾ ਅਸੀਂ ਹਰ ਰੋਜ਼ ਕਰਦੇ ਹਾਂ ਦਲਾਈ ਲਾਮਾ ਦੀ ਆਟੋਬਾਇਓਗ੍ਰਾਫੀ ਜੇ ਕਿਸੇ ਬੱਚੇ ਨੂੰ ਯਾਦ ਹੈ ਤਾਂ ਜ਼ਰੂਰ ਦੱਸੋ ਠੀਕ ਹੈ ਜੀ ਕਿ ਉਹਨਾਂ ਦੀ ਆਟੋ ਬਾਇਓਗ੍ਰਾਫੀ ਦਾ ਨਾਮ ਕੀ ਹੈ ਠੀਕ ਹੈ ਹਰ ਰੋਜ਼ ਹੈ ਆਪਾਂ ਇਸ ਪੀਪੀ ਦੇ ਵਿੱਚ ਪੜਦੇ ਆ ਇਸ ਤੋਂ ਇਲਾਵਾ ਦੋਸਤੋ ਹੈ ਸਿਕਿਉਰਿਟੀ ਨਾਲ ਇਸ਼ੂਜ਼ ਹੈ ਜੀ ਦਿਵਾਲ ਜੀ ਨਾਲ ਵੀ ਇਹਨਾਂ ਨੇ ਜੋ ਹੈ ਡਿਸਕਸ ਕੀਤੇ ਨੇ ਅਤੇ ਦੋਸਤੋ ਅਫਗਾਨਿਸਤਾਨ ਦੀ ਜੋ ਚਰਚਾ ਹੈ ਉਹ ਮੁੱਖ ਮੁੱਦਾ ਸੀ ਕਿ ਅਫਗਾਨਿਸਤਾਨ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਸ ਤਰ੍ਹਾਂ ਹੈ ਸ਼ਾਂਤੀ ਬਹਾਲੀ ਕੀਤੀ ਜਾ ਸਕਦੀ ਹੈ ਦੋਸਤੋ ਬੜੀ ਇੰਟਰਸਟਿੰਗ ਗੱਲ ਹੈ ਕਿ ਜਦੋਂ ਅਸੀਂ ਕੁਆਡ ਦੀ ਗੱਲ ਕਰਦੇ ਹਾਂ ਠੀਕ ਹੈ ਮੈਂ ਉਮੀਦ ਕਰਦਾ ਹਾਂ ਦੋਸਤੋ ਦੋ ਕੁਆਡਸ ਦੀ ਗੱਲ ਹੁੰਦੀ ਹੈ ਇੱਕ ਤਾਂ ਇਕਨੋਮਿਕ ਕੋਆਪਰੇਸ਼ਨ ਹੈ ਕਿ ਮਤਲਬ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੋਸਤੋ ਇੱਕ ਤਾਂ ਕੁਆਡ ਬਣਿਆ ਸੀ ਜਿਸ ਦੇ ਵਿੱਚ ਇੰਡੀਆ ਸੀ ਜਾਪਾਨ ਸੀ ਆਸਟ੍ਰੇਲੀਆ ਸੀ ਯੂਐਸਏ ਸੀ ਦੂਜਾ ਕੁਆਡ ਦੋਸਤੋ ਯੂਐਸਏ ਨੇ ਬਣਾਇਆ ਹੈ ਰੀਸੈਂਟਲੀ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਜੋ 31 ਅਗਸਤ ਨੂੰ ਜੋ ਅਮਰੀਕਾ ਦੀਆਂ ਜੋ ਫੋਰਸਸ ਨੇ ਵಾಪਸ ਅਫਗਾਨਿਸਤਾਨ ਤੋਂ ਅਮਰੀਕਾ ਜਾ ਰਹੀਆਂ ਨੇ ਅਤੇ ਉੱਥੇ ਸ਼ਾਂਤੀ ਬਹਾਲੀ ਰਹਿ ਸਕੇ ਇਸ ਕਰਕੇ ਉਹਨਾਂ ਨੇ ਯੂਐਸ ਪਾਕਿਸਤਾਨ ਅਫਗਾਨਿਸਤਾਨ ਅਤੇ ਉਜ਼ਬੇਕਿਸਤਾਨ ਨਾਲ ਇੱਕ ਕੁਆਡ ਬਣਾਇਆ ਤਾਂ ਕਿ ਸ਼ਾਂਤੀ ਬਹਾਲੀ ਕੀਤੀ ਜਾ ਸਕੇ ਦੋਸਤੋ ਇਹ ਜੋ ਸ਼ਾਂਤੀ ਬਹਾਲੀ ਹੈ ਕਿਸ ਦੇ ਅਗੇਂਸਟ ਹੈ ਕੀਤੀ ਜਾਵੇ ਕੌਣ ਹੈ ਉੱਥੇ ਟੈਰਰਿਜ਼ਮ ਹੈ ਫੈਲਾ ਸਕਦਾ ਹੈ ਤਾਂ ਦੋਸਤੋ ਸਾਰੀ ਦੁਨੀਆ ਨੂੰ ਪਤਾ ਹੈ ਕਿ ਟੈਰਰਿਜ਼ਮ ਜੋ ਫੈਲਾ ਸਕਦਾ ਹੈ ਉੱਥੇ ਤਾਲੀਬਾਨ ਹੈ ਟੈਰਰਿਜ਼ਮ ਫੈਲਾ ਸਕਦਾ ਹੈ ਤਾਂ ਦੋਸਤੋ ਅੱਜ ਇੱਕ ਹੋਰ ਨਿਊਜ਼ ਸੀ ਬੜੀ ਇੰਟਰਸਟਿੰਗ ਠੀਕ ਹੈ ਬੜੀ ਹੈਰਾਨੀ ਹੋਏਗੀ ਦੋਸਤੋ ਇਹ ਖਬਰ ਸੀ ਕੀ ਜੋ ਤਾਲੀਬਾਨ ਦੇ ਜੋ ਟਾਪ ਲੀਡਰ ਨੇ ਜੀ ਤਾਲੀਬਾਨ ਦੇ ਜੋ ਟਾਪ ਲੀਡਰ ਨੇ ਜਿਨ੍ਹਾਂ ਦਾ ਨਾਮ ਹੈ ਦੋਸਤੋ ਮੁੱਲਾ ਅਬਦੁਲ ਗਹਾਨੀ ਮੁੱਲਾ ਅਬਦੁਲ ਗਹਾਨੀ ਇਹ ਕੱਲ ਦੋਸਤੋ ਜੋ ਹੈ ਚਾਈਨਾ ਪਹੁੰਚ ਗਏ ਠੀਕ ਹੈ ਕਿਤੇ ਵੀ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਖਬਰ ਨਹੀਂ ਸੀ ਅਚਾਨਕ ਤੋਂ ਠੀਕ ਹੈ ਦੋਸਤੋ ਮੀਡੀਆ ਨੂੰ ਪਤਾ ਲੱਗ ਗਿਆ ਕਿ ਇਹ ਜੋ ਲੀਡਰ ਨੇ ਅਤੇ ਚਾਈਨਾ ਪਹੁੰਚੇ ਨੇ ਅਤੇ ਦੋਸਤੋ ਚਾਈਨਾ ਦੇ ਵਿੱਚ ਜਾ ਕੇ ਉੱਥੋਂ ਦੇ ਜੋ ਟਾਪ ਡੈਲੀਗੇਟਸ ਨੂੰ ਚਾਈਨਾ ਦੇ ਫੋਰਨ ਮਿਨਿਸਟਰ ਨੇ ਜੋ ਯੰਗ ਇਨੋ ਮਿਲੇ ਨੇ ਅਤੇ ਦੋਸਤੋ ਦੋਨਾਂ ਨੇ ਮਿਲ ਕੇ ਸਮਝੌਤਾ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਇਹ ਜੋ ਸ਼ਾਂਤੀ ਬਹਾਲੀ ਰੱਖਣਗੇ ਦੋਸਤੋ ਅਤੇ ਇਹ ਦੋਸਤੋ ਇੱਥੇ ਇੱਕ ਹੋਰ ਜੋ ਵਰਡ ਮੈਂ ਦੱਸਣਾ ਚਾਹਾਂਗਾ ਈਟੀਆਈਐਮ ਈਟੀਆਈਐਮ ਦੇ ਅਗੇਂਸਟ ਠੀਕ ਹੈ ਦੋਸਤੋ ਈਟੀਆਈਐਮ ਹੁਣ ਕੀ ਹੈ ਠੀਕ ਹੈ ਉਸ ਦੇ ਅਗੇਂਸਟ ਜੋ ਟੈਰੋਰੀਜ਼ਮ ਉੱਥੇ ਫੈਲਾ ਰਿਹਾ ਹੈ ਉਸ ਦੇ ਅਗੇਂਸਟ ਦੋਨੋਂ ਮਿਲ ਕੇ ਹੈ ਲੜਨਗੇ ਤਾਂ ਦੋਸਤੋ ਇੱਕ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਜੀ ਜਦੋਂ ਕੁੱਤੀ ਚੋਰ ਨਾਲ ਰਲ ਜਾਂਦੀ ਹੈ ਤਾਂ ਦੋਸਤੋ ਫਿਰ ਉਸ ਘਰ ਦਾ ਕੋਈ ਰਖਵਾਲਾ ਨਹੀਂ ਹੋ ਸਕਦਾ ਤਾਂ ਦੋਸਤੋ ਤੁਸੀਂ ਇੱਕ taraf ਦੇਖੋ ਕਿ ਅਫਗਾਨਿਸਤਾਨ ਦੇ ਵਿੱਚ ਜੋ ਹੈ ਇੰਡੀਆ ਸ਼ਾਂਤੀ ਜ਼ਰੂਰ ਚਾਹੁੰਦੇ ਲੇਕਿਨ ਇੰਡੀਆ ਦਾ ਜੋ ਰੋਲ ਹੈ ਬੜਾ ਲਿਮਟਡ ਹੈ यूएसए दोस्तों चाहा है कि ਸਾਡੀਆਂ ਫੋਰਸਸ ਉਥੋਂ ਜਾਣ ਤੋਂ ਬਾਅਦ ਵੀ ਸਾਡਾ ਉਥੇ ਪ੍ਰਭਾਵ ਰਵੇ ਅਤੇ ਉਥੇ ਜੋ ਤਾਲੀਬਾਨਸ ਨੇ ਜ਼ਿਆਦਾ ਜੋ ਹੈ ਦੁਬਾਰਾ ਤੋਂ ਸ਼ਕਤੀਸ਼ਾਲੀ ਨਾ ਹੋ ਜਾਣ ਤਾਂ ਇਸ ਕਰਕੇ ਉਸਨੇ ਹੈ ਇੱਕ ਕੁਆਡ ਬਣਾਤਾ ਪਾਕਿਸਤਾਨ ਕਿਉਂਕਿ ਉਸ ਦਾ ਬਾਉਂਡਰੀ ਉਸ ਦਾ ਦੋਸਤੋ ਨੇਬਰ ਹੈ ਅਫਗਾਨਿਸਤਾਨ ਦਾ ਤਾਂ ਉਸ ਨਾਲ ਦੋਸਤੀ ਰੱਖਣਾ ਉਸ ਦੀ ਮਜਬੂਰੀ ਹੈ ਫਿਰ ਅਫਗਾਨਿਸਤਾਨ ਅਤੇ ਉਜ਼ਬੇਕਿਸਤਾਨ ਲੇਕਿਨ ਦੋਸਤੋ ਇਹ ਜੋ ਖਿਲਾਫ ਕਿਸਦੇ ਹੈ ਤਾਲੀਬਾਨਸ ਦੇ ਹੁਣ ਜੋ ਤਾਲੀਬਾਨਸ ਹੈ ਇਹ ਹੁਣ ਚਾਈਨਾ ਨਾਲ ਮਿਲ ਕੇ ਦੋਸਤੋ ਹੈ ਇੱਕ ਇਹਨਾਂ ਨੇ ਗੁੱਟ ਬਣਾਇਆ ਹੈ ਤਾਂ ਕਿ ਉੱਥੇ ਸ਼ਾਂਤੀ ਬਹਾਲ ਕੀਤੀ ਜਾ ਸਕੇ ਅਤੇ ਕਿਹਾ ਕਿ ਅਸੀਂ ਈਟੀਆਈਐਮ ਨਾਲ ਲੜਾਂਗੇ ਹੁਣ ਦੋਸਤੋ ਈਟੀਆਈਐਮ ਕੀ ਹੈ ਇਹ ਵੀ ਇੱਕ ਬੜਾ ਇੰਟਰਸਟਿੰਗ ਹੈ ਸ਼ਾਇਦ ਪਹਿਲੀ ਵਾਰ ਤੁਸੀਂ ਸੁਣ ਰਹੇ ਹੋਵੋਗੇ ਕਿ ਈਟੀਆਈਐਮ ਅਜ ਤੱਕ ਤੁਸੀਂ ਬਹੁਤ ਸਾਰੇ ਟੈਰਰਿਸਟ ਗਰੁੱਪਸ ਦੇ ਨਾਮ ਸੁਣੇ ਹੋਣਗੇ ਜਿਵੇਂ ਕਿ ਦੋਸਤੋ ਲਸ਼ਕਰ-ਏ-ਤੋਇਬਾ ਠੀਕ ਹੈ ਜਿਵੇਂ ਕਿ ਦੋਸਤੋ ਮੁਜਾਹਿਦਿਨ ਠੀਕ ਹੈ ਇੰਡੀਅਨ ਮੁਜਾਹਿਦਿਨ ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਕਿ अल शबाब ठीक है इस तरह के बड़े सारे जो टेररिस्ट ग्रुप ने हूँ अज तो बाद याद रखना कि ई भी एक नव टेररिस्ट ग्रुप है दोस्तों जो तुर्की बेस्ड है ठीक इस है इसका फुल फॉर्म है ईस्ट तुर्कीस्तान इस्लामिक मूवमेंट ईस्ट ਤੁਰਕਿਸਤਾਨ ਇਸਲਾਮਿਕ ਮੂਵਮੈਂਟ ਇਹ ਜੋ ਟੈਰਰਿਸਟ ਗਰੁੱਪ ਹੈ ਇਹ ਇਸ ਦੇ ਅਗੇਂਸਟ ਹੈ ਇਹ ਲੜਾਈ ਲੜਨਗੇ ਜੰਗ ਲੜਨਗੇ ਕਿਉਂਕਿ ਖੁੱਲੇ ਤੌਰ ਤੇ ਤਾਂ ਦੋਸਤੋ ਇਹ ਦੋਨੋਂ ਜੋ ਹੈ ਮਿਲ ਕੇ ਨਹੀਂ ਕਹਿ ਸਕਦੇ ਕਿ ਅਸੀਂ ਯੂ ਐਸ ਏ ਦੇ ਖਿਲਾਫ ਹੈ ਜਾਂ ਅਸੀਂ ਦੋਸਤੋ ਜੋ ਜੋ ਵੱਡੀਆਂ ਜੋ ਪਾਵਰਸ ਨੇ ਉੱਥੇ ਜੋ ਨਾਟੋ ਦੀਆਂ ਫੋਰਸਸ ਨੇ ਉਸ ਦੇ ਅਗੇਂਸਟ ਅਸੀਂ ਲੜਾਈ ਲੜਨੀ ਹੈ ਲੇਕਿਨ ਦੋਸਤੋ ਇਹਨਾਂ ਨੇ ਮਿਲ ਕੇ ਕਿਹਾ ਹੈ ਕਿ ਅਸੀਂ ਈ ਟੀ ਆਈ ਐਮ ਦੇ ਅਗੇਂਸਟ ਹੈ ਜੰਗ ਲੜਾਂਗੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਸ਼ਾਂਤੀ ਬਹਾਲੀ ਹੋ ਸਕੇ ਜੀ ਠੀਕ ਹੈ ਤਾਂ ਇੱਥੇ ਦੋਸਤੋ ਇਹ ਵੀ ਯਾਦ ਰੱਖਣਾ ਹੈ ਕਿ ਚਾਈਨਾ ਦੇ ਫੋਰਨ ਮਿਨਿਸਟਰ ਨੇ ਵਾਗੀ ਅਤੇ ਦੋਸਤੋ ਤਾਲੀਬਾਨ ਦਾ ਜੋ ਡੈਲੀਗੇਸ਼ਨ ਹੈ ਦੋਸਤੋ ਉਸ ਨੂੰ ਲੀਡ ਕਰ ਰਹੇ ਨੇ ਇੱਥੇ ਮੁੱਲਾ ਅਬਦੁੱਲ ਗਾਨੀ ਜੀ ਠੀਕ ਹੈ ਤਾਂ ਦੋਸਤੋ ਅੰਤਰਰਾਸ਼ਟਰੀਆ ਨਿਊਜ਼ ਸੀ ਇੰਟਰਨੈਸ਼ਨਲ ਨਿਊਜ਼ ਸੀ ਬੜੀ ਇੰਟਰਸਟਿੰਗ ਵੀ ਸੀ ਬੜੀ ਖਤਰਨਾਕ ਵੀ ਹੋ ਸਕਦੀ ਹੈ ਕਿਉਂਕਿ ਅਫਗਾਨਿਸਤਾਨ ਦੇ ਵਿੱਚ ਸ਼ਾਂਤੀ ਦੋਸਤੋ ਜੋ ਹੈ ਸਾਡੇ ਦੇਸ਼ ਲਈ ਵੀ ਬੜੀ ਜ਼ਰੂਰੀ ਹੈ ਜੀ ਤਾਂ ਬੱਚੇ ਕੀ ਲਿਖ ਰਹੇ ਨੇ ਜੀ ਦੇਖ ਲੈਣੇ ਆ ਫਿਰ ਆਫਟਰ ਕਲਾਸ ईटीआईएम फिजिकली ਡਿਸੇਬਲ ਸਟੂਡੈਂਟਸ ਲਈ ਨੋਟੀਫਿਕੇਸ਼ਨ ਐਕਸਟਰੀਮ ਐਕਸਟਰੀਮਿਸਟ ਪਾਰਟੀ ਕੱਲ ਸ਼ਾਮ ਨੂੰ ਆਏਗਾ ਨੋਟੀਫਿਕੇਸ਼ਨ ਬੱਚਿਆਂ ਦੀ ਆਪਣੀ ਹੀ ਗੱਲਾਂ ਚੱਲ ਰਹੀਆਂ ਨੇ ਜੀ ਆਈ ਥਿੰਕ ਜੋ ਸਟੂਡੈਂਟ ਫਾਰਮ ਦੋ ਤੇ ਮੈਂ ਖੁਦ ਨਹੀਂ ਦੇਖਿਆ ਜਸਟ ਸੁਣਿਆ ਕਿ ਕੱਲ ਕਲਾਸ ਚ ਬੋਲ ਰਹੇ ਸੀ ਮੌਕੇ ਤੇ ਚੋਕਾ ਮਾਰ ਗਏ ਸਰ ਹਾਂਜੀ ਅਮਨਦੀਪ ਸਿੰਘ ਬਿਲਕੁਲ ਜੀ ਬਿੱਲਿਆਂ ਨੂੰ ਦੁੱਧ ਦੀ ਰਾਖੀ ਬਿਠਾ ਦਿੱਤਾ ਹਾਂਜੀ ਚਲੋ ਕੁਝ ਕੁ ਸਟੂਡੈਂਟਸ ਨੇ ਐਟਲੀਸਟ ਜੋ ਕਲਾਸ ਦੇ ਵਿੱਚ ਹੈ ਜੋ ਇੰਟਰਫੇਰਿੰਗ ਕਰ ਰਹੇ ਨੇ ਚੰਗੀ ਗੱਲ ਹੈ ਜੀ ਬਹੁਤ ਸਾਰੇ ਬੱਚੇ ਨੇ ਜੋ ਹਜੇ ਬਾਹਰੀ ਨਹੀਂ ਅਤੇ ਦਲਾਈ ਲਾਮਾ ਦੀ ਵੀ ਜੋ ਆਟੋ ਬਾਇਓਗ੍ਰਾਫੀ ਹੈ ਕਾਫੀ ਬੱਚਾ ਨਹੀਂ ਦੱਸੀਏ ਦੋਸਤੋ ਠੀਕ ਹੈ ਜਿਸ ਦਾ ਨਾਮ ਹੈ ਫਰੀडम ਇਨ ਐਗਜ਼ਾਈਲ ਠੀਕ ਹੈ ਆਈ ਹੋਪ ਸੋ ਹਰ ਰੋਜ਼ ਲਿਖ ਦਿੱਤਾ ਹਾਂ ਠੀਕ ਹੈ ਤਾਂ ਫਰੀडम ਇਨ ਐਗਜ਼ਾਈ ਠੀਕ ਹੈ ਜੀ ਦਲਾਈ ਲਾਮਾ ਠੀਕ ਹੈ ਤਾਂ ਦੋਸਤੋ 1959 ਤੋਂ ਬਾਅਦ ਹੈ Jawaharlal Nehru ਨੇ ਇਹਨਾਂ ਨੂੰ ਹੈ ਪੋਲਿਟੀਕਲ ਅਸਾਈਲਮ ਦਿੱਤੀ ਸੀ ਜਿਸ ਤੋਂ ਬਾਅਦ ਇਹ ਲੋਕ ਇੱਥੇ ਹੀ ਰਹਿੰਦੇ ਨੇ ਜੀ ਠੀਕ ਹੈ ਤੁਸੀਂ ਮੈਸੇਜ ਨਹੀਂ ਰੀਡ ਕੀਤਾ ਕਰਮਜੀਤ ਸਿੰਘ ਕਹਿ ਰਹੇ ਨੇ ਗੁਰਪ੍ਰੀਤ ਕੌਰ ਕਹਿ ਰਹੇ ਨੇ ਫਰੀडम ਇਨ ਐਗਜ਼ਾਈਲ ਗੈਰੀ ਸਿੰਘ ਸਤਿਕਾਰ ਕਾਲ ਕਹਿ ਰਹੇ ਨੇ ਜੀ ਬਾਕੀ ਵੀ ਸਟੂਡੈਂਟਸ ਹਾਂ ਜੀ ਚਲੋ ਸਟੂਡੈਂਟਸ ਜੁੜੇ ਰਹੋ ਨਾਲ ਨਾਲ ਠੀਕ ਹੈ ਜੀ ਫਿਰ ਦੋਸਤੋ ਅਗਲੀ ਜੋ ਖਬਰ ਹੈ ਅਗਲੀ ਖਬਰ ਹੈ ਦੋਸਤੋ ਕਿ ਗਲਿਚਸ ਬਗ ਆਈਟੀ ਪੋਰਟਲ ਯੂਜ਼ਰਸ ਹੈਰਡ ਤਾਂ ਦੋਸਤੋ ਦੇਖੋ ਆਉਣ ਵਾਲੇ ਵਕਤ ਦੇ ਵਿੱਚ ਠੀਕ ਹੈ ਇੱਕ taraf ਅਸੀਂ ਡਿਜੀਟਲਾਈਜੇਸ਼ਨ ਦੀ ਤਾਂ ਗੱਲ ਜ਼ਰੂਰ ਕਰਦੇ ਆ ਕਿ ਜੋ ਡਿਜੀਟਲਾਈਜੇਸ਼ਨ ਹੈ ਠੀਕ ਹੈ ਹੋਣੀ ਚਾਹੀਦੀ ਹੈ ਠੀਕ ਹੈ ਜੋ ਉਸ ਨਾਲ ਹੈ ਜ਼ਿੰਦਗੀ ਸੌਖੀ ਹੁੰਦੀ ਹੈ ਦੋਸਤੋ ਠੀਕ ਹੈ ਅਥੇ ਸਾਨੂੰ ਬਹੁਤ ਸਾਰੀਆਂ ਫੈਸਿਲਿਟੀਆਂ ਮਿਲਦੀਆਂ ਨੇ ਠੀਕ ਹੈ ਸਾਡਾ ਸਮਾਂ ਬਚਦਾ ਹੈ ਸਾਡਾ ਪੈਸਾ ਬਚਦਾ ਹੈ ਲੇਕਿਨ ਨਾਲ ਨਾਲ ਹੈ ਜੋ ਇਸ ਡਿਜੀਟਲ ਡਿਜੀਟਲਾਈਜੇਸ਼ਨ ਦੇ ਦੋਸਤੋ ਕੁਝ ਨੁਕਸਾਨ ਵੀ ਨੇ ਸਭ ਤੋਂ ਵੱਡਾ ਨੁਕਸਾਨ ਹੈ ਕਿ ਦੋਸਤੋ ਇਸ ਨੂੰ ਹੈਕ ਕੀਤਾ ਜਾ ਸਕਦਾ ਹੈ ਤੁਹਾਡੇ ਨਾਲ ਹੈ ਕੋਈ ਠੱਗੀ ਵਾਚ ਸਕਦੀ ਹੈ ਠੀਕ ਹੈ ਤੋਂ ਹੈਕਰਸ ਤੋਂ ਦੋਸਤੋ ਅੱਜ ਦੀ ਇਹ ਜੋ ਖਬਰ ਹੈ ਫਾਈਨੈਂਸ ਮਿਨਿਸਟਰ ਕਹਿ ਰਹੇ ਨੇ ਕਿ ਦੋਸਤੋ ਜੋ ਆਈਟੀ ਇਨਕਮ ਟੈਕਸ ਦਾ ਜੋ ਵੈਬ ਪੋਰਟਲ ਹੈ ਠੀਕ ਹੈ ਤਾਂ ਉਸ ਦੇ ਉੱਪਰ ਵੀ ਹੈ ਇਸ ਤਰ੍ਹਾਂ ਦੀ ਜੋ ਬੱਗਸ ਨੇ 에ਰਰਸ ਨੇ ਵਾਇਰਸ ਨੇ ਦੋਸਤੋ ਉਹਨਾਂ ਦਾ ਖਤਰਾ ਹੈ ਅਤੇ ਜਿਸ ਕਰਕੇ ਹੈ ਬਹੁਤ ਸਾਰੇ ਯੂਜ਼ਰਸ ਆਮ ਲੋਕ ਜੋ ਦੋਸਤੋ ਆਈਟੀਆਰ ਭਰਦੇ ਨੇ ਜਾਂ ਦੋਸਤੋ ਅਲੱਗ-ਅਲੱਗ ਤਰ੍ਹਾਂ ਨਾਲ ਹੈ ਆਈਟੀਆਰ ਜਾਂ ਇਨਕਮ ਟੈਕਸ ਦੀ ਜੋ ਵੈਬਸਾਈਟ ਉਹਨਾਂ ਦੇ ਕਿਸੇ ਵੀ ਕੰਮ ਨਾਲ ਜੁੜੀ ਹੋਈ ਹੈ ਤਾਂ ਦੋਸਤੋ ਉਹਨਾਂ ਲਈ ਬੜਾ ਖਤਰਾ ਹੈ ਠੀਕ ਹੈ ਤਾਂ ਜੋ ਟੈਕਨੀਕਲ ਗਲੀਚਸ ਕੰਟੀਨਿਊ ਟੂ ਅਫੈਕਟ ਹਜੇ ਵੀ ਉਹ ਅਫੈਕਟ ਕਰ ਰਹੇ ਨੇ ਦਾ ਫੰਕਸ਼ਨਿੰਗ ਆਫ ਦਾ ਇਨਕਮ ਟੈਕਸ ਪੋਰਟਲ ਰਿਸਟ੍ਰਿਕਟਿੰਗ ਟੈਕਸ ਪੇਅਰਸ ਐਂਡ ਪ੍ਰੈਕਟਿਸ਼ਨਰਸ ਫਰਮ ਕੈਰਿੰਗ ਆਊਟ ਟੈਕਸ ਰਿਲੇਟਡ ਵਰਕਸ ਤਾਂ ਫਿਲਹਾਲ ਇਹਨਾਂ ਨੇ ਕਿਹਾ ਹੈ ਨਿਰਮਲਾ ਸਿਤਾਰਮ ਨੇ ਕਿ ਫਿਲਹਾਲ ਜੇ ਤੁਸੀਂ ਕੋਈ ਟੈਕਸ ਨਾਲ ਜੁੜਿਆ ਕੋਈ ਵੀ ਪ੍ਰੈਕਟਿਸ ਕਰ ਰਹੇ ਹੋ ਤਾਂ ਫਿਲਹਾਲ ਕੁਝ ਦਿਨਾਂ ਲਈ ਤੁਸੀਂ ਰੁਕ ਸਕਦੇ ਹੋ ਤਾਂ ਇਨਕਮ ਟੈਕਸ ਡਿਪਾਰਟਮੈਂਟ ਹੈਡ ਲਾਂਚ ਦਾ ਨਿਊ ਈ ਫਿਲਿੰਗ ਪੋਰਟਲ ਔਨ ਜੂਨ 7 ਤਾਂ ਦੋਸਤੋ ਇਨਕਮ ਟੈਕਸ ਡਿਪਾਰਟਮੈਂਟ ਨੇ 7 ਜੂਨ ਨੂੰ ਹੈ ਨਵਾਂ ਈ ਫਿਲਿੰਗ ਪੋਰਟਲ ਹੈ ਲਾਂਚ ਕੀਤਾ ਸੀ ਸਿੰਸ ਦੈਨ ਉਸ 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 ਤੋਂ ਦੋਸਤੋ ਉਸ ਦਿਨ ਤੋਂ ਹੀ ਇਟ ਕੰਟੀਨਿਊਸ ਟੂ ਫੇਸ ਉਸ ਦਿਨ ਤੋਂ ਹੀ ਇਹ ਬਹੁਤ سارے ਟੈਕਨੀਕਲ ਇਸ਼ੂਸ ਹੈ ਫੇਸ ਕਰ ਰਿਹਾ ਹੈ ਇਸ ਤਰ੍ਹਾਂ ਦੋਸਤੋ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਹੈ ਨਿਰਮਲ ਸਿਧਾਰਾਮਨ ਕਹਿ ਰਹੇ ਕਿ ਅਸੀਂ ਆਪਣੀ ਜੋ ਸਿਕਿਉਰਿਟੀ ਹੈ ਉਸ ਨੂੰ ਹੋਰ ਸਟਰੋਂਗ ਕਰਾਂਗੇ ਤਾਂ ਕਿ ਜੋ ਇਨਕਮ ਟੈਕਸ ਜੋ ਪੇਜਸ ਨੂੰ ਹੈ ਜਾਂ ਕਿਸੇ ਵੀ ਤਰੀਕੇ ਨਾਲ ਹੈ ਜਿੰਨਾਂ ਲਈ ਇਹ ਜੋ ਵੈਬਸਾਈਟ ਹੈ ਇੰਪੋਰਟੈਂਟ ਹੈ ਯੂਜ਼ ਦੇ ਵਿੱਚ ਹੈ ਉਹਨਾਂ ਨੂੰ ਕਿਸੇ ਹੋਰ ਪਰੇਸ਼ਾਨੀ ਦੀ ਦਿੱਕਤ ਨਾ ਹੋ ਸਕੇ ਜੀ ਠੀਕ ਹੈ ਤਾਂ ਦੋਸਤੋ ਇੱਥੇ ਜੋ ਹੈ ਇੱਕ ਇੱਕ ਹੋਰ ਇਹਨਾਂ ਨੇ ਗੱਲ ਕਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੋਸਤੋ ਕਿਹਾ ਕਿ ਜੋ ਵੀ ਲੋਕ ਇੰਡੀਆ ਦੇ ਵਿੱਚ ਠੀਕ ਹੈ ਲੋਨਸ ਲੈਣਾ ਚਾਹੁੰਦੇ ਨੇ ਠੀਕ ਹੈ ਦੋਸ ਹੂ ਨੀਡ ਲੋਨਸ ਆਰ ਫੇਸਿੰਗ ਅ ਟਫ ਟਾਈਮ ਠੀਕ ਹੈ ਤਾਂ ਦੋਸਤੋ ਇੱਥੇ ਇਹਨਾਂ ਨੇ ਕਿਹਾ ਹੈ ਕਿ ਕਿਉਂਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੇ ਹੋਮ ਲੋਨ ਲੈਣਾ ਹੁੰਦਾ ਕਿਸੇ ਤਰ੍ਹਾਂ ਦਾ ਲੋਨ ਲੈਣਾ ਹੁੰਦਾ ਤੇ ਉਹ ਆਈਟੀਆਰ ਨਹੀਂ ਭਰ 파ਰੇ ਉਹਨਾਂ ਲਈ ਬਹੁਤ ਹੀ ਮੁਸ਼ਕਿਲ ਦਾ ਸਮਾਂ ਚੱਲ ਰਿਹਾ ਹੈ ਲੇਕਿਨ ਉਹਨਾਂ ਦੀ ਜਲਦੀ ਹੀ ਆਈਟੀਆਰ ਹੈ ਡਿਪਾਰਟਮੈਂਟ ਹੈ ਫਿਲ ਕਰਵਾ ਲੇਗਾ ਅਤੇ ਉਸ ਤੋਂ ਬਾਅਦ ਉਹ ਆਪਣੇ ਲੋਨਸ ਵਗੈਰਾ ਵੀ ਲੈ ਸਕਣਗੇ ਤਾਂ ਦੋਸਤੋ ਇੱਥੇ ਜੋ ਗਵਰਨਮੈਂਟ ਹੈ ਠੀਕ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਵਕਤ ਦੇ ਵਿੱਚ ਹੈ ਕਿ ਇਹ ਜੋ ਹੈਕਰਸ ਨੇ ਠੀਕ ਹੈ ਹੈਕਰਸ ਨੇ ਇਹ ਵੀ ਜੋ ਗਵਰਨਮੈਂਟ ਹੈ ਅਫੀਸ਼ੀਅਲ ਤੌਰ ਤੇ ਹੈ ਅਪਾਇੰਟ ਕਰਨ ਲੱਗ ਜੇ ਤਾਂ ਕਿ ਦੋਸਤੋ ਹੈਕਿੰਗ ਦੇ ਇਸ ਤਰ੍ਹਾਂ ਦੇ ਜੋ ਦੋਸਤੋ ਇਸ ਤਰ੍ਹਾਂ ਦੇ ਜੋ ਬੱਗ ਆਉਂਦੇ ਰਹਿੰਦੇ ਨੇ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ ਠੀਕ ਹੈ ਜਿਵੇਂ ਕਿ ਦੋਸਤੋ ਅਸੀਂ ਪਿੱਛੇ ਵੀ ਕਾਫੀ ਦਿਨਾਂ ਦੇ ਵਿੱਚ ਗੱਲ ਕੀਤੀ ਸੀ ਕਿ ਬਹੁਤ ਸਾਰੇ ਦੇਸ਼ਾਂ ਨੇ ਇੰਡੀਆ ਦੇ ਉੱਪਰ ਐਲੀਗੇਸ਼ਨਸ ਲਗਾਏ ਸੀ ਕਿ ਇੰਡੀਆ ਵੀ ਹੈ ਗੁਪਤ ਤਰੀਕੇ ਨਾਲ ਜਿਵੇਂ ਤਾਲੀਬਾਨ ਨਾਲ ਹੈ ਜੋ ਹੈ ਸਮਝੋਤੇ ਕਰ ਰਿਹਾ ਹੈ ਤਾਲੀਬਾਨ ਨਾਲ ਹੈ ਗੱਲਬਾਤ ਕਰ ਰਿਹਾ ਹੈ ਠੀਕ ਹੈ ਅੱਜ ਤੋਂ ਮਹੀਨੇ ਪਹਿਲਾਂ ਦੋਸਤੋ ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਸੀ ਲੇਕਿਨ ਇਹ ਦੇਖੋ ਦੋਨੋਂ ਨਿਊਜ਼ ਮੈਂ ਕਿਵੇਂ ਰਿਲੇਟ ਕਰ ਰਹੇ ਆ ਕਿ ਹੁਣ ਜ਼ਰੂਰੀ ਹੋ ਚੁੱਕਿਆ ਹੈ ਕਿ ਜੇ ਤੁਸੀਂ ਆਪਣੀ ਸ਼ਾਂਤੀ ਚਾਹੁੰਦੇ ਹੋ ਠੀਕ ਹੈ ਤਾਂ ਦੋਸਤੋ ਓਬਵੀਅਸਲੀ ਗੱਲ ਹੈ ਕਿ ਕਿਸ ਨਾ ਕਿਸੇ ਐਕਸਟਰੀਮਿਸਟ ਨਾਲ ਤੁਹਾਨੂੰ ਹੱਥ ਮਿਲਾਉਣਾ ਪਵੇਗਾ ਤਾਂ ਇੱਥੇ ਵੀ ਹੈ ਕਿ ਹੈਕਰਸ ਤਾਂ ਦੋਸਤੋ ਹੈਕਿੰਗ ਰੋਕਣੀ ਹੈ ਤਾਂ ਤੁਹਾਨੂੰ ਹੈਕਰਸ ਚਾਹੀਦੇ ਨੇ ਜੋ ਗਵਰਨਮੈਂਟ ਦੇ ਵਿੱਚ ਰਹਿ ਕੇ ਪੋਜ਼ਿਟਿਵ ਤਰੀਕੇ ਨਾਲ ਹੈ ਲੋਕਾਂ ਦੇ ਭਲਾਈ ਲਈ ਕੰਮ ਕਰ ਸਕਣ ਤਾਂ ਦੋਸਤੋ ਬਹੁਤ ਇੰਪੋਰਟੈਂਟ ਨਿਊਜ਼ ਹੈ ਅਤੇ ਫਿਲਹਾਲ ਜੇ ਤੁਸੀਂ ਆਈਟੀਆਰ ਜੋ ਭਰ ਰਹੇ ਹੋ ਜਾਂ ਆਈਟੀਆਰ ਨਾਲ ਰਿਲੇਟਡ ਕੋਈ ਵੀ ਕੰਮ ਕਰ ਰਹੇ ਹੋ ਤਾਂ ਕੁਝ ਦਿਨ ਤੱਕ ਹੈ ਦੋਸਤੋ ਉਸ ਦੀ ਵੇਟ ਕਰ ਸਕਦੇ ਹੋ ਜੀ ਵੈਸੇ ਅੱਜ ਦੋਸਤੋ ਫਾਈਨੈਂਸ਼ ਨਾਲ ਜੁੜੀ ਇੱਕ ਹੋਰ ਬੜੀ ਇੰਪੋਰਟੈਂਟ ਨਿਊਜ਼ ਹੈ ਜੀ ਠੀਕ ਹੈ ਬੜੀ ਇੰਪੋਰਟੈਂਟ ਨਿਊਜ਼ ਹੈ ਇਹ ਨਿਊਜ਼ ਹੈ ਦੋਸਤੋ ਕਿਸ ਨਾਲ ਜੁੜੀ ਕਿ ਕੈਬਿਨੇਟ ਕਲੀਅਰਸ ਬੈਲਸ ਟੂ ਇਨਸ਼ੋਰ ਬੈਂਕ ਡਿਪੋਜ਼ਿਟ ਅਪ ਟੂ 5 ਲੱਖ ਰੁਪੀਏ ਠੀਕ ਹੈ ਇਹਦਾ ਕੀ ਮਤਲਬ ਹੈ ਜੀ ਠੀਕ ਹੈ ਤਾਂ ਦੋਸਤੋ ਇਸ ਦਾ ਮਤਲਬ ਸਮਝਣ ਤੋਂ ਪਹਿਲਾਂ ਠੀਕ ਹੈ ਮੈਂ ਤੁਹਾਨੂੰ ਇੱਕ ਆਰਗੇਨਾਈਜੇਸ਼ਨ ਬਾਰੇ ਦੱਸਦਾ ਜਿਸ ਦਾ ਨਾਮ ਹੈ DICGC ਇਸ ਦਾ ਫੁੱਲ ਫਾਰਮ ਹੈ ਦੋਸਤੋ ਡਿਪੋਜ਼ਟਰ ਡਿਪੋਜ਼ਟਰ ਇੰਸ਼ੋਰੈਂਸ ਕ੍ਰੈਡਿਟ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਠੀਕ ਹੈ ਜੀ ਤਾਂ ਦੋਸਤੋ ডিপੋਜ਼ਟਰ ਇੰਸ਼ੋਰੈਂਸ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ ਜੀ ਠੀਕ ਹੈ ਅਤੇ ਦੋਸਤੋ ਇਹ ਜੋ ਹੈ ਇੱਕ ਸਬਸਿਡਰੀ ਹੈ ਆਰਬੀਆਈ ਦੀ ਮਤਲਬ ਆਰਬੀਆਈ ਦੇ ਅੰਡਰ ਕੰਮ ਕਰਦੀ ਹੈ ਜੀ ਠੀਕ ਹੈ ਤਾਂ ਹੁਣ ਇਸ ਦਾ ਕੰਮ ਕੀ ਹੈ ਠੀਕ ਹੈ ਇਸ ਦਾ ਕੰਮ ਸੀ ਦੋਸਤੋ ਕਿ ਦੇਖੋ ਅਸੀਂ ਹਿੰਦੁਸਤਾਨ ਦੇ ਵਿੱਚ ਅਸੀਂ ਆਮ ਤੌਰ ਤੇ ਆਪਣਾ ਜੋ ਪੈਸਾ ਹੈ ਠੀਕ ਹੈ ਆਪਣਾ ਜੋ ਮਿਹਨਤ ਦੀ ਜੋ ਕਮਾਈ ਹੈ ਅਸੀਂ ਆਪਣੇ ਬੈਂਕਾਂ ਦੇ ਵਿੱਚ ਰੱਖਦੇ ਹਾਂ ਠੀਕ ਹੈ ਤਾਂ ਬੈਂਕ ਉਸ ਨੂੰ ਸੇਵ ਰੱਖਦੇ ਨੇ ਸੇਵਿੰਗ ਅਕਾਊਂਟ ਦੇ ਵਿੱਚ ਐਫ ਡੀ ਦੇ ਵਿੱਚ ਆਰ ਡੀ ਦੇ ਵਿੱਚ ਅਤੇ ਕਿਸੇ وجہ ਨਾਲ ਦੋਸਤੋ ਜੇ ਉਹ ਬੈਂਕ ਬੰਦ ਹੋ ਜਾਵੇ ਦੋਸਤੋ ਬੰਦ ਹੋ ਜਾਵੇ ਜਾਂ ਦੋਸਤੋ ਉਸ ਨੂੰ ਉਸ ਬੈਂਕ ਦੇ ਉੱਪਰ ਕੋਈ ਡਾਕਾ ਪੈ ਜਾਵੇ ਉਸ ਨੂੰ ਲੁੱਟ ਕੇ ਲੈ ਜਾਵੇ ਜਾਂ ਉਹ ਬੈਂਕ ਹੈ ਦਿਵਾਲੀ ਆ ਆਪਣੇ ਆਪ ਨੂੰ ਘੋਸ਼ਿਤ ਕਰ ਦੇ ਤਾਂ ਦੋਸਤੋ ਤੁਹਾਡੇ ਪੈਸੇ ਦਾ ਹੋਵੇਗਾ ਕੀ ਠੀਕ ਹੈ ਜੀ ਤੁਹਾਡੇ ਪੈਸੇ ਦਾ ਹੋਵੇਗਾ ਕੀ ਹਾਂਜੀ ਤਾਂ ਕਾਫੀ ਬੱਚੇ ਲਿਖ ਰਹੇ ਨੇ ਇਸ ਦਾ ਫੁੱਲ ਫਾਰਮ ਤਾਂ ਦੋਸਤੋ ਤੁਹਾਡੇ ਪੈਸੇ ਦਾ ਕੀ ਹੋਵੇਗਾ ਠੀਕ ਹੈ ਤਾਂ ਆਮ ਤੌਰ ਤੇ ਦੋਸਤੋ ਜੀ ਸਕੀਮ ਸੀ ਕਿ ਇਹ ਜੋ ਡੀ ਆਈ ਸੀ ਜੀ ਸੀ ਹੈ ਇਹ ਤੁਹਾਨੂੰ ਇੱਕ ਇੰਸ਼ੋਰੈਂਸ ਪ੍ਰੋਵਾਈਡ ਕਰਦਾ ਸੀ ਤੁਹਾਡੇ ਸੇਵਿੰਗ ਅਕਾਊਂਟ ਦੇ ਅਗੇਂਸਟ ਮੈਂ ਤੇ ਫੇਰ ਦੱਸ ਰਿਹਾ ਸਿਰਫ ਤੇ ਸਿਰਫ ਸੇਵਿੰਗ ਅਕਾਊਂਟ ਦੇ ਅਗੇਂਸਟ ਕਿ ਦੋਸਤੋ ਇਹ ਤੁਹਾਨੂੰ ਹੈ 1 ਲੱਖ ਰੁਪਏ ਤੱਕ ਦਾ ਮੁਆਵਜ਼ਾ ਦਿੰਦਾ ਸੀ ਠੀਕ ਹੈ ਦੇਖ ਲੇਕਿਨ ਪ੍ਰੋਬਲਮ ਇਹ ਸੀ ਕਿ ਤੁਹਾਡਾ ਚਾਹੇ 10 ਲੱਖ ਰੁਪਇਆ ਜਮ੍ਹਾਂ ਹੋਵੇ ਬੈਂਕ ਦੇ ਵਿੱਚ ਫੇਰ ਵੀ ਤੁਹਾਨੂੰ 1 ਲੱਖ ਮਿਲੇਗਾ ਤੁਹਾਡਾ 50 ਲੱਖ ਰੁਪਇਆ ਜਮ੍ਹਾਂ ਹੋਵੇ ਅਤੇ ਬੈਂਕ ਆਪਣੇ ਆਪ ਨੂੰ ਦਿਵਾਲੀਆ ਕੋਸ਼ਿਸ਼ ਕਰ ਦੇ ਤਾਂ ਦੋਸਤੋ ਉੱਥੇ ਵੀ ਤੁਹਾਨੂੰ 1 ਲੱਖ ਮਿਲੇਗਾ ਲੇਕਿਨ ਅਗਰ ਤੁਹਾਡਾ ਜੋ ਅਮਾਉਂਟ ਹੈ 1 ਲੱਖ ਤੋਂ ਘੱਟ ਹੋਵੇ ਫੇਰ ਦੋਸਤੋ ਉਨੇ ਹੀ ਪੈਸੇ ਮਿਲ ਜਾਣਗੇ ਜੇ 90 ਹਜ਼ਾਰ ਡਿਪੋਜ਼ਿਟ ਹੈ ਤਾਂ 90 ਹਜ਼ਾਰ ਮਿਲ ਜਾਣਗੇ 50 ਹਜ਼ਾਰ ਹੈ ਤਾਂ 50 ਹਜ਼ਾਰ ਮਿਲ ਜਾਣਗੇ ਲੇਕਿਨ ਇਫ ਦਾ ਅਮਾਉਂਟ ਇਜ਼ ਮੋਰ ਦੈਨ 1 ਲੱਖ ਦੈਨ ਯੂ ਹੈਵ ਟੂ ਗੈਟ ਓਨਲੀ 1 ਲੱਖ ਰੁ ਕੀ ਦੋਸਤੋ ਜੋ ਹੈ ਸਾਨੂੰ ਕਿਉਂਕਿ ਬੈਂਕਾਂ ਦੇ ਜੋ ਹੈ ਦਿਵਾਲੀਆਪਨ ਦੀ ਗੱਲ ਕਰੀਏ ਪਿੱਛੇ ਜੇ ਅਸੀਂ ਦੇਖਿਆ ਬਹੁਤ ਸਾਰੇ ਜੋ ਬੈਂਕ ਨੇ ਬੰਦ ਹੋਏ ਨੇ ਆਰਬੀਆਈ ਨੇ ਬਹੁਤ ਸਾਰੇ ਬੈਂਕਾਂ ਦੇ ਉੱਪਰ ਰੈਸਟ੍ਰਿਕਸ਼ਨਸ ਲਗਾਈ ਸੀ ਠੀਕ ਹੈ ਜਾਂ ਫਿਰ ਬੈਂਕਿੰਗ ਜੋ ਸਿਸਟਮ ਹੈ ਆਈਸਤਾ ਆਈਸਤਾ ਹੈ ਕੋਲੈਪਸ ਹੁੰਦਾ ਹੈ ਸਾਨੂੰ ਦਿਖ ਰਿਹਾ ਹੈ ਤਾਂ ਦੋਸਤੋ ਇੱਥੇ ਆਮ ਲੋਕਾਂ ਨੂੰ ਹੈ ਭਰੋਸਾ ਦਿਵਾਉਣ ਲਈ ਬਜਟ ਦੇ ਵਿੱਚ ਇਹ ਘੋਸ਼ਣਾ ਕੀਤੀ ਸੀ ਇਸ ਸਾਲ ਸਾਡੀ ਫਾਈਨਾਂਸ ਮਿਨਿਸਟਰ ਨਿਰਮਲਾ ਸਿਧਾਰਮ ਨੇ ਅਤੇ ਕੱਲ ਦੋਸਤੋ ਉਸ ਨੂੰ ਲਾਗੂ ਕਰ ਦਿੱਤਾ ਇਸ ਬਿੱਲ ਨੂੰ ਹੈ ਪਾਸ ਕਰ ਦਿੱਤਾ ਦੋਸਤੋ ਇਹ ਜੋ ਬਿੱਲ ਸੀ ਠੀਕ ਹੈ ਇਹ ਦੋਸਤੋ ਐਕਟ ਸੀ ਏ ਸੀ ਡਿਪੋਜ਼ਿਟ ਇੰਸ਼ੋਰੈਂਸ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਐਕਟ 1961 ਤਾਂ ਇਸ ਦੇ ਵਿੱਚ ਚੇਂਜ ਕਰਕੇ ਹੁਣ ਇਹ ਜੋ ਤੁਹਾਨੂੰ 1 ਲੱਖ ਰੁਪਏ ਦਾ ਦੋਸਤੋ ਇੱਕ ਤਰ੍ਹਾਂ ਨਾਲ ਇੰਸ਼ੋਰੈਂਸ ਮਿਲਦਾ ਸੀ ਉਹ ਹੁਣ ਹੋਏਗਾ 5 ਲੱਖ ਦਾ ਤਾਂ 5 ਲੱਖ ਤੱਕ ਹੈ ਹੁਣ ਤੁਹਾਨੂੰ ਮਿਲਣਗੇ ਦੋਸਤੋ ਜੇ ਤੁਹਾਡਾ ਜੋ ਸੇਵਿੰਗ ਅਕਾਊਂਟ ਹੈ ਜਿਸ ਬੈਂਕ ਦੇ ਵਿੱਚ ਉਹ ਜੋ ਬੈਂਕ ਹੈ ਦਿਵਾਲੀਆ ਹੋ ਜਾਂਦਾ ਹੈ ਅਤੇ ਤੁਹਾਡਾ ਬੈਂਕ ਦੇ ਵਿੱਚ ਜੇ 5 ਲੱਖ ਤੋਂ ਜ਼ਿਆਦਾ ਰੁਪਿਆ ਹੈ ਤਾਂ 5 ਲੱਖ ਤੁਹਾਨੂੰ ਮਿਲੇਗਾ ਜੋ ਕਿ ਪਹਿਲਾਂ ਦੋਸਤੋ ਕਿੰਨਾ ਸੀ 1 ਲੱਖ ਸੀ ਇੱਥੇ ਯਾਦ ਰੱਖਣਾ ਕਿ ਕਿਸ ਐਕਟ ਦੇ ਵਿੱਚ ਹੈ ਇਸ ਤਬਦੀਲੀ ਆਈ ਡਿਪੋਜ਼ਿਟਰ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਐਕਟ 1961 ਦੇ ਵਿੱਚ ਹੈ ਦੋਸਤੋ ਇਹ ਤਬਦੀਲੀ ਆਈ ਹੈ ਇਹ ਜੋ ਐਕਟ ਹੈ ਪਾਸ ਕਰ ਦਿੱਤਾ ਹੈ ਜੀ ਠੀਕ ਹੈ ਤਾਂ 1 ਲੱਖ ਤੋਂ ਹੁਣ ਇਹ ਹੈ 5 ਲੱਖ ਹੋ ਚੁੱਕਿਆ ਜੀ ਠੀਕ ਹੈ ਫਿਰ ਦੋਸਤੋ ਅਗਲੀ ਜੋ ਖਬਰ ਹੈ ਜੀ ਅਗਲੀ ਖਬਰ ਦੋਸਤੋ ਅੱਜ ਦੇ ਦਿਨ ਨਾਲ ਜੁੜੀ ਹੋਈ ਹੈ ਠੀਕ ਹੈ ਅੱਜ ਦੇ ਦਿਨ ਨਾਲ ਜੁੜੀ ਹੈ ਅੱਜ ਦਾ ਜੋ ਦਿਨ ਹੈ ਤੁਹਾਨੂੰ ਸਭ ਨੂੰ ਪਤਾ ਹੈ 29 ਜੁਲਾਈ ਹੈ ਜੀ ਤਾਂ 29 ਜੁਲਾਈ ਠੀਕ ਹੈ 1989 ਦੇ ਵਿੱਚ ਇਹ ਦਿਨ ਬੜਾ ਇੰਪੋਰਟੈਂਟ ਹੈ ਇਹ ਫੋਟੋ ਦੋਸਤੋ ਅੱਜ ਦੀ ਟਰਬਿਊਨ ਦੇ ਵਿੱਚ ਤੁਸੀਂ ਦੇਖੋਗੇ ਆਰਟੀਕਲ ਵਾਲੇ ਪੇਜ ਦੇ ਉੱਪਰ ਆਈ ਹੋਈ ਸੀ ਜਿਸ ਦੇ ਵਿੱਚ ਇੰਡੀਆ ਦੇ ਉਸ ਵਕਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਉਸ ਵਕਤ ਦੇ ਜੋ ਸ਼੍ਰੀਲੰਕਾ ਦੇ ਦੋਸਤੋ ਜੋ ਜੋ ਪ੍ਰਾਈਮ ਮਿਨਿਸਟਰ ਸੀ ਜਿਨ੍ਹਾਂ ਦਾ ਨਾਮ ਸੀ ਜੇ ਆਰ ਜੈਵਰਦਨੇ ਤਾਂ ਦੋਸਤੋ ਇਹ ਦੋਨੋਂ ਹੈ ਇੱਕ ਸਮਝੌਤਾ ਕਰ ਰਹੇ ਨੇ ਸ਼ਾਂਤੀ ਸਮਝੌਤਾ ਕਰ ਰਹੇ ਨੇ 29 ਜੁਲਾਈ 1987 ਨੂੰ ਸੌਰੀ ਮੈਂ 1989 ਬੋਲਿਆ ਠੀਕ ਹੈ 1987 ਨੂੰ ਇਹ ਸਮਝੌਤਾ ਕਰ ਰਹੀ ਸੀ ਦੋਸਤੋ ਤਾਂ ਇਹ ਜੋ ਸਮਝੌਤਾ ਹੈ ਕਿਸ ਚੀਜ਼ ਦਾ ਸੀ ਸ਼ਾਂਤੀ ਦਾ ਸਮਝੌਤਾ ਸੀ ਕਿ ਜੋ ਸ਼੍ਰੀਲੰਕਾ ਦੇ ਵਿੱਚ ਜੋ ਤਮਿਲ ਟੈਰਰਿਸਟ ਟੈਰਰਿਸਟ ਹੈ ਦੋਸਤੋ ਠੀਕ ਹੈ ਜੋ ਉੱਥੇ ਆਰਗੇਨਾਈਜੇਸ਼ਨ ਸੀ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਸੀ ਠੀਕ ਹੈ ਐਲਟੀਟੀਈ ਠੀਕ ਹੈ ਇੱਥੇ ਵੈਸੇ ਜਦੋਂ ਮੈਂ ਟੈਰਰਿਸਟ ਆਰਗੇਨਾਈਜੇਸ਼ਨ ਬੋਲਦਾ ਤਾਂ ਦੋਸਤੋ ਕੋਈ ਵੀ ਆਰਗੇਨਾਈਜੇਸ਼ਨ ਇੱਕ ਕਮਿਊਨਿਟੀ ਲਈ ਹੈ ਦੋਸਤੋ ਟੈਰੋਰਿਜ਼ਮ ਹੋ ਸਕਦਾ ਹੈ ਲੇਕਿਨ ਕਿਸੇ ਲਈ ਦੋਸਤੋ ਉਹ ਕ੍ਰਾਂਤੀਕਾਰੀ ਵੀ ਹੋ ਸਕਦੇ ਨੇ ਕਿਸੇ ਲਈ ਹੀ ਉਹ ਸਮਾਜ ਸੇਵੀ ਵੀ ਹੋ ਸਕਦੇ ਨੇ ਠੀਕ ਹੈ ਤਾਂ ਇਸ ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗਾ ਜਿਵੇਂ ਕਿ ਅਸੀਂ ਬਹੁਤ ਸਾਰੀਆਂ ਆਪਣੀਆਂ ਐਨਸੀਆਰਟੀਸ ਦੇ ਬੁੱਕਸ ਦੇ ਵਿੱਚ ਦੇਖਦੇ ਹਾਂ ਕਿ ਭਗਤ ਸਿੰਘ ਵਰਗੇ ਜੋ ਦੋਸਤੋ ਮਹਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਵੀ ਹੈ ਕਿਤਾਬਾਂ ਦੇ ਵਿੱਚ ਹੈ ਉਸ ਵਕਤ ਦੀਆਂ ਸਰਕਾਰਾਂ ਦਾ ਜੋ ਕਥਨ ਸੀ ਉਸ ਦੇ ਅਕੋਰਡਿੰਗ ਹੈ ਟੈਰੋਰਿਜ਼ਮ ਜਾਂ ਟੈਰਰਿਸਟੀ ਲਿਖਿਆ ਗਿਆ ਸੀ ਤਾਂ ਦੋਸਤੋ ਐਲਟੀਟੀ ਭਾਰਤ ਦੇ ਹੀ ਜੋ ਹੈ ਤਮਿਲ ਲੋਕਸੀਕ ਲੇਕਿਨ ਕਿਸੇ ਵਕਤ ਹੈ ਰੋਜੀ ਰੋਟੀ ਦੀ ਭਾਲ ਦੇ ਵਿੱਚ ਸ਼੍ਰੀਲੰਕਾ ਦੇ ਵਿੱਚ ਚਲੇ ਗਈ ਸੀ ਲੇਕਿਨ ਉਹਨਾਂ ਨਾਲ ਦੋਸਤੋ ਕੁਝ ਵਿਤਕਰੇ ਕਾਰਨ ਹੈ ਉਹ ਉਹਨਾਂ ਉਹਨਾਂ ਨੇ ਹੈ ਉੱਥੇ ਰਿਵੋਲਟ ਕਰ ਦਿੱਤੀ ਸੀ ਇੱਕ ਆਰਗੇਨਾਈਜੇਸ਼ਨ ਬਣਾਈ ਐਲਟੀਟੀਈ ਠੀਕ ਹੈ ਲਿਬ੍ਰੇਸ਼ਨ ਆਫ ਤਮਿਲ ਟਾਈਗਰ ਇਲਮ ਜੇ ਤੁਸੀਂ ਫੈਮਿਲੀ ਮੈਨ 2 ਪਿੱਛੇ 2-3 ਮਹੀਨੇ ਪਹਿਲੇ ਵੈਬ ਸੀਰੀਜ਼ ਆਈ ਸੀ ਜੇ ਤੁਸੀਂ ਦੇਖਿਆ ਹੋਵੇ ਤਾਂ ਉਸ ਦੇ ਵਿੱਚ ਵੀ ਇਸ ਦਾ ਜ਼ਿਕਰ ਸੀ ਮਨੋਜ ਵਾਜਪਾਈ ਦੀ ਇਹ ਵੈਬ ਸੀਰੀ ਸੀ ਤਾਂ ਲਿਬਰੇਸ਼ਨ ਆਫ ਤਬਿਲ ਟਾਈਗਰ ਇਲਮ ਤਾਂ ਦੋਸਤੋ ਇਸ ਤੋਂ ਸ਼੍ਰੀਲੰਕਾ ਬੜੀ ਪਰੇਸ਼ਾਨ ਸੀ ਤਾਂ ਦੋਸਤੋ ਇਸ ਲਈ ਇੰਡੀਅਨ ਆਰਮੀ ਨੇ ਭਰੋਸਾ ਦਿੱਤਾ ਕਿ ਸਾਡੀ ਇੰਡੀਅਨ ਆਰਮੀ ਉੱਥੇ ਆਵੇਗੀ ਅਤੇ ਥੋਡੀ ਹੈਲਪ ਕਰੇਗੀ ਅਤੇ ਐਲਟਟੀ ਨੂੰ ਹੈ ਖਤਮ ਕਰਕੇ ਹੀ ਵਾਪਸ ਆਏਗੀ ਅਤੇ ਦੋਸਤੋ ਇਸ ਇਹ ਜੋ ਸਾਡੀ ਆਰਮੀ ਦਾ ਜੋ ਆਪਰੇਸ਼ਨ ਸੀ শ্রীলঙ্কা ਦੇ ਵਿੱਚ ਉਹ ਜੋ ਗਏ ਸੀ ਐ ਐਲਟੀਟੀ ਨੂੰ ਖਤਮ ਕਰਨ ਲਈ ਐਲਟੀਟੀ ਦਾ ਅਫੈਕਟ ਖਤਮ ਕਰਨ ਲਈ ਤਾਂ ਦੋਸਤੋ ਉਸ ਮਿਸ਼ਨ ਦਾ ਜੋ ਨਾਮ ਸੀ ਉਸ ਮਿਸ਼ਨ ਦਾ ਨਾਮ ਸੀ ਆਪਰੇਸ਼ਨ ਪਵਨ ਠੀਕ ਹੈ ਇਹ ਸਾਡੇ ਲਈ ਇੰਪੋਰਟੈਂਟ ਹੋ ਸਕਦਾ ਹੈ ਇਸ ਨਾਲ ਜੁੜੇ ਅਫੈਕਟਸ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪੇਪਰ ਦੇ ਵਿੱਚ ਕੀ ਆਏਗਾ ਉਹ ਤੁਹਾਡੇ ਲਈ ਮੈਂ ਲੈ ਕੇ ਆਵਾਂ ਦੋਸਤੋ ਠੀਕ ਹੈ ਖਬਰਾਂ ਦੇ ਵਿੱਚੋਂ ਖਬਰ ਕੱਢ ਕੇ ਹੈ ਉਹ ਨਿਊਜ਼ ਤੁਹਾਡੇ ਤੱਕ ਹੈ ਪਹੁੰਚ ਸਕਣ ਜੋ ਸਾਨੂੰ ਪੇਪਰ ਦੇ ਵਿੱਚ ਆ ਸਕਦੀਆਂ ਨੇ ਅਕੋਰਡ ਦੇ ਵੀ ਚਾਂਸਸ ਨੇ ਲੇਕਿਨ ਆਪਰੇਸ਼ਨ ਵਿਜੇ ਤੁਹਾਨੂੰ ਯਾਦ ਹੋਣਾ ਚਾਹੀਦਾ ਜਿਵੇਂ ਅਸੀਂ 2-3 ਦਿਨ ਤੋਂ ਗੱਲ ਕਰ ਰਹੇ

ਦੋਸਤੋ ਵਿਜੇ ਦੀ ਠੀਕ ਹੈ ਇਹ ਆਪਰੇਸ਼ਨ ਪਵਨ ਹੈ ਠੀਕ ਹੈ ਆਪਰੇਸ਼ਨ ਪਵਨ ਤਾਂ ਆਪਰੇਸ਼ਨ ਜੋ ਵਿਜੇ ਸੀ ਤੁਹਾਨੂੰ ਯਾਦ ਹੋਵੇਗਾ ਉਹ ਕਾਰਗਿਲ ਨਾਲ ਜੁੜਿਆ ਹੋਇਆ ਹੈ ਅਤੇ ਆਪਰੇਸ਼ਨ ਪਵਨ ਹੈ ਸ਼੍ਰੀਲੰਕਾ ਦੇ ਵਿੱਚ ਜੋ ਇੰਡੀਅਨ ਆਰਮੀ ਗਈ ਉਸ ਨਾਲ ਜੁੜਿਆ ਹੋਇਆ ਹੈ ਅਤੇ ਦੋਸਤੋ ਨਾਲ ਹੀ ਨਾਲ ਅੱਜ ਟਰਬਿਊਨ ਦੇ ਅਖੀਰਲੇ ਪੰਨੇ ਦੇ ਉੱਪਰ ਇਹ ਵੀ ਖਬਰ ਸੀ ਕਿ ਲਗਭਗ 34 ਸਾਲ ਬਾਅਦ ਹੈ ਦੋਸਤੋ ਇਹ ਜੋ ਆਈਪੀਆਈਐਫਪੀ ਕੇਐਫ ਇੰਡੀਅਨ ਪੀਸਕੀਪਿੰਗ ਫੋਰਸਸ ਜੋ ਸ਼੍ਰੀਲੰਕਾ ਗਈਆਂ ਸੀ ਉਹਨਾਂ ਨੂੰ ਹੈ ਔਨਰ ਕੀਤਾ ਜਾਏਗਾ ਉਹਨਾਂ ਨੂੰ ਹੈ ਸਨਮਾਨ ਕੀਤਾ ਸਨਮਾਨਿਤ ਕੀਤਾ ਜਾਏਗਾ ਨੈਸ਼ਨਲ ਵਾਰ ਮੈਮੋਰੀਅਲ ਦੇ ਉੱਪਰ ਦ ਜੋ ਅਸੀਂ ਗੱਲ ਕੀਤੀ ਸੀ ਨੈਸ਼ਨਲ ਵਾਰ ਮਮੋਰੀਅਲ ਜੋ ਨਿਊ ਦਿੱਲੀ ਦੇ ਵਿੱਚ ਹੈ ਹਾਲਾਂਕਿ ਦੋਸਤੋ ਕੋਈ ਬਹੁਤ ਵੱਡੀ ਸਫਲਤਾ ਨਹੀਂ ਮਿਲੀ ਸੀ ਆਰਮੀ ਨੂੰ ਇੱਥੇ ਲੇਕਿਨ ਫੇਰ ਵੀ ਹੈ ਸ਼ਾਂਤੀ ਬਹਾਲੀ ਲਈ ਗਈਆਂ ਸੀ ਲੇਕਿਨ ਉਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਦੋਸਤੋ ਇਹ ਜੋ ਗਰੁੱਪ ਹੈ ਐਲਟਟੀ ਕਿਤਨਾ ਕਿਤੇ ਇਹਨਾਂ ਨੂੰ ਹੈ ਰਾਜੀਵ ਗਾਂਧੀ ਨਾਲ ਹੈ ਦੁਸ਼ਮਣੀ ਹੈ ਫੀਲ ਹੋਈ ਦੁਸ਼ਮਣੀ ਲੱਗੀ ਅਤੇ ਦੋਸਤੋ ਇਹੀ ਜੋ ਆਰਗੇਨਾਈਜੇਸ਼ਨ ਹੈ ਬਾਅਦ ਦੇ ਵਿੱਚ 1991 ਦੇ ਵਿੱਚ ਜਦੋਂ 21 ਮਈ ਨੂੰ ਜੋ ਰਾਜੀਵ ਗਾਂਧੀ ਨੂੰ ਦੋਸਤੋ ਹੈ ਅਸੈਸੀਨੇਟ ਕੀਤਾ ਗਿਆ ਮਾਰਿਆ ਗਿਆ ਇਸ ਜੋ ਹੈ ਮਰਡਰ ਦੇ ਪਿੱਛੇ ਵੀ एलटीटी ਦਾ ਨਾਮ ਹੀ ਲਿਆ ਜਾਂਦਾ ਹੈ ਦੋਸਤੋ ਅਤੇ ਦੋਸਤੋ એલਟੀਟੀ ਦੀ ਜੋ ਹਿਊਮਨ ਬੌਮ ਸੀ ਉਸ ਦਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ ਅੱਜ ਵੀ ਉਹ ਦੋਸਤੋ ਉਹਨਾਂ ਵਿੱਚੋਂ ਕਈ ਲੋਕ ਅੱਜ ਵੀ ਹੈ ਤਮਿਲਨਾਡੂ ਦੇ ਵਿੱਚ ਜ਼ਿਲਾਂ ਦੇ ਵਿੱਚ ਬੰਦ ਨੇ ਤਾਂ ਦੋਸਤੋ ਇਸ ਆਰਗੇਨਾਈਜੇਸ਼ਨ ਦਾ ਜੋ ਹੱਥ ਮੰਨਿਆ ਜਾਂਦਾ ਹੈ ਰਾਜੀਵ ਗਾਂਧੀ ਨੂੰ ਮਾਰਨ ਲਈ ਰਾਜੀਵ ਗਾਂਧੀ ਦੀ ਅਸੈਸੀਨੇਸ਼ਨ ਲਈ ਤਾਂ ਦੋਸਤੋ ਅੱਜ ਹੈ ਇਸੇ ਦਿਨ ਹੈ ਇੰਡੀਆ ਅਤੇ ਸ਼੍ਰੀਲੰਕਾ ਦੇ ਪ੍ਰਾਈਮ ਮਿਨਿਸਟਰ ਵਿਚਕਾਰ ਇਹ ਸਮਝੌਤਾ ਹੋਇਆ ਸੀ ਜੀ ਠੀਕ ਹੈ ਫਿਰ ਦੋਸਤੋ ਇਹ ਸਾਡੀ ਖਬਰ ਹੋ ਚੁੱਕੀ ਹੈ ਜੀ ਠੀਕ ਹੈ ਤਾਂ ਇਹ ਜੋ ਅਸੀਂ ਗੱਲ ਕੀਤੀ ਸੀ ਜੋ ਚੋਰ ਅਤੇ ਕੁੱਤੀ ਵਾਲੀ ਜੀ ਠੀਕ ਹੈ ਫਿਰ ਤੋ 5 ਲੱਖ ਵਾਲੀ ਵੀ ਗੱਲ ਹੋ ਗਈ ਹੈ ਫਿਰ ਦੋਸਤੋ ਇਹ ਜੋ ਖਬਰ ਹੈ ਬੈਡਮਿੰਟਨ ਤੋਂ ਹੈ ਸਪੋਰਟਸ ਤੋਂ ਹੈ ਤਾਂ ਦੋਸਤੋ ਨਾਟੇਕਰ ਠੀਕ ਹੈ ਪੂਰਾ ਨਾਮ ਹੈ ਇਹਨਾਂ ਦਾ ਨਾਟੇਕਰ ਮਹਾਦੇਵ ਆਨੰਦ ਕੁਮਾਰ ਮਹਾਦੇਵ ਨਾਟੇਕਰ ਤਾਂ ਦੋਸਤੋ ਇਹਨਾਂ ਦੀ ਜੋ ਕੱਲ ਡੈਥ ਹੋ ਗਈ 88 ਸਾਲ ਦੀ ਉਮਰ ਦੇ ਵਿੱਚ ਦੋਸਤੋ ਬੈਡਮਿੰਟਨ ਦੇ ਬਹੁਤ ਵੱਡੇ ਪਲੇਅਰ ਸੀ ਠੀਕ ਹੈ ਤਾਂ ਦੋਸਤੋ ਇਹ ਜੋ ਬੈਡਮਿੰਟਨ ਦੇ ਪਲੇਅਰ ਵੱਡੇ ਸੀ ਠੀਕ ਹੈ ਇਹ ਵੱਡੇ ਪਲੇਅਰ ਕਦੋਂ ਸੀ ਜੀ ਠੀਕ ਹੈ ਤਾਂ ਦੋਸਤੋ ਜਦੋਂ ਅਸੀਂ ਵੱਡੇ ਪਲੇਅਰਸ ਦੀ ਗੱਲ ਕਰਦੇ ਆ ਬੈਡਮਿੰਟਨ ਦੇ ਵਿੱਚ ਤਾਂ ਸਾਡੇ ਮਾਈਂਡ ਦੇ ਵਿੱਚ ਜੋ ਜੋ ਪ੍ਰੈਜ਼ੈਂਟ ਦੇ ਵਿੱਚ ਨਾਮ ਆਉਂਦੇ ਨੇ ਸਾਈਨਾ ਨੇਹਵਾਲ ਪੀ ਵੀ ਸਿੰਧੂ ਯਾ ਫਿਰ ਦੋਸਤੋ ਪੀ ਕਸ਼ਪ ਫਿਰ ਯਾਦ ਹੁੰਦਾ ਹੈ ਦੋਸਤੋ ਜੋ ਫਿਲਮ ਐਕਟਰਸ ਹੈ ਦੀਪਿਕਾ ਪਾਦੂਕੋਨ ਉਸ ਦੇ ਫਾਦਰ ਸੀ ਦੋਸਤੋ ਕਿਸੇ ਵਕਤ ਚੰਗੇ ਪਲੇਅਰ ਜਿਨ੍ਹਾਂ ਦਾ ਨਾਮ ਸੀ ਦੋਸਤੋ ਪ੍ਰਕਾਸ਼ ਪਾਦੂਕੋਨ ਜਾਂ ਪੀ ਗੋਪੀ ਚੰਦ ਲੇਕਿਨ ਦੋਸਤੋ ਇਹ 1950 60 ਦੇ ਦਹਾਕੇ ਦੇ ਵਿੱਚ ਹੈ ਇੰਡੀਆ ਦੇ ਟਾਪ ਦੇ ਪਲੇਅਰ ਹੋਇਆ ਕਰਦੇ ਸੀ ਅਤੇ ਜਦੋਂ 1961 ਦੇ ਵਿੱਚ ਦੋਸਤੋ ਜਦੋਂ 190 1900 ਆ हां दोस्तों 1961 ਦੇ ਵਿੱਚ 1961 ਦੇ ਵਿੱਚ ਜਦੋਂ ਇੰਡੀਆ ਦੇ ਵਿੱਚ ਪਹਿਲੀ ਵਾਰ ਅਰਜੁਨ ਅਵਾਰਡ ਦੀ ਸ਼ੁਰੂਆਤ ਹੋਈ ਸੀ ਤੁਹਾਨੂੰ ਸਭ ਨੂੰ ਪਤਾ ਹੈ ਅਰਜੁਨ ਅਵਾਰਡ ਦੋਸਤੋ ਜੋ ਸਪੋਰਟਸ ਦੇ ਵਿੱਚ ਦਿੱਤੇ ਜਾਂਦੇ ਨੇ ਤਾਂ ਦੋਸਤੋ ਪਹਿਲੀ ਵਾਰ ਜਦੋਂ 1961 ਦੇ ਵਿੱਚ ਦਿੱਤੇ ਗਈ ਸੀ ਉਸ ਲਿਸਟ ਦੇ ਵਿੱਚ ਹੈ ਇਹਨਾਂ ਦਾ ਵੀ ਨਾਮ ਸੀ ਜੀ ਠੀਕ ਹੈ ਨਾਮ ਹੈ ਇਹਨਾਂ ਦਾ ਨੰਦ ਕੁਮਾਰ ਮਹਾਦੇਵ ਨਾਟੇਕਰ ਦੋਸਤੋ ਇਹਨਾਂ ਦੀ ਜੋ ਪਰਸਨੈਲਿਟੀ ਬਾਰੇ ਜਾਂ ਇਹਨਾਂ ਦੇ ਗੇਮ ਬਾਰੇ ਬਹੁਤ ਕੁਝ ਲਿਖਿਆ ਹੋਇਆ ਇੱਥੇ ਜਿਵੇਂ ਕਿ ਇੱਥੇ ਲਿਖਿਆ ਹੈ ਕੀ ਦੋਸਤੋ ਪ੍ਰਕਾਸ਼ ਪਾਦੂਕਨ ਅਤੇ ਸੈਇਦ ਮੋਦੀ ਤੋਂ ਪਹਿਲਾਂ ਠੀਕ ਹੈ ਸੈਇਦ ਮੋਦੀ ਦੋਸਤੋ ਇਹਨਾਂ ਦੇ ਨਾਮ ਤੇ ਇੱਕ ਟਰੋਫੀ ਵੀ ਹੁੰਦੀ ਹੈ ਇੰਡੀਆ ਦੇ ਵਿੱਚ ਬੈਡਮਿੰਟਨ ਦੀ ਟਰੋਫੀ ਯਾਦ ਰੱਖਣਾ ਸੈਇਦ ਮੋਦੀ ਮੋਦੀ ਟਰੋਫੀ ਬੋਲਦੇ ਨੇ ਬੈਡਮਿੰਟਨ ਨਾਲ ਜੁੜੀ ਹੋਈ ਹੈ ਤਾਂ ਦੋਸਤੋ ਉਸ ਤੋਂ ਪਹਿਲਾਂ ਇੰਡੀਆ ਦੇ ਟੌਪ ਪਲੇਅਰ ਸੀ ਅਤੇ ਪਹਿਲੇ ਇੰਡੀਅਨ ਸੀ ਜਿਨ੍ਹਾਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਦੋਸਤੋ ਕੋਈ ਵੀ ਟੂਰਨਾਮੈਂਟ ਹੈ ਜਿੱਤਿਆ ਸੀ 1956 ਦੇ ਵਿੱਚ ਕੁਵਾਲਨਪੁਰ ਦੇ ਵਿੱਚ ਹੈ ਇੰਟਰਨੈਸ਼ਨਲ ਟੂਰਨਾਮੈਂਟ ਹੈ ਬੈਡਮਿੰਟਨ ਦਾ ਜਿੱਤਿਆ ਸੀ ਹੋਰ ਵੀ ਕਾਫੀ ਕੁਝ ਇਹਨਾਂ ਦੀ ਜ਼ ਜਿੱਥੇ ਸੀ ਠੀਕ ਹੈ ਹਾਲਾਂਕਿ ਦੀਪਿਕਾ ਪਾਦੂਕੋਂਦੇ ਫਾਦਰ ਪ੍ਰਕਾਸ਼ ਪਾਦੂਕੋਂਨ ਅਤੇ ਸੈਇਦ ਮੋਦੀ ਤੋਂ ਘੱਟ ਸੀ ਲੇਕਿਨ ਉਸ ਵਕਤ ਦੋਸਤੋ ਬਹੁਤ ਘੱਟ ਫੈਸਿਲਿਟੀਆਂ ਹੋਣ ਦੇ ਬਾਵਜੂਦ ਵੀ ਬੈਡਮਿੰਟਨ ਦੇ ਵਿੱਚ ਇਹਨਾਂ ਨੇ ਕਾਫੀ ਵੱਡੀ ਉਪਲਬਧੀ ਹਾਸਲ ਕੀਤੀ ਸੀ ਤਾਂ ਦੋਸਤੋ 88 ਸਾਲ ਦੀ ਉਮਰ ਦੇ ਵਿੱਚ ਨੰਦੂ ਨੰਦ ਕੁਮਾਰ ਮਹਾਦੇਵ ਨਾਟੇਕਰ ਜੀ ਦੀ ਡੈਥ ਹੋ ਗਈ ਹੈ ਤਾਂ ਇਹਨਾਂ ਦਾ ਸੀ ਨਾਮ ਹੈ ਯਾਦ ਰੱਖਣਾ ਹੈ ਜੀ ਠੀਕ ਹੈ ਇਸ ਤੋਂ ਇਲਾਵਾ ਦੋਸਤੋ ਜੇ ਹੋਰ ਇੰਪੋਰਟੈਂਟ ਜਿਵੇਂ ਕੁਐਸਚਨ ਦੇਖਿਓ ਸਾਡੇ ਐਗਜ਼ਾਮ ਦੇ ਔਰੀਐਂਟਡ ਤਾਂ ਯਸ਼ਪਾਲ ਸ਼ਰਮਾ ਸਾਨੂੰ ਯਾਦ ਹੋਣੀ ਚਾਹੀਦੇ ਨੇ ਕਿਉ ਇਸ ਤੋਂ ਇਲਾਵਾ ਅਸੀਂ ਗੱਲ ਕਰ ਸਕਦੇ ਹਾਂ ਮਿਲਖਾ ਸਿੰਘ ਜੀ ਦੀ ਠੀਕ ਹੈ ਉਸ ਤੋਂ ਬਾਅਦ ਦੋਸਤੋ ਮਿਲਖਾ ਸਿੰਘ ਜੀ ਦੀ ਜੋ ਵਾਈਫ ਨੇ ਠੀਕ ਹੈ ਉਹਨਾਂ ਦਾ ਨਾਮ ਜਲਦੀ ਨਾਲ ਦੱਸੋ ਮੇਰੇ ਵੀ ਯਾਦ ਨਹੀਂ ਆ ਰਿਹਾ ਆਈ ਥਿੰਕ ਸਰਬਜੀਤ ਕੌਰ ਜਾਂ ਬਿਆਨਤ ਕੌਰ ਕੁਝ ਇਸ ਤਰ੍ਹਾਂ ਦਾ ਨਾਮ ਸੀ ਜਿਹੜੇ ਬੱਚੇ ਨੂੰ ਯਾਦ ਹੈ ਦੱਸੋ ਜਲਦੀ ਨਾਲ ਫਿਰ ਦੋਸਤੋ ਇਸ ਤੋਂ ਇਲਾਵਾ ਅਸੀਂ ਦੇਖੀਏ ਬਲਬੀਰ ਸਿੰਘ ਠੀਕ ਹੈ ਜਿਨ੍ਹਾਂ ਦੇ ਨਾਮ ਤੇ ਜੋ ਮੁਹਾਲੀ ਦਾ ਜੋ ਸਟੇਡੀਅਮ ਹੈ ਰੱਖਿਆ ਗਿਆ ਇਹ ਸਾਰੀਆਂ ਜੋ ਇੰਪੋਰਟੈਂਟ ਓਬਿਟਰੀਜ਼ ਨੇ ਜਾਂ ਉਹਨਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਫਿਰ ਦਲੀਪ ਕੁਮਾਰ ਜੀ ਬਾਰੇ ਉਹਨਾਂ ਦੀ ਆਟੋ ਬਾਇਓਗ੍ਰਾਫੀ ਦੋਸਤੋ ਕਈ ਵਾਰ ਆ ਚੁੱਕੀ ਹੈ ਦੋਸਤਾਂ ਨੇ ਦੱਸ ਦਿੱਤਾ ਜੀ ਸਟੂਡੈਂਟਸ ਨੇ ਨਿਰਮਲ ਕੋਰ ਹੈ ਉਹਨਾਂ ਦਾ ਨਾਮ ਜੀ ਵੈਰੀ ਗੁੱਡ ਤਾਂ ਦੋਸਤੋ ਇਹ ਸਾਰੀਆਂ ਇਹ ਸਾਰੀਆਂ ਜੋ ਓਬਿਟਰੀਜ਼ ਨੇ ਇੰਪੋਰਟੈਂਟ ਨੇ ਸਾਡੇ ਲਈ ਇੰਪੋਰਟੈਂਟ ਨੇ ਜੀ ਠੀਕ ਹੈ ਫਿਰ ਅਖੀਰ ਦੇ ਵਿੱਚ ਹੈ ਕੱਲ ਖਬਰ ਆ ਗਈ ਸੀ ਕਿ ਜੀ ਮੁੱਖ ਮੰਤਰੀ ਅਨਾਉਂਸ ਹੋ ਗਏ ਨੇ ਅਤੇ ਕੱਲ ਇਹਨਾਂ ਨੇ ਸੋਹ ਵੀ ਚੱਕ ਲਈ ਜੀ ਕਿ ਮੁੱਖ ਮੰਤਰੀ ਦੇ ਅਹੁਦੇ ਦੀ ਦੋਸਤੋ ਇਹਨਾਂ ਦਾ ਨਾਮ ਹੈ ਜੀ ਆਲਰੇਡੀ ਕੱਲ ਵੀ ਦੱਸਿਆ ਸੀ ਕਿ ਬੀ ਐਸ ਬੋਮਾਈ ਠੀਕ ਹੈ ਬਸਵਰਾਜ ਐਸ ਬੋਮਾਈ ਹੈ ਕਰਨਾਟਕਾ ਦੇ 23ਵੇਂ ਮੁੱਖ ਮੰਤਰੀ ਵਜੋਂ ਇਹਨਾਂ ਨੇ ਸੋਹ ਚੱਕ ਲਈ ਦੋਸਤੋ ਅਤੇ ਇਹ ਜੋ ਸੋਹ ਹੈ ਉੱਥੋਂ ਦੇ ਗਵਰਨਰ ਨੇ ਦੋਸਤੋ ਮੁੱਖ ਮੰਤਰੀ ਨੂੰ ਜੋ ਸੋਹ ਚਕਾਉਂਦਾ ਗਵਰਨਰ ਚਕਾਉਂਦਾ ਉੱਥੋਂ ਦੇ ਜੋ ਗਵਰਨਰ ਨੇ ਉਹਨਾਂ ਦਾ ਨਾਮ ਹੈ ਥਾਵਰਚੰਦ ਗਹਿਲੋਤ ਠੀਕ ਹੈ ਜੀ ਅਤੇ ਦੋਸਤੋ ਜੋ ਹੈ ਸੋਹ ਹੈ ਸੋ ਕਿਸ ਚੀਜ਼ ਦੀ ਹੈ ਚੱਕੀ ਜਾਂਦੀ ਹੈ ਤਾਂ ਸੋਹ ਚੱਕੀ ਜਾਂਦੀ ਹੈ ਕਿ ਆਉਣ ਵਾਲੇ ਵਕਤ ਦੇ ਵਿੱਚ ਜਦੋਂ ਤੱਕ ਮੈਂ ਮੁੱਖ ਮੰਤਰੀ ਰਹਾਂਗਾ ਮੈਂ ਆਪਣੇ ਦੇਸ਼ ਲਈ ਆਪਣੇ ਪ੍ਰਦੇਸ਼ ਦੇ ਲੋਕਾਂ ਲਈ ਹੈ ਦੋਸਤੋ ਚੰਗੇ ਕੰਮ ਕਰਾਂਗਾ ਉਹਨਾਂ ਦੇ ਇਕਨੋਮਿਕਲ ਪ੍ਰੋਸਪਰਿਟੀ ਲਈ ਉਹਨਾਂ ਦੀ ਹੈਲਥ ਲਈ ਉਹਨਾਂ ਦੇ ਸ਼ੋਸ਼ਲ ਜੋ ਹੈ ਫਰੈਂਡਸ਼ਿਪ ਮਾਹੌਲ ਲਈ ਹੈ ਮੈਂ ਕੰਮ ਕਰਾਂਗਾ ਇਹ ਸਾਰੀਆਂ ਜੋ ਕਸਮਾਂ ਵਾਅਦੇ ਨੇ ਕੀਤੇ ਜਾਂਦੇ ਨੇ ਦੋਸਤੋ ਤੁਹਾਡਾ ਕੀ ਮੰਨਣਾ ਹੈ ਕਿ ਇਹ ਜੋ ਵਾਅਦੇ ਜਾਂ ਦੋਸਤੋ ਇਹ ਜੋ ਸੋਹ ਚੱਕੀ ਜਾਂਦੀ ਹੈ ਕਿਸੇ ਵੀ ਮੁੱਖ ਮੰਤਰੀ ਦੁਆਰਾ ਚਾਹੇ ਪੰਜਾਬ ਦੇ ਵਿੱਚ ਵੀ ਹੋਵੇ ਅਗਲੇ ਸਾਲ ਫੇਰ ਕਿਸੇ ਨਵੇਂ ਮੁੱਖ ਮੰਤਰੀ ਨੇ ਸੋਚਕਣੀ ਹੈ 2022 ਦੇ ਵਿੱਚ ਫਰਵਰੀ ਦੇ ਵਿੱਚ ਇਹ ਜੋ ਸੋਹਾਂ ਚੱਕੀਆਂ ਜਾਂਦੀਆਂ ਨੇ ਤਾਂ ਇਹ ਸੋਹਾਂ ਇਹਨਾਂ ਮੰਤਰੀਆਂ ਨੂੰ ਕਿੰਨਾ ਕੁ ਟਾਈਮ ਯਾਦ ਰਹਿੰਦੀਆਂ ਹੋਣੀਆਂ ਠੀਕ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਸੋਹ ਨੂੰ ਸੀਰੀਅਸਲੀ ਲੈਂਦੇ ਨੇ ਕਿ ਨਹੀਂ ਜਾਂ ਮੈਂ ਪੁੱਛ ਰਿਹਾ ਕਿ ਇਹ ਜੋ ਸੋਹ ਇਹ ਜੋ ਚੁੱਕਦੇ ਨੇ ਕਿੰਨਾ ਵਕਤ ਕਿੰਨੇ ਮਿੰਟ ਜਾਂ ਕਿੰਨੇ ਦਿਨ ਜਾਂ ਕਿੰਨੇ ਸਾਲ ਉਹ ਸੋਹ ਤੁਹਾਡੇ ਅਕੋਰਡਿੰਗ ਹੈ ਉਹਨਾਂ ਨੂੰ ਯਾਦ ਰਹਿੰਦੀ ਹੋਣੀ ਹੈ ਇਹ ਮੈਨੂੰ ਜ਼ਰੂਰ ਦੱਸੋ ਜੀ ਠੀਕ ਹੈ ਅਤੇ ਪੂਰੇ ਕੋਈ ਨਹੀਂ ਕਰਦਾ ਵਾਦੇ ਹਾਂਜੀ ਸੋਨਿਕਾ ਤੋ ਇਹ ਜ਼ਰੂਰ ਦੱਸੋ ਮੈਨੂੰ ਤਾਂ ਦੋਸਤੋ ਇਹ ਜੋ ਸੋਹ ਚਕਾਓ ਸਮਾਰੋ ਹੈ ਠੀਕ ਹੈ ਤਾਂ ਸਭ ਤੋਂ ਪਹਿਲਾਂ ਇਹ ਵੀ ਦੱਸਦਾ ਕਿ ਸਾਡੇ ਜੋ ਕਨਸਟੀਟਿਊਸ਼ਨ ਦੇ ਸ਼ੈਡਿਊਲਸ ਨੇ 12 ਤਾਂ ਉਸ ਦਾ ਜੋ ਤੀਜਾ ਸ਼ੈਡਿਊਲ ਹੈ ਇਹ ਕਸਮੇ ਵਾਦਿਆਂ ਦੀ ਪੂਰਾ ਜੋ ਜ਼ਿਕਰ ਹੈ ਤੀਜੇ ਸ਼ੈਡਿਊਲ ਦੇ ਵਿੱਚ ਹੈ ਦੋਸਤੋ ਡਿਫਾਈਨ ਕੀਤਾ ਹੋਇਆ ਤਾਂ ਯਾਦ ਰੱਖਣਾ ਇਹ ਜੋ ਕਸਮੇ ਵਾਦੇ ਨੇ ਸੋਹ ਹਨ ਤੀਜੇ ਸ਼ੈਡਿਊਲ ਦੇ ਵਿੱਚ ਨੇ ਅਤੇ ਰਜਿੰਦਰ ਕੁਮਾਰ ਕਹਿ ਰਹੇ ਨੇ ਜੀ ਕਿ 5 ਸਾਲ ਤੱਕ ਹੈ ਯਾਦ ਰਹਿੰਦੀਆਂ ਨੇ ਤਾਂ ਰਜਿੰਦਰ ਕੁਮਾਰ ਜੀ ਬਹੁਤ ਵਧੀਆ ਕੋਈ 5 ਮਿੰਟ ਕਹਿ ਰਿਹਾ ਕੋਈ 1 ਮਿੰਟ ਵੀ ਨਹੀਂ ਕਹਿ ਰਿਹਾ ਲੇਕਿਨ ਦੋਸਤੋ ਜੋ ਹੈ ਬੜੀ ਹੀ ਉਹ ਗੱਲ ਹੈ ਕਿ ਇੱਕ ਬਹੁਤ ਵੱਡੀ ਕੁਰਸੀ ਹੈ ਠੀਕ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਕੁਝ ਕਰਨ ਦਾ ਮੌਕਾ ਹੁੰਦਾ ਹੈ ਲੋਕਾਂ ਲਈ ਤਾਂ ਕਿ ਤੁਹਾਨੂੰ ਸਦੀਆਂ ਤੱਕ ਇਹ ਲੋਕ ਯਾਦ ਰੱਖ ਸਕਣ ਲੇਕਿਨ ਕੁਝ ਹੀ ਜੋ ਮੁੱਖ ਮੰਤਰੀ ਨੇ ਕੁਝ ਹੀ ਜੋ ਮੰਤਰੀ ਨੇ ਦੋਸਤੋ ਹੈ ਉਹ ਆਪਣੇ ਇਸ ਕੰਮ ਦੇ ਵਿੱਚ ਹੈ ਸਫਲ ਹੋ ਪਾਉਂਦੇ ਨੇ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਸਰਕਾਰਾਂ ਆਉਣ ਠੀਕ ਹੈ ਕਿ ਦੋਸਤੋ ਜੋ ਹੈ ਸਪੈਸ਼ਲੀ ਇੱਥੇ ਜੋ ਯੁਵਾ ਨੇ ਜੋ ਨੌਜਵਾਨ ਨੇ ਠੀਕ ਹੈ ਕਿਉਂਕਿ ਤੁਹਾਡੀ ਸਾਰਿਆਂ ਦੀ ਜੋ ਉਮਰ ਤੁਸੀਂ ਦੇਖ ਰਹੇ ਹੋ ਮੈਨੂੰ ਲੱਗਦਾ ਹੈ 19-20 ਸਾਲ ਤੋਂ ਲੈ ਕੇ ਹੈ ਤੁਸੀਂ 30-32 ਸਾਲ ਤੱਕ ਦੇ 35 ਸਾਲ ਤੱਕ ਦੇ ਸਟੂਡੈਂਟ ਹੋ ਠੀਕ ਹੈ ਅਤੇ ਜੋ ਹੈ ਦੋਸਤੋ ਬਹੁਤ ਇੰਪੋਰਟੈਂਟ ਹੁੰਦਾ ਹੈ ਠੀਕ ਹੈ ਕਿ ਜਦੋਂ 5 ਸਾਲ ਲਈ ਕਿਸੇ ਨੂੰ ਅਸੀਂ ਚੁੰਦੇ ਹਾਂ ਤਾਂ ਦੋਸਤੋ 5 ਸਾਲ ਤੱਕ ਜੇ ਕੋਈ ਵੀ ਜੋ ਮੁੱਖ ਮੰਤਰੀ ਫੇਲ ਹੋ ਜਾਂਦਾ ਹੈ ਤਾਂ ਦੋਸਤੋ ਤੁਸੀਂ ਇਹ ਕਹਿ ਲਓ ਕਿ ਇੱਕ ਜਵਾਨੀ ਦਾ ਠੀਕ ਹੈ ਇੱਕ ਸਾਡੇ ਜੋ ਜੋ ਯੂਥ ਹੈ ਮੰਨ ਲਓ ਕਿਸੇ ਨੇ ਦੋਸਤੋ ਗ੍ਰੈਜੂਏਸ਼ਨ ਕੀਤੀ ਹੋਵੇ ਅਤੇ ਉਸਦੇ ਅਗਲੇ ਜੋ 5 ਸਾਲ ਉਹਦਾ ਕੁਝ ਨਾ ਬਣ ਸਕੇ ਤਾਂ ਦੋਸਤੋ ਉਸ ਦੀ ਜੋ ਜ਼ਿੰਦਗੀ ਹੈ ਠੀਕ ਹੈ ਜੋ ਹੈ ਤੁਸੀਂ ਕਹਿ ਸਕਦੇ ਹੋ ਕਿ ਡਿਸਟਰਬ ਹੋ ਜਾਂਦੀ ਹੈ ਸ਼ਾਇਦ ਇਸ ਤੋਂ ਹੋਰ ਵੀ ਭੈੜੇ ਸ਼ਬਦ ਨੇ ਲੇਕਿਨ ਮੈਨੂੰ ਲੱਗਦਾ ਹੈ ਕਿ ਚਲੋ ਡਿਸਟਰਬ ਹੀ ਕਹਿਣਾ ਬੈਟਰ ਹੈ ਤਾਂ ਡਿਸਟਰਬ ਹੋ ਜਾਂਦੀ ਹੈ ਤਾਂ ਦੇਖੋ ਜਵਾਨੀ ਦੇ ਵਿੱਚ ਵੈਸੇ ਕਿਹਾ ਜਾਂਦਾ ਹੈ ਆਮ ਤੌਰ ਤੇ ਦੋ ਹੀ ਇੰਪੋਰਟੈਂਟ ਗੱਲਾਂ ਹੁੰਦੀਆਂ ਨੇ ਜੀ ਠੀਕ ਹੈ ਤਾਂ ਦੋਸਤੋ ਇੱਕ ਵਧੀਆ ਜੀ ਨੌਕਰੀ ਮਿਲ ਜੇ ਠੀਕ ਹੈ ਜੋ ਵੀ ਅਸੀਂ ਚਾਹੁੰਦੇ ਆ ਤਕੇ ਤੁਹਾਡਾ ਆਪਣਾ ਜੋ ਹੈ ਫਾਈਨੈਂਸ਼ਲੀ ਤੁਸੀਂ ਇੰਡੀਪੈਂਡੈਂਟ ਹੋ ਜਾਓ ਅਤੇ ਦੂਸਰਾ ਦੋਸਰੋ ਥੋੜਾ ਜਿਹਾ ਵਿਆਹ ਹੁੰਦਾ ਹੈ ਕਿਸੇ ਵੀ ਤਰੀਕੇ ਨਾਲ ਤਾਂ ਦੋਸਤੋ ਜੇ ਅਰੇਂਜ ਹੈ ਚਾਹੇ ਉਹ ਲਵ ਮੈਰਿਜ ਹੈ ਉੱਥੇ ਦੋਸਤੋ ਹੈ ਤੁਹਾਡੀ ਸਟੇਬਿਲਿਟੀ ਬਣ ਜੇ ਤਾਂ ਇਹ ਦੋ ਵੱਡੀਆਂ ਜੋ ਅਚੀਵਮੈਂਟਸ ਜੇ ਤੁਸੀਂ ਆਪਣੀ ਜਵਾਨੀ ਦੇ ਵਿੱਚ ਲੈ ਲੈਣੇ ਹੋ ਤਾਂ ਦੋਸਤੋ ਉਸ ਦੇ ਵਿੱਚ ਹੈ ਦੋਸਤੋ ਤੁਹਾਡੀ ਪੂਰੀ ਜੋ ਜ਼ਿੰਦਗੀ ਹੈ ਕਾਮਯਾਬ ਹੋ ਜਾਂਦੀ ਹੈ ਲੇਕਿਨ ਇਸ ਦੇ ਵਿੱਚ ਜੇ ਅਸੀਂ ਗੱਲ ਕਰੀਏ ਸਰਕਾਰਾਂ ਦਾ ਬਹੁਤ ਵੱਡਾ ਜੋ ਰੋਲ ਹੈ ਤਾਂ ਦੋਸਤੋ ਸਰਕਾਰਾਂ ਜੋ ਚੁਣਨੀਆਂ ਨੇ ਆਉਣ ਵਾਲੇ ਵਕਤ ਦੇ ਵਿੱਚ ਤੁਸੀਂ ਵੀ ਵੋਟਾਂ ਪਾਉਣੀਆਂ ਨੇ ਤਾਂ ਦੋਸਤੋ ਉਹ ਅਸੀਂ ਬਹੁਤ ਸ फिर दोस्तों उस अखीरली खबर है ट्रिब्यून की कि जो सेंसस 2021 है जी साड़ी गवर्नमेंट ने कहा है कि ये पूरी तरह की होगा डिजिटल होगा डिजिटल एक्सरसाइज होगी डिजिटल तरीके दोस्तों करवाया जाएगा ताकि दोस्तों जो है ਜੋ ਹੈ ਉਸ ਤੇ ਉਪਰ ਪੈਸਾ ਕੱਟ ਲੱਗ ਸਕੇ ਸਮਾਂ ਕੱਟ ਲੱਗ ਸਕੇ ਅਤੇ ਪੂਰੀ ਜੋ ਹੈ ਰੀਅਲ ਇਨਫੋਰਮੇਸ਼ਨ ਸਾਨੂੰ ਮਿਲ ਸਕੇ ਤਾਂ ਸੈਂਸਸ ਤੁਹਾਨੂੰ ਯਾਦ ਹੋਏਗਾ ਕਿ ਦੋਸਤੋ ਹਰ 10 ਸਾਲ ਬਾਅਦ ਹੈ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਸਾਡੇ ਦੇਸ਼ ਦਾ ਜੋ 15ਵਾਂ ਸੈਂਸਸ ਸੀ ਉਹ 2011 ਦੇ ਵਿੱਚ ਹੋਇਆ ਸੀ ਇਹ ਸੈਂਸਸ ਦੋਸਤੋ ਸਾਡਾ 2021 ਵਾਲਾ 16ਵਾਂ ਸੈਂਸਸ ਹੋਏਗਾ ਅਤੇ ਨਾਲ ਹੀ ਨਾਲ ਹਿੰਦੁਸਤਾਨ ਦੇ ਵਿੱਚ ਪਹਿਲਾ ਸੈਂਸਸ ਦੋਸਤੋ 1861 ਦੇ ਵਿੱਚ ਆਇਆ ਸੀ ਅਤੇ ਦੋਸਤੋ ਇਸ ਨੂੰ ਕਰਵਾਇਆ ਸੀ ਉਸ ਵਕਤ ਦੇ ਜੋ ਵਾਇਸ ਰాయੇ ਸੀ ਉਹਨਾਂ ਦੇ ਨਾਮ ਸੀ ਲੋਡ ਮਾਇਓ ਉਹਨਾਂ ਨੇ ਕਰਵਾਇਆ ਸੀ ਅਤੇ ਆਜ਼ਾਦ ਭਾਰਤ ਦੀ ਕਰ ਆਜ਼ਾਦ ਭਾਰਤ ਦਾ ਇਹ 8ਵਾਂ ਸੈਂਸਸ ਹੋਵੇਗਾ ਜੀ ਤਾਂ ਰਜਨੀਸ਼ ਕੋਰ ਕੁਝ ਲਿਖ ਰਹੇ ਨੇ ਸਰ ਸਿੱਧੂ ਜੀ ਨੂੰ ਪੁੱਛੋ ਕਪਿਲ ਸ਼ਰਮਾ ਦਾ ਸ਼ੋਅ ਵਿੱਚ ਕਹਿੰਦੇ ਸੀ ਕਿ ਐਕਟਰ ਤਿੰਨ ਆਰਟਸ ਤੱਕ ਬੇਫਕੂ ਬਣਾਉਂਦੇ ਨੇ ਜੀ ਬਿਲਕੁਲ ਉਹ ਯਾਦ ਹੈ ਮੇਰੀ ਜੀ ਠੀਕ ਹੈ ਅਤੇ ਰਾਜਨੀਤਿਕਾ ਪੂਰੀ ਉਮਰ ਹੈ ਬੇਫਕੂ ਬਣਾਉਂਦੇ ਨੇ ਜੀ ਠੀਕ ਹੈ ਤਾਂ ਨਹੀਂ ਜੀ ਨੀਤੂ ਛਟਰਾਵਾਲਾ ਰਾਸ਼ਟਰਪਤੀ ਬਣੂਗਾ ਨੀਰਜ ਥਾਪਾ ਜੀ ਮਖੌਲ ਕਰ ਰਹੇ ਨੇ ਤਾਂ ਦੋਸਤੋ ਚਲੋ ਅੱਜ ਦੀਆਂ ਇਹ ਟ੍ਰਿਬਿਊਨ ਦੀਆਂ ਖਬਰਾਂ ਸੀ ਜੀ ਠੀਕ ਹੈ ਤਾਂ ਦੋਸਤੋ ਉਮੀਦ ਹੈ ਕਾਫੀ ਇੰਟਰਸਟਿੰਗ ਲੱਗੀਆਂ ਹੋਣੀਆਂ ਤੁਹਾਨੂੰ ਕਾਫੀ ਵਧੀਆ ਲੱਗੀਆਂ ਹੋਣੀਆਂ ਕਾਫੀ ਸਮਝ ਆਈਆਂ ਹੋਣੀਆਂ ਠੀਕ ਹੈ ਯੈਸ ਜਾਂ ਨੋ ਦੇ ਵਿੱਚ ਜ਼ਰੂਰ ਮੈਨੂੰ ਦੱਸ ਦਿਵੋ ਅਤੇ ਦੋਸਤੋ ਅਗਲਾ ਜੋ ਸੈਕਸ਼ਨ ਹੈ ਸਾਡਾ ਐਮਸੀਕਿਊਜ਼ ਦਾ ਸੈਕਸ਼ਨ ਹੈ ਅਤੇ ਉਸ ਤੋਂ ਪਹਿਲਾਂ ਜ਼ਰੂਰ ਸਾਡਾ ਇਹ ਜੋ ਸੈਸ਼ਨ ਹੈ ਇਸ ਨੂੰ ਦੋਸਤੋ ਫੇਰ ਦੁਬਾਰਾ ਤੋਂ ਜੇ ਤੁਸੀਂ ਹਜੇ ਤੱਕ ਲਾਈਕ ਨਹੀਂ ਕੀਤਾ ਲਾਈਕ ਜ਼ਰੂਰ ਕਰ ਦਿਓ ਅਤੇ ਦੋਸਤੋ ਜੇ ਸ਼ੇਅਰ ਨਹੀਂ ਕੀਤਾ ਤਾਂ ਇੱਕ ਵਾਰ ਫੇਰ ਦੁਬਾਰਾ ਤੋਂ ਸ਼ੇਅਰ ਕਰ ਦਿਓ ਤਾਂਕਿ ਦੋਸਤੋ ਹੋਰ ਜ਼ਿਆਦਾ ਜੋ ਤਨਵਜਨ ਰਾਜਪੂਤ ਡੀਜੀਪੀ ਜੀ ਪੰਜਾਬ ਦਾ हां जी ਤੇ ਛਿੱਤਰ ਬਹਿਲ ਵੀ ਕੁਛ ਨਾ ਕੁਛ ਲਿਖ ਰਹੇ ਨੇ ਜੀ ਚਲੋ ਦੋਸਤੋ ਵੈਸੇ ਦੇਖੋ ਕੁਝ ਗੱਲਾਂ ਨੇ ਹੋ ਸਕਦਾ ਸਾਨੂੰ ਮਜ਼ਾਕ ਲੱਗਦੀਆਂ ਹੋਣ ਠੀਕ ਹੈ ਲੇਕਿਨ ਕੁਝ ਗੱਲਾਂ ਦੇਖੋ ਸਮਝ ਸਮਝਣ ਵਾਲੀਆਂ ਨੇ ਠੀਕ ਹੈ ਅਤੇ ਜਿਨ੍ਹਾਂ ਲੋਕਾਂ ਨੇ ਸਮਝ ਲਈਆਂ ਨੇ ਠੀਕ ਹੈ ਤਾਂ ਦੋਸਤੋ ਸਭ ਤੋਂ ਇੰਪੋਰਟੈਂਟ ਤਾਂ ਇਹ ਹੈ ਕਿ ਉਹਨਾਂ ਨੂੰ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਅਤੇ ਜਿਨ੍ਹਾਂ ਦੇ ਹੱਥ ਦੇ ਵਿੱਚ ਪਾਵਰ ਹੈ ਜੋ ਇਹਨਾਂ ਚੀਜ਼ਾਂ ਨੂੰ ਬਦਲਾਅ ਲੈ ਕੇ ਆ ਸਕਦੇ ਨੇ ਦੋਸਤੋ ਤਾਂ ਉਹ ਬੜਾ ਜ਼ਰੂਰੀ ਹੈ ਕਿ ਦੋਸਤੋ ਬਦਲਾਅ ਲੈ ਕੇ ਆਉਣ ਜਿਵੇਂ ਅਸੀਂ ਕਈ ਆ ਦੋਸਤੋ ਕਈ ਖਬਰਾਂ ਪੜੀਆਂ ਪਿਛਲੇ ਕੁਝ ਦਿਨਾਂ ਦੇ ਵਿੱਚ ਚਾਹੇ ਉਹ ਮਲੇਰ ਕੋਟਲੇ ਵਾਲੀ ਲੜਕੀ ਦੀ ਗੱਲ ਹੋਵੇ ਮੈਂ ਰਾਜਸਥਾਨ ਵਾਲੀ ਉਹ ਪੰਜਾਂ ਭੈਣਾਂ ਦੀ ਗੱਲ ਹੋਵੇ ਜਾਂ ਫਿਰ ਦੋਸਤੋ ਇੱਕ ਦਿਨ ਅਸੀਂ ਮੁਹਾਲੀ ਦੀ ਗੱਲ ਕਰ ਰਹੀ ਸੀ ਇੱਕ ਹਸਬੈਂਡ ਵਾਈਫ ਦੀ ਠੀਕ ਹੈ ਜਾਂ ਫਿਰ ਅੱਜਕੱਲ ਇੱਕ ਪਟਿਆਲੇ ਦੇ ਦੋ ਲੜਕੇ ਜੋ ਕੁਝ ਬਣਾਉਂਦੇ ਨੇ ਦੋਸਤੋ ਕੁਝ ਉਹਨਾਂ ਨੇ ਵੀ ਕੁਝ ਰੀਡੀ ਟਾਈਪ ਲਗਾ ਰੱਖਿਆ ਕਿਤੇ ਮੁਹਾਲੀ ਪਟਿਆਲੇ ਦੇ ਵਿਚਕਾਰ ਬਹੁਤ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਦੇਖਦੇ ਆ ਤਾਂ ਬਹੁਤ ਛੋਟੇ ਲੈਵਲ ਤੋਂ ਉੱਪਰ ਹੈ ਐਂਟਰਪ੍ਰੀਨਿਓਰਸ਼ਿਪ ਹੈ ਸਟਾਰਟ ਹੋਈ ਹੈ ਪੰਜਾਬ ਦੇ ਵਿੱਚ ਲੇਕਿਨ ਦੋਸਤੋ ਐਟਲੀਸਟ ਇਸ ਦੀ ਸ਼ੁਰੂਆਤ ਹੋ ਸਕੀ ਇਹੀ ਵੀ ਬਹੁਤ ਵੱਡੀ ਗੱਲ ਹੈ ਗੁਜਰਾਤ ਦੇ ਵਿੱਚ ਦੋਸਤ ਇੱਕ ਮਾਹੌਲ ਹੈ ਕਿਹਾ ਜਾਂਦਾ ਹੈ ਉੱਥੇ ਇੱਕ ਮਾਹੌਲ ਹੈ ਬੈਂਗਲੋਰ ਦੇ ਵਿੱਚ ਇੱਕ ਮਾਹੌਲ ਹੈ ਕਿ ਤੁਸੀਂ ਆਪਣੇ ਨਵੇਂ ਬਿਜ਼ਨਸ ਸਟਾਰਟ ਕਰੋ ਆਪਣੇ ਆਪਣੇ ਆਪ ਨੂੰ ਅੱਗੇ ਲੈ ਕੇ ਜਾਓ ਲੇਕਿਨ ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ ਅਜੇ ਮਾਹੌਲ ਨਹੀਂ ਬਣਿਆ ਲੇਕਿਨ ਦੋਸਤੋ ਚਾਹੇ ਪੜ੍ਹਨ ਦਾ ਮਾਹੌਲ ਹੋਵੇ ਚਾਹੇ ਬਿਜ਼ਨਸ ਦਾ ਮਾਹੌਲ ਹੋਵੇ ਕਿਸੇ ਵੀ ਤਰ੍ਹਾਂ ਦਾ ਮਾਹੌਲ ਹੋਵੇ ਜਦੋਂ ਉਹ ਪੈਦਾ ਹੋਵੇਗਾ ਫੇਰ ਹੀ ਇਹਨਾਂ ਸਮ ਨਿਕਲ ਸਕਦਾ ਹੈ ਜੀ ਠੀਕ ਹੈ ਤਾਂ ਫਿਰ ਅੱਜ ਦੇ ਐਮਸੀਕਿਊਜ਼ ਦੀ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾ ਜੋ ਐਮਸੀਕਿਊਜ਼ ਹੈ ਠੀਕ ਹੈ ਸਭ ਤੋਂ ਪਹਿਲੇ ਐਮਸੀਕਿਊਜ਼ ਤੇ ਚੱਲਦੇ ਹਾਂ ਪਹਿਲਾ ਐਮਸੀਕਿਊ ਹੈ ਦੋਸਤੋ ਕਿ ਕੇਂਦਰ ਸਰਕਾਰ ਦੁਆਰਾ ਕਿੰਨੀ ਲਾਗਤ ਲਈ ਨਿਵੇਸ਼ ਕਰਨ ਦੀ ਯੋਜਨਾ ਹੈ ਬਣਾਈ ਗਈ ਹੈ 15ਵੇਂ ਵਿੱਤ ਕਮਿਸ਼ਨ ਦੇ ਸਮੇਂ ਦੌਰਾਨ 42 ਤੋਂ ਵੱਧ ਵਾਇਰੋਲੋਜੀ ਰਿਸਰਚ ਅਤੇ ਡਾਇਗਨੋਸਟਿਕ ਲੈਬਾਰਟਰੀਆਂ ਸਥਾਪਿਤ ਕਰ ਲਈ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਇਹ ਜੋ ਵਾਇਰੋਲੋਜੀ ਰਿਸਰਚ ਐਂਡ ਡਾਇਗਨੋਸਟਿਕ ਲੈਬਾਰਟਰੀਜ਼ ਨੇ ਤਾਂ ਦੋਸਤੋ ਕਿਉਂਕਿ ਦੇਖੋ ਪੂਰੀ ਦੁਨੀਆ ਦੇ ਵਿੱਚ ਹੈ ਅੱਜਕੱਲ ਜੋ ਹੈ ਇੱਕ ਵਾਇਰਸ ਨੇ ਹੈ ਠੀਕ ਹੈ ਜੋ ਪੂਰੀ ਦੁਨੀਆ ਹਲਾ ਰੱਖੀ ਹੈ ਜੀ ਇੰਡੀਆ ਨੂੰ ਹਿਲਾ ਰੱਖਿਆ ਠੀਕ ਹੈ ਤਾਂ ਮੇਰੇ ਉਹ ਯਾਦ ਆ ਰਿਹਾ ਜੀ ਇੱਕ ਮੂਵੀ ਦੋਸਤੋ ਇੱਕ ਨਾਨਾ ਪਟਕਰ ਦੀ ਮੂਵੀ ਸੀ ਉਹਦੇ ਵਿੱਚ ਉਹ ਕਹਿ ਰਹੇ ਸੀ ਕਿ ਇੱਕ ਮੱਛਰ ਹੈ ਇਨਸਾਨ ਕੋ ਹਿਜੜਾ ਬਣਾ ਦਿੱਤਾ ਹੈ ਐਸਾ ਕੁਝ ਡਾਇਲੋਗ ਸੀ ਤਾਂ ਦੋਸਤੋ ਇਹ ਵਾਇਰਸ ਨੇ ਹੈ ਪੂਰੀ ਦੁਨੀਆ ਨੂੰ ਹੈ ਦੋਸਤੋ ਹਲਾ ਰੱਖਿਆ ਹੈ ਪੂਰੀ ਦੁਨੀਆ ਨੂੰ ਅਫੈਕਟ ਕੀਤਾ ਹੋਇਆ ਕਿੰਨਾ ਜ਼ਿਆਦਾ ਅਫੈਕਟ ਕੀਤਾ ਹੈ ਇਸ ਨਿਊਜ਼ ਤੋਂ ਪਹਿਲਾਂ ਦੱਸ ਦਾਂ ਦੋਸਤੋ ਕਿ ਦੇਖੋ ਇਸ ਵਾਇਰਸ ਕਰਕੇ ਹੈ ਦੋਸਤੋ ਦੋ ਇਕਨੋਮੀਆਂ ਹੈ ਕ੍ਰੈਸ਼ ਹੋਈਆਂ ਨੇ ਠੀਕ ਹੈ ਚਾਹੇ ਇੰਡੀਆ ਦੇ ਵਿੱਚ ਅਜੇ ਵੀ ਦੋਸਤੋ ਅਜੇ ਉਹਨੇ ਰਿਹਾ ਲੇਕਿਨ ਬਹੁਤ ਸਾਰੇ ਕੰਟਰੀਜ਼ ਨੇ ਜੋ ਦੋਸਤੋ ਬਹੁਤ ਜ਼ਿਆਦਾ ਅਫੈਕਟ ਹੋਏ ਨੇ ਬੇਰੋਜ਼ਗਾਰੀ ਹੈ ਅਤੇ ਬੇਰੋਜ਼ਗਾਰੀ ਹੁੰਦੀ ਹੈ ਤਾਂ ਜੋ ਐਂਟੀ ਗਵਰਨਮੈਂਟਸ ਜੋ ਐਕਟੀਵਿਟੀ ਸਟਾਰਟ ਹੋ ਜਾਂਦੀਆਂ ਨੇ ਸਰਕਾਰ ਦੇ ਖਿਲਾਫ ਲੋਕ ਨਾਰੇ ਲਾਉਣ ਲੱਗ ਜਾਂਦੇ ਨੇ ਤਾਂ ਦੋਸਤੋ ਇਸ ਦੀ ਜੋ ਸ਼ੁਰੂਆਤ ਹੈ ਅਫਰੀਕਾ ਦਾ ਇੱਕ ਛੋਟਾ ਜਿਹਾ ਕੰਟਰੀ ਹੈ ਟਿਊਨੀਸ਼ੀਆ ਤਾਂ ਟਿਊਨੀਸ਼ੀਆ ਦੇ ਵਿੱਚ ਵੀ ਉੱਥੋਂ ਦੇ ਜੋ ਲੋਕ ਨੇ ਸਰਕਾਰ ਦੇ ਖਿਲਾਫ ਹੋ ਚੁੱਕੇ ਨੇ ਅਤੇ ਉੱਥੋਂ ਦੇ ਪ੍ਰੈਜ਼ੀਡੈਂਟ ਨਹੀਂ ਹੈ ਉੱਥੋਂ ਦੀ ਜੋ ਲੋਕ ਸਭਾ ਹੈ ਉੱਥੋਂ ਦੀ ਸਰਕਾਰ ਹੈ ਉਸ ਨੂੰ ਭੰਗ ਕਰ ਦਿੱਤਾ ਹੈ ਮੈਂ ਹੁਣ ਟਿਊਨੀਸ਼ੀਆ ਦੀ ਗੱਲ ਕਿਉਂ ਕਰ ਰਿਹਾ ਹਾਂ ਦੋਸਤੋ ਕਿਉਂਕਿ ਦੇਖੋ ਕਿਤਨਾ ਕਿਤੇ ਉਹ ਵਾਇਰਸ ਨਾਲ ਵੀ ਜੁੜੀ ਹੈ ਅਤੇ ਕਿਤਨਾ ਕਿਤੇ ਦੋਸਤੋ ਇਹ ਬਹੁਤ ਚੰਗਾ ਸੰਕੇਤ ਨਹੀਂ ਹੈ ਆਉਣ ਵਾਲੇ ਵਕਤ ਦਾ ਕਿਉਂਕਿ 2011 ਦੇ ਵਿੱਚ ਵੀ ਇਹ ਜੋ ਅਰਬ ਸਪਰਿੰਗ ਹੋਈ ਸੀ ਅਰਬ ਸਪਰਿੰਗ ਇਹ ਮੈਂ ਇੱਕ ਸ਼ਬਦ ਯੂਜ਼ ਕੀਤਾ ਹੈ ਦੋਸਤੋ ਅਰਬ ਸਪਰਿੰਗ ਜੋ ਅਰਬ ਕੰਟਰੀ ਦੇ ਵਿੱਚ ਹੈ ਕ੍ਰਾਂਤੀ ਆਈ ਸੀ ਜਿਸ ਕਰਕੇ ਦੋਸਤੋ ਇਹ ਬਹੁਤ ਸਾਰੇ ਜੋ ਅਰਬ ਕੰਟਰੀਜ਼ ਦੇ ਵਿੱਚ ਹੈ ਡੈਮੋਕਰੇਸੀ ਦੇ ਹੱਕ ਦੇ ਵਿੱਚ ਹੈ ਨਾਰੇ ਲੱਗੇ ਸੀ ਕਿਉਂਕਿ ਇੱਥੇ ਜ਼ਿਆਦਾਤਰ ਕੰਟਰੀਜ਼ ਦੇ ਵਿੱਚ ਹੈ ਰਾਜਾ ਮਹਾਰਾਜਾ ਸਿਸਟਮ ਹੈ ਹੁਣ ਵੀ ਉੱਥੇ ਰਾਜਾ ਮਹਾਰਾਜਾ ਹੀ ਰਾਜ ਕਰਦੇ ਨੇ ਤਾਂ ਦੋਸਤੋ ਜਦੋਂ ਉੱਥੇ ਡਿਸਟਰਬੈਂਸ ਆਉਂਦੀ ਹੈ ਅਰਬ ਕੰਟਰੀਜ਼ ਦੇ ਵਿੱਚ ਹੈ ਤਾਂ ਦੋਸਤੋ ਉਸ ਕਰਕੇ ਬਹੁਤ ਸਾਰਾ ਜੋ ਵਪਾਰ ਹੈ ਇੰਡੀਆ ਵਰਗੇ ਦੇਸ਼ਾਂ ਦਾ ਉਹਨਾਂ ਕੰਟਰੀਜ਼ ਨਾਲ ਹੈ ਤੇ ਨਾਲ ਜੁੜਿਆ ਵਪਾਰ ਹੈ ਅਫੈਕਟ ਹੁੰਦਾ ਹੈ ਦੋਸਤੋ ਠੀਕ ਹੈ ਬਹੁਤ ਸਾਰੇ ਰੋਜ਼ਗਾਰ ਦੇ ਉੱਪਰ ਅਫੈਕਟ ਪੈਂਦਾ ਹੈ ਅਤੇ ਦੋਸਤੋ ਕਿਉਂਕਿ ਜੋ ਤੇਲ ਦਾ ਜੋ ਵਪਾਰ ਹੈ ਠੀਕ ਹੈ ਉਸ ਤੇ ਉੱਪਰ ਜ ਸਿਰਫ ਇੰਡੀਆ ਦੇ ਲਈ ਨਹੀਂ ਪੂਰੀ ਦੁਨੀਆ ਲਈ ਹੈ ਇੱਕ ਜੋ ਚਿੰਤਾ ਦਾ ਵਿਸ਼ਾ ਹੈ ਜੀ ਤਾਂ ਦੋਸਤੋ ਅਰਬ ਸਪ੍ਰਿੰਗ ਹੈ ਹੋ ਸਕਦਾ ਹੈ ਦੁਬਾਰਾ ਵੀ ਆ ਜਾਏ ਕਿਉਂਕਿ ਟਿਊਨੀਸ਼ੀਆ ਦੇ ਵਿੱਚ ਹੈ ਲੋਕਾਂ ਦਾ ਜੋ ਗੁੱਸਾ ਕਰਨਾ ਹੈ ਉੱਥੋਂ ਦੀ ਸਰਕਾਰ ਹੈ ਭੰਗ ਹੋ ਚੁੱਕੀ ਹੈ ਮੈਂ ਫੇਰ ਦੱਸਾਂ ਟਿਊਨੀਸ਼ੀਆ ਦੋਸਤੋ ਅਫਰੀਕਾ ਦਾ ਇੱਕ ਛੋਟਾ ਜਿਹਾ ਕੰਟਰੀ ਹੈ ਜੀ ਠੀਕ ਹੈ ਤਾਂ ਵਾਇਰਸ ਦੀ ਜੋ ਰਿਸਰਚ ਹੁੰਦੀ ਹੈ ਇਸ ਦੇ ਉੱਪਰ ਜੋ ਸਟੱਡੀ ਹੁੰਦੀ ਹੈ ਉਸ ਨੂੰ ਲੈ ਕੇ ਇੰਡੀਅਨ ਗਵਰਨਮੈਂਟ 42 ਤੋਂ ਜ਼ਿਆਦਾ ਜੋ ਹੈ ਲੈਬਸ ਬਣਾਉਣਾ ਚਾਹੁੰਦੀ ਹੈ ਅਤੇ ਦੋਸਤੋ ਕੁਐਸਚਨ ਇਹ ਹੈ ਕਿ ਉਸ ਦੇ ਉੱਪਰ ਕਿ ਕਿੰਨਾ ਖਰਚਾ ਹੋਵੇਗਾ ਅਤੇ ਇਸ ਬਾਰੇ ਜੋ ਦੋਸਤੋ ਪਲਾਨ ਕੋ ਕਿਨੇ ਕੀਤਾ ਹੈ 15ਵੇਂ ਫਾਈਨਾਂਸ ਕਮਿਸ਼ਨ ਨੇ ਇਸ ਦੇ ਨਾਲ ਹੀ ਨਾਲ ਤੁਹਾਨੂੰ ਦੱਸ ਦਵਾਂਗਾ ਦੋਸਤੋ ਇਹ ਜੋ 15ਵਾਂ ਫਾਈਨਾਂਸ ਕਮਿਸ਼ਨ ਹੈ ਇਸ ਦਾ ਜੋ ਟਾਈਮ ਪੀਰੀਅਡ ਹੈ ਇਹ ਹੈ 2021 ਤੋਂ 2025 ਅਤੇ ਇਸ ਦੇ ਜੋ ਚੇਅਰਮੈਨ ਨੇ ਉਹਨਾਂ ਦਾ ਨਾਮ ਹੈ ਦੋਸਤੋ ਨੰਦकिशोर ਸਿੰਘ ਐਨ ਕੇ ਸਿੰਘ ਇਹਨਾਂ ਦਾ ਨਾਮ ਹੈ ਜੀ ਠੀਕ ਹੈ 15ਵੇਂ ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਦਾ ਅਤੇ ਇਸ ਦਾ ਜੋ ਕੰਮ ਹੁੰਦਾ ਹੈ ਦੋਸਤੋ ਆਮ ਤੌਰ ਤੇ ਜੋ ਹੈ ਪ੍ਰੈਜ਼ੀਡੈਂਟ ਨੂੰ ਸਲਾਹ ਦੇਣਾ ਹੁੰਦਾ ਹੈ ਕਿ ਸੈਂਟਰ ਅਤੇ ਸਟੇਟ ਦੇ ਵਿੱਚ ਜੋ ਸਾਡੇ ਕੋਲ ਟੈਕਸ ਜਾਈ ਨੇ टैक्स की शेयरिंग है किस तरीके जाए जी टैक्स शेयरिंग उत्ते है प्रेजिडेंट न सलाह दिता है कि सेंटर अते स्टेट के उपर है शेयरिंग है की जाए तो दोस्तों जो पैसा है जो एलोकेट किया गया है वह किया गया है तीन सौ चौबीस करोड़ जी पहला इसका ऑप्शन है अते दोस्तों बयाली तो ज्यादा है वायरोलॉजी रिसर्च एंड डायगनोसटिक लैबोरेटरीज़ ने बनाईया जागियाँ जी ठीक है फिर दोस्तों अगला प्रश्न दूजा प्रश्न दूजा प्रश्न है जी दसना है कि पहले इंडियन सिटीजन दोस्तों ठीक है जो इंडियन सिटीजन एंगेजमेंट कि आम ਲੋਕਾਂ ਦੀਆਂ ਦੋਸਤੋ ਜੋ ਪ੍ਰੋਬਲਮਸ ਨੇ ਠੀਕ ਹੈ ਉਹਨਾਂ ਨੂੰ ਸੁਣਨ ਲਈ ਠੀਕ ਹੈ ਤਾਂ ਕਿ ਉਹ ਆਪਣੀਆਂ ਸ਼ਿਕਾਇਤਾਂ ਦਰਜ ਕਰਾ ਸਕਣ ਤਾਂ ਦੋਸਤੋ ਇੰਡੀਆ ਦਾ ਪਹਿਲਾ ਜੋ ਡਿਜੀਟਲ ਪਲੇਟਫਾਰਮ ਠੀਕ ਹੈ ਜਿਸ ਦੀ ਕੱਲ ਅਸੀਂ 7ਵੀਂ ਐਨੀਵਰਸਰੀ ਹੈ ਸੈਲੀਬ੍ਰੇਟ ਕਰ ਰਹੇ ਸੀ ਉਸ ਦਾ ਨਾਮ ਕੀ ਹੈ ਜੀ ਠੀਕ ਹੈ ਮਾਈ ਰਾਈਟਸ ਮਾਈ ਜੀਓਵੀ ਮਾਈ ਇੰਡੀਆ ਮੇਰਾ ਭਾਰਤ ਮੇਰਾ ਇੰਡੀਆ ਇਸ ਡਿਜੀਟਲ ਪਲੇਟਫਾਰਮ ਦਾ ਦੋਸਤੋ ਠੀਕ ਹੈ ਇਸ ਡਿਜੀਟਲ ਪੋਰਟਲ ਦਾ ਜਿਵੇਂ ਤੁਸੀਂ ਸਾਡੇ ਜੋ ਪੋਰਟਲ ਸਕਸੈਸ ਟਰੀ ਦੇ ਉੱਪਰ ਆ ਕੇ ਤੁਸੀਂ ਕੋਰਸਸ ਖਰੀਦੇ ਨੇ ਉਸੇ ਤਰੀਕੇ ਨਾਲ ਹੈ ਇਹ ਵੀ ਜੋ ਗਵਰਨਮੈਂਟ ਦਾ ਪੋਰਟਲ ਹੈ ਜਿਸ ਦੇ ਉੱਪਰ ਤੁਸੀਂ ਆਪਣੀ ਸ਼ਿਕਾਇਤਾਂ ਇਹ ਦਰਜ ਕਰਾ ਸਕਦੇ ਹੋ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਜੀ ਥੈਟ ਇਜ਼ ਦਾ ਮਾਈ ਗੋਵ ਜੀਓਵੀ ਤਾਂ ਮਾਈ ਗੋਵ ਇਜ਼ ਦਾ ਨੇਮ ਆਫ ਪੋਰਟਲ ਦੋਸਤੋ ਜਿੱਥੇ ਹੈ ਜੋ ਗਵਰਨਮੈਂਟ ਨੇ 26 ਜੁਲਾਈ ਨੂੰ ਹੈ ਇਸ ਇਸ ਨੂੰ 7 ਸਾਲ ਪੂਰੇ ਹੋਏ ਨੇ ਅਤੇ ਗਵਰਨਮੈਂਟ ਨੇ ਇਸ ਨੂੰ ਸੈਲੀਬ੍ਰੇਟ ਕੀਤਾ ਹੈ ਅਤੇ ਗਵਰਨਮੈਂਟ ਨੇ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ ਹੈ ਸਰਕਾਰ ਤੱਕ ਪਹੁੰਚਣ ਦਾ ਮੌਕਾ ਮਿਲਿਆ ਹੈ ਜੀ ਠੀਕ ਹੈ ਫਿਰ ਤੀਜਾ ਪ੍ਰਸ਼ਨ ਠੀਕ ਹੈ ਤੀਜੇ ਪ੍ਰਸ਼ਨ ਦੇ ਉੱਪਰ ਚੱਲਦੇ ਹਾਂ ਜੀ ਬੱਚਿਆਂ ਨੇ ਕਾਫੀ ਸਹੀ ਆਨਸਰ ਦਿੰਦੇ ਨੇ ਜੋ ਅਨੂ ਨੇ ਵੈਸੀ ਗਲਤ ਆਨਸਰ ਦਿੱਤਾ ਹੈ ਮਾਈ ਰਾਈਟ ਨਹੀਂ ਹੈ ਮਾਈ ਜੀਓ ਵੀ ਹੈ ਜੀ ਠੀਕ ਹੈ ਮਾਈ ਗਵਰਨਮੈਂਟ ਫਿਰ ਦੋਸਤੋ ਤੀਜਾ ਕੁਐਸਚਨ ਕਿ ਆਉਣ ਵਾਲੇ ਵਕਤ ਦੇ ਵਿੱਚ ਦੋਸਤੋ ਹਰ ਇੱਕ ਕੰਟਰੀ ਦੀ ਇੱਕ ਆਪਣੀ ਇੱਕ ਪਲੈਨਿੰਗ ਹੁੰਦੀ ਹੈ ਕਿ ਸਾਡੀ ਦੂਜੇ ਦੇਸ਼ਾਂ ਦੇ ਉੱਪਰ ਹੈ ਹਰ ਤਰ੍ਹਾਂ ਦੀ ਜੋ ਡਿਪੈਂਡੈਂਸੀ ਹੈ ਘੱਟ ਹੋ ਸਕੇ ਉਸੇ ਦਿਸ਼ਾ ਦੇ ਵਿੱਚ ਭਾਰਤ ਦੋਸਤੋ ਆਪਣਾ ਸਭ ਤੋਂ ਵੱਡਾ ਇੱਕ ਪਲਾਂਟ ਲਗਾਉਣ ਜਾ ਰਿਹਾ ਦੋਸਤੋ ਮੈਨੂਫੈਕਚਰਿੰਗ ਪਲਾਂਟ ਠੀਕ ਹੈ ਕਿਸ ਚੀਜ਼ ਦਾ ਮੈਨੂਫੈਕਚਰਿੰਗ ਪਲਾਂਟ ਦੋਸਤੋ ਉਹ ਲਗਾਉਣ ਜਾ ਰਹੇ ਹਨ ਲੀਥੀਅਮ ਦੇ ਆਇਨਸ ਦਾ ਠੀਕ ਹੈ ਲੀਥੀਅਮ ਆਇਨਸ ਦਾ ਇਹ ਲੀਥੀਅਮ ਆਇਨਸ ਦੋਸਤੋ ਕਿਸ ਚੀਜ਼ ਲਈ ਕੰਮ ਆਉਂਦੇ ਨੇ ਇਹ ਕੰਮ ਆਉਂਦੇ ਨੇ ਬੈਟਰੀਜ਼ ਨੂੰ ਬਣਾਉਣ ਲਈ ਦੋਸਤੋ ਠੀਕ ਹੈ ਤੱਕ ਬੈਟਰੀਆਂ ਹੈ ਬਣਾਈਆਂ ਜਾ ਸਕਣ ਕਿਉਂਕਿ ਫਿਲਹਾਲ ਦੋਸਤੋ ਲੀਥੀਅਮ ਆਇਨਸ ਦੀ ਜੋ ਮੈਨੂਫੈਕਚਰਿੰਗ ਦੇ ਉੱਪਰ ਹੈ ਬਹੁਤ ਵੱਡੀ ਜੋ ਸਾਡੀ ਡਿਪੈਂਡੈਂਸੀ ਹੈ ਚਾਈਨਾ ਦੇ ਉੱਪਰ ਹੈ ਤਾਂ ਇਹ ਇੰਡੀਆ ਦਾ ਲਾਰਜੇਸਟ 3 GWH ਲੀਥੀਅਮ ਆਇਨ ਮੈਨੂਫੈਕਚਰਿੰਗ ਪਲਾਂਟ ਹੈ ਲੱਗਣ ਜਾ ਰਿਹਾ ਹੈ ਅਤੇ ਕੁਐਸਚਨ ਹੈ ਕਿ ਇਹ ਜੋ ਪਲਾਂਟ ਹੈ ਕਿੱਥੇ ਲੱਗੇਗਾ ਜੀ ਸ਼੍ਰੀ ਪਰਮਬਟੂਰ ਲੱਗੇਗਾ ਹైదరాబాద్ ਲੱਗੇਗਾ ਮੁੰਬਈ ਲੱਗੇਗਾ ਜੀ ਠੀਕ ਹੈ ਤਾਂ ਬੱਚਿਆਂ ਨੇ ਅਨਸਰ ਦੇਣੀ ਸਟਾਰਟ ਕਰ ਦਿੱਤੇ ਨੇ ਨੌਇਡਾ ਅਨਸਰ ਦੇ ਰਹੇ ਨੇ ਤੇ ਉਹਨਾਂ ਸਾਰੇ ਬੱਚਿਆਂ ਦਾ ਅਨਸਰ ਠੀਕ ਹੈ ਜਿਨ੍ਹਾਂ ਨੇ ਨੌਇਡਾ ਅਨਸਰ ਦਿੱਤਾ ਹੈ ਜੀ ਨੌਇਡਾ ਹੈ ਕਿੱਥੇ ਹੈ ਜੀ ਉੱਤਰ ਪ੍ਰਦੇਸ਼ ਦੇ ਵਿੱਚ ਹੈ ਠੀਕ ਹੈ ਤਾਂ ਲੋਹਮ ਕਲੀਨ ਟੈਕ ਇਹ ਲਿਥੀਅਮ ਆਇਨ ਬੈਟਰੀ ਮੇਕਰ ਐਂਡ ਬੈਟਰੀ ਰੀਸਾਈਕਲਿੰਗ ਸੋਲੂਸ਼ਨ ਕੰਪਨੀ ਇੰਡੀਆ ਦੇ ਵਿੱਚ ਪਲਾਨ ਕਰ ਰਹੀ ਹੈ ਕਿ ਇੰਡੀਆ ਦੇ ਵਿੱਚ ਸਭ ਤੋਂ ਵੱਡਾ ਜੋ ਪਲਾਂਟ ਹੈ ਲਗਾਇਆ ਜਾ ਸਕੇ ਨੌਇਡਾ ਦੇ ਵਿੱਚ ਜੀ ਇਟ ਆਲਸੋ ਪਲਾਨਸ ਟੂ ਇੰਟਰੋਡਿਊਸ ਅ ਨਿਊ ਰੀ ਕੰਡਲਾ ਗੁਜਰਾ ਤਾਂ ਕੰਡਲਾ ਪਲਾਂਟ ਕੋਲ ਵੀ ਇਹਨਾਂ ਦੇ ਕੁਝ ਪਲਾਂਟਸ ਲਗਾਉਣ ਦੀ ਹੋਰ ਦੋਸਤੋ ਹੈ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਪਲੈਨਿੰਗ ਹੈ ਜੀ ਬਹੁਤ ਵਧੀਆ ਬੱਚੇ ਆਨਸਰ ਦੇ ਰਹੇ ਨੇ ਕਦੇ ਜੌਬ ਲਈ ਤਿਆਰੀ ਕਰਦਾ ਹੋ ਹਾਂਜੀ ਦਰਸ਼ਨ ਰਾਜਪੂਤ ਕੁਝ ਲਿਖ ਰਹੇ ਨੇ ਕਿਸੇ ਨੂੰ ਜਵਾਬ ਦੇ ਰਹੇ ਨੇ ਅਗਲਾ ਕੁਐਸਚਨ ਹੈ ਦੋਸਤੋ ਚਾਵਲ ਤੋਂ ਲੈ ਕੇ ਠੀਕ ਹੈ ਚਾਵਲ ਦਾ ਕੁਐਸਚਨ ਹੈ ਝੋਨੇ ਦਾ ਕੁਐਸਚਨ ਹੈ ਜੀਰੀ ਦਾ ਕੁਐਸਚਨ ਹੈ ਕਿ ਦੋਸਤੋ 골ਡਨ ਰਾਈਸ ਠੀਕ ਹੈ ਤਾਂ ਦੋਸਤੋ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਜੋ ਦੇਸ਼ ਹੈ ਠੀਕ ਹੈ ਉਸਨੇ ਆਪਣੇ ਉੱਥੇ ਜੇ ਜੈਨੇਟਿਕਲ ਮੋਡੀਫਾਈਡ ਜੀਐਮ 골ਡਨ ਰਾਈਸ ਨੂੰ ਕਮਰਸ਼ੀਅਲ ਪ੍ਰੋਡਕਸ਼ਨ ਲਈ ਹੈ ਉੱਥੇ ਮਨਜ਼ੂਰੀ ਦੇ ਦਿੱਤੀ ਹੈ ਜੀ ਠੀਕ ਹੈ ਤਾਂ ਦੋਸਤੋ ਜੈਨੇਟਿਕਲ ਮੋਡੀਫਾਈਡ ਕੀ ਹੁੰਦਾ ਹੈ ਜੀਐਮ ਕੀ ਹੁੰਦਾ ਹੈ ਤੁਹਾਨੂੰ ਪਤਾ ਵੀ ਹੋਏਗਾ ਬਹੁਤ ਸਾਰੇ ਸਟੂਡੈਂਟਸ ਨੂੰ ਜੀਐਮ ਹੁੰਦਾ ਹੈ ਦੋਸਤੋ ਜੈਨੇਟਿਕਲ ਮੋਡੀਫਾਈਡ ਹੁੰਦਾ ਹੈ ਕਿ ਜਦੋਂ ਉਸ ਫਸਲ ਦੇ ਜੋ ਬੀਜ ਹੈ ਨਾ ਕਿ ਉਹ ਨੈਚੁਰਲ ਧਰਤੀ ਤੋਂ ਪੈਦਾ ਹੋਣ ਦੋਸਤੋ ਉਹਨਾਂ ਨੂੰ ਜਦੋਂ ਲੈਬਾਰਟਰੀਜ਼ ਦੇ ਵਿੱਚ ਹੈ ਬਣਾਇਆ ਜਾਵੇ ਜਦੋਂ ਕਿਸੇ ਵੀ ਫਸਲ ਦੇ ਬੀਜਾਂ ਨੂੰ ਲੈਬਾਰਟਰੀਜ਼ ਦੇ ਵਿੱਚ ਬਣਾਇਆ ਜਾਵੇ ਤਾਂ ਉਸ ਨੂੰ ਦੋਸਤੋ ਜੀਐਮ ਕ੍ਰੌਪ ਕਹਿੰਦੇ ਨੇ ਕਦੇ ਪਹਿਲਾਂ ਇੰਡੀਆ ਦੇ ਵਿੱਚ ਜੀਐਮ ਜੋ ਹੈ ਬਰਿੰਜਲ ਦੀ ਗੱਲ ਚੱਲੀ ਸੀ ਦੋਸਤੋ ਬੈਂਗਣ ਹੋਰ ਵੀ ਕਈ ਸਾਰੀਆਂ ਫਸਲਾਂ ਨੇ ਜੋ ਹੈ ਜੈਨੇਟਿਕਲ ਮੋਡੀਫਾਈਡ ਨੇ ਇੰਡੀਆ ਦੇ ਵਿੱਚ ਤਾਂ ਹੁਣ ਇਹ ਕਿਹੜੇ ਦੇਸ਼ ਦੇ ਵਿੱਚ ਹੈ 골ਡਨ ਰਾਈਸ ਨੂੰ ਬਣਾਉਣ ਦੀ ਹੈ ਗੱਲ ਕੀਤੀ ਹੈ ਇੰਡੋਨੇਸ਼ੀਆ ਜਾਪਾਨ ਫਿਲੀਪੀਨ ਚਾਈਨਾ ਆ ਜਾਂ ਵੇਤਨਾਮ ਕਾਫੀ ਬੱਚੇ ਫਿਲੀਪੀਨਸ ਕਹਿ ਰਹੇ ਨੇ ਅਤੇ ਇਸ ਦਾ ਸਹੀ ਆਨਸਰ ਵੀ ਦੋਸਤੋ ਕੀ ਹੈ ਜੀ ਫਿਲੀਪੀਨਸ ਹੈ ਜੀ ਠੀਕ ਹੈ 골ਡਨ ਰਾਈਸ ਦੀ ਗੱਲ ਕੀਤੀ ਹੈ ਦੋਸਤੋ ਬਹੁਤ ਹੀ ਬੈਟਰ ਹੁੰਦੇ ਨੇ ਜੋ ਹੈ ਸਾਡੀ ਸਿਹਤ ਲਈ ਸਾਡੀ ਹੈਲਥ ਲਈ ਜੀ ਠੀਕ ਹੈ ਫੇਰ ਦੋਸਤੋ ਨੈਕਸਟ ਕੁਐਸਚਨ ਹੈ ਜੀ ਦੋਸਤੋ ਨੈਕਸਟ ਕੁਐਸਚਨ ਹੈ कासेज ठीक है दोस्तों ए कासेज की है सबसे पहले दसना दोस्तों ये एक इकोनॉमिकल जोन है जो जो कि गुजरात ਦੇ ਵਿੱਚ ਹੈ कांडला इकोनॉमिकल जोन ठीक है इकोनॉमिकल जोन ਕੀ ਹੁੰਦੇ ਨੇ ਦੋਸਤੋ ਸਪੈਸ਼ਲ ਇਕਨੋਮਿਕਲ ਜ਼ੋਨ ਕੀ ਹੁੰਦੇ ਨੇ ਸਭ ਤੋਂ ਪਹਿਲਾਂ ਇਹ ਦੱਸਦਾ ਕਿ ਜਿਵੇਂ ਸਾਡੇ ਪੰਜਾਬ ਦੇ ਵਿੱਚ ਵੀ ਦੋਸਤੋ ਕੁਝ ਥਾਵਾਂ ਤੇ ਸਪੈਸ਼ਲ ਇਕਨੋਮਿਕ ਜ਼ੋਨ ਹੈ ਉੱਥੇ ਅਨਾਉਂਸ ਕੀਤਾ ਹੋਇਆ ਹੈ ਸਪੈਸ਼ਲ ਇਕਨੋਮਿਕ ਜ਼ੋਨ ਦੋਸਤੋ ਹੁੰਦਾ ਹੈ ਤਾਂ ਕਿ ਜੋ ਸੂਬਾ ਸਰਕਾਰਾਂ ਨੇ ਜਾਂ ਕੇਂਦਰ ਸਰਕਾਰ ਹੈ ਉਸ ਇਲਾਕੇ ਦੇ ਵਿੱਚ ਹੈ ਇੰਡਸਟਰੀ ਨੂੰ ਪ੍ਰਮੋਟ ਕਰਿਆ ਜਾ ਸਕੇ ਅਤੇ ਇੰਡਸਟਰੀ ਨੂੰ ਪ੍ਰਮੋਟ ਦੋਸਤੋ ਕਿਵੇਂ ਕਰਿਆ ਜਾਂਦਾ ਹੈ ਕਿ ਜੇ ਕੋਈ ਵੀ ਉਸ ਸਪੈਸੀਫਿਕ ਥਾਂ ਦੇ ਉੱਪਰ ਆਪਣਾ ਕੋਈ ਇੰਡਸਟਰੀ ਲਾਉਂਦਾ ਹੈ ਆਪਣੀ ਕੋਈ ਕੰਪਨੀ ਬਣਾਉਂਦਾ ਹੈ ਤਾਂ ਦੋਸਤੋ ਉੱਥੇ ਉਸ ਨੂੰ ਬਹੁਤ ਸਾਰੀਆਂ ਟੈਕਸਾਂ ਦੇ ਵਿੱਚ ਹਰਿਆਇਤ ਦਿੱਤੀ ਜਾਂਦੀ ਹੈ ਉਸ ਦਾ ਜੋ ਖਰਚਾ ਹੈ ਇੱਕ ਟੈਕਸਸ ਦੇ ਵਿੱਚ ਹੈ ਕਾਫੀ ਜ਼ਿਆਦਾ ਹੈ ਘਟ ਜਾਂਦਾ ਹੈ ਤਾਂ ਬਹੁਤ ਸਾਰੇ ਜੋ ਇੰਡਸਟਰੀਜ਼ ਨੇ ਹਮੇਸ਼ਾ ਜੋ ਹੈ ਪ੍ਰਮੋਟ ਕਰਦੇ ਨੇ ਹਮੇਸ਼ਾ ਚਾਹੁੰਦੇ ਨੇ ਕਿ ਜ਼ਿਆਦਾ ਤੋਂ ਜ਼ਿਆਦਾ ਇਹ ਇਕਨੋਮਿਕ ਜ਼ੋਨਸ ਬਣ ਸਪੈਸ਼ਲ ਇਕਨੋਮਿਕ ਜ਼ੋਨਸ ਬਣ ਤਾਂ ਕਿ ਉੱਥੇ ਉਹਨਾਂ ਦਾ ਬੈਨੀਫਿਟ ਹੋ ਸਕੇ ਤਾਂ ਦੋਸਤੋ ਦੱਸਣਾ ਹੈ ਕਿ ਜੋ ਕੈਸਸ ਹੈ ਠੀਕ ਹੈ ਇਸ ਨੂੰ ਦੋਸਤੋ ਰੀਸੈਂਟਲੀ ਇੰਡੀਆ ਇੱਕ ਅਵਾਰਡ ਮਿਲਿਆ ਹੈ ਗ੍ਰੀਨ ਬਿਲਡਿੰਗ ਕਾਉਂਸਲ ਗ੍ਰੀਨ ਸਿਟੀਜ਼ ਪਲੈਟਿਨਮ ਰੇਟਿੰਗ ਐਂਡ ਬਿਕਮ ਦਾ ਅਤੇ ਦੋਸਤੋ ਇਹ ਇਹ ਇਸ ਨੂੰ ਗ੍ਰੀਨ ਬਿਲਡਿੰਗ ਕਾਉਂਸਲ ਗ੍ਰੀਨ ਸਿਟੀ ਪਲੈਟਿਨਮ ਰੇਟਿੰਗ ਦਿੰਦੀ ਹੈ पहला ग्रीन स्पेशल इकोनॉमिक जोन मिले है टू अचीव सटे रेटिंग फॉर एग्जिस्टिंग सिटीज तो ये यह दसने की जो कांडला है दोस्तों है कितने है ठीक है तो दोस्तों ग्रीन जिथे भी वर्ड आ गया मतलब एक एक है कि इनवायरमेंट जो है ਕੀ ਕਰਦਾ ਹੈ ਸਪੋਰਟ ਕਰਦਾ ਹੈ ਇਕੋ ਫਰੈਂਡਲੀ ਹੈ ਤਾਂ ਦੋਸਤੋ ਇਹ ਬਹੁਤ ਵੱਡੀ ਗੱਲ ਹੈ ਕਿ ਕਿਸੇ ਇੰਡੀਆ ਦੇ ਸਪੈਸ਼ਲ ਇਕਨੋਮਿਕ ਜ਼ੋਨ ਨੂੰ ਹੈ ਇਸ ਤਰ੍ਹਾਂ ਦਾ ਫਰਸਟ ਗ੍ਰੀਨ ਐਸੀ ਜ਼ेड ਦਾ ਦੋਸਤੋ ਅਵਾਰਡ ਮਿਲੇ ਹੈ ਤਾਂ ਦੋਸਤੋ ਇਹ ਹੈ ਕਿੱਥੇ ਕੰਡਲਾ ਪੋਰਟ ਇਹ ਹੈ ਜੀ ਗੁਜਰਾਤ ਦੇ ਵਿੱਚ ਦੋਸਤੋ ਇਸ ਦਾ ਪੂਰਾ ਨਾਮ ਹੈ ਕੰਡਲਾ ਸਪੈਸ਼ਲ ਇਕਨੋਮਿਕ ਜ਼ੋਨ ਅਤੇ ਕਿੱਥੇ ਹੈ ਜੀ ਗੁਜਰਾਤ ਦੇ ਵਿੱਚ ਹੈ ਤਾਂ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਫਿਰ ਦੋਸਤੋ ਕੰਡਲਾ ਪੋਰਟ ਠੀਕ ਹੈ ਪੋਰਟ ਵੀ ਹੈ ਠੀਕ ਹੈ ਸਮੰਦਰੀ بندرਗਾਹ ਵੀ ਹੈ ਠੀਕ ਹੈ ਤਾਂ ਦੋਸਤੋ ਇਹ ਤੇ ਯਾਦ ਰੱਖਣਾ ਹੈ ਕਿ ਜੋ ਗੁਜਰਾਤ ਦੇ ਵਿੱਚ ਠੀਕ ਹੈ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਕੁਐਸਚਨ ਮੈਂ ਕੋਰਿਲੇਟ ਕਰ ਰਹੇ ਹਾਂ ਇਸ ਦੇ ਨਾਲ ਗੁਜਰਾਤ ਦੀ ਗੱਲ ਹੋਈ ਹੈ ਤਾਂ ਦੋਸਤੋ ਬੜਾ ਇੰਪੋਰਟੈਂਟ ਕੁਐਸਚਨ ਸੀ ਕੱਲ ਅਸੀਂ ਪੜਾਇਆ ਸੀ ਕਿ ਯੂਨੈਸਕੋ ਨੇ ਹੜੱਪਾ ਸਭਿਤਾ ਦੇ ਇੱਕ ਸ਼ਹਿਰ ਨੂੰ ਠੀਕ ਹੈ ਜੋ ਗੁਜਰਾਤ ਦੇ ਵਿੱਚ ਸਥਿਤ ਹੈ ਉਸ ਨੂੰ ਹੈ ਵਰਲਡ ਹੈਰੀਟੇਜ ਲਿਸਟ ਦੇ ਵਿੱਚ ਇਨਕਲੂਡ ਕਰ ਲਿਆ ਹੈ ਅਤੇ ਇਸ ਤੋਂ ਪਹਿਲਾਂ ਅਸੀਂ 2 ਦਿਨ ਪਹਿਲਾਂ ਖਬਰ ਸੁਣੀ ਸੀ ਕਿ ਤੇਲੰਗਾਨਾ ਦਾ ਜੋ ਰੁਦਰੇਸ਼ਵਰ ਰਾਮੱਪਾ ਟੈਂਪਲ ਹੈ ਉਸ ਨੂੰ ਵੀ ਹੈ ਯੂਨੈਸਕੋ ਨੇ ਆਪਣੀ ਵਰਲਡ ਹੈਰੀਟੇਜ ਲਿਸਟ ਦੇ ਵਿੱਚ ਇਨਕਲੂਡ ਕਰ ਲਿਆ ਹੈ ਤਾਂ ਦੋਸਤੋ ਜੋ ਮੈਂ ਜੇ ਗੱਲ ਕਰਾਂ ਇਹ ਕਿਹੜਾ ਸ਼ਹਿਰ ਹੈ ਹੜੱਪਾ ਸਭਿਤਾ ਦਾ ਜਿਸ ਨੂੰ ਜੋ ਹੈ ਯੂਨੈਸਕੋ ਨੇ ਆਪਣੀ ਵਰਲਡ ਹੈਰੀਟੇਜ ਲਿਸਟ ਦੇ ਵਿੱਚ ਇਨਕਲੂਡ ਕਰ ਲਿਆ ਹੈ ਉਹ ਸ਼ਹਿਰ ਦਾ ਨਾਮ ਹੈ ਜੀ ਢੋਲਾਵੀਰਾ ਤਾਂ ਕਾਫੀ ਬੱਚਿਆਂ ਨੇ ਅਨਸਰ ਦੇ ਦਿੱਤਾ ਹੈ ਜੀ ਵੈਰੀ ਗੁੱਡ ਠੀਕ ਹੈ ਦੈਟ ਇਜ਼ ਦਾ ਢੋਲਾ ਵਿਰਾਜ ਜੀ ਤਾਂ ਅਗਲੇ ਪ੍ਰਸ਼ਨ ਦਾ ਉੱਤਰ ਬਹੁਤ ਸਾਰੇ ਬੱਚੇ ਪਹਿਲਾਂ ਹੀ ਦੇਣ ਲੱਗੇ ਨੇ ਕਿ ਨਜ਼ੀਮ ਇਕਾਤੀ ਦੋਸਤੋ ਰੀਸੈਂਟਲੀ ਕਿਸ ਦੇਸ਼ ਦੇ ਨਵੇਂ ਪ੍ਰਾਈਮ ਮਿਨਿਸਟਰ ਬਣੇ ਨੇ ਠੀਕ ਹੈ ਜੀ ਤਾਂ ਨਜ਼ੀਮ ਇਕਾਤੀ ਕਿਸ ਦੇਸ਼ ਦੇ ਨਵੇਂ ਪ੍ਰਾਈਮ ਮਿਨਿਸਟਰ ਬਣੇ ਨੇ ਤਾਂ ਦੋਸਤੋ ਇਸ ਪ੍ਰਸ਼ਨ ਤੋਂ ਪਹਿਲਾਂ ਮੈਂ ਸਭ ਨੂੰ ਇਹ ਦੱਸਣਾ ਚਾਹਾਂਗਾ ਕਿ ਦੋਸਤੋ ਅੱਜ ਦਾ ਜੋ ਲਾਸਟ ਸੈਕਸ਼ਨ ਹੈ ਸਾਡਾ ਜੋ ਲਾਸਟ ਸੈਕਸ਼ਨ ਹੈ ਉਸ ਦੇ ਵਿੱਚ ਪਿਛਲੇ ਐਤਵਾਰ ਨੂੰ ਜੋ ਪੇਪਰ ਹੋਇਆ ਸੀ ਦੋਸਤੋ ਫਿਸ਼ਰੀ ਡਿਪਾਰਟਮੈਂਟ ਦਾ ਤਾਂ ਫਿਸ਼ਰੀ ਡਿਪਾਰਟਮੈਂਟ ਦਾ ਜੋ ਪੇਪਰ ਹੋਇਆ ਸੀ ਉਸ ਦੇ ਵਿੱਚ ਜੋ ਜੀਕੇ ਦੇ ਪ੍ਰਸ਼ਨ ਆਏ ਸੀ ਉਹ ਸਾਰੇ ਮੈਂ ਡਿਸਕਸ ਕਰਨ ਵਾਲਾ ਹਾਂ ਜੀ ਤਾਂ ਦੋਸਤੋ ਉਸ ਤੋਂ ਇਲਾਵਾ ਇੱਕ ਹੋਰ ਜੋ ਹੈ ਪੁਰਾਣਾ ਪ੍ਰੀवियस ਇਅਰ ਪੇਪਰ ਐ ਮੈਂ ਡਿਸਕਸ ਕਰਾਂਗਾ ਤਾਂ ਤੁਸੀਂ ਦੋਸਤੋ ਸੈਸ਼ਨ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਜ਼ਰੂਰ ਕਰ ਦਿਓ ਤਾਂ ਕਿ ਜਿਆਦਾ ਤੋਂ ਜਿਆਦਾ ਜੋ ਬੱਚੇ ਸਾਡੇ ਤੱਕ ਹੈ ਜੋੜ ਸਕਣ ਤਾਂ ਦੋਸਤੋ ਇਹ ਜੋ ਪ੍ਰਧਾਨ ਮੰਤਰੀ ਨਿਯੁਕਤ ਹੋਏ ਨੇ ਨਜੀਬ ਮਿਕਾਤੀ ਇਹ ਹੋਏ ਨੇ ਜੀ ਕਿਸ ਦੇਸ਼ ਦੇ ਕਾਫੀ ਬੱਚਾ ਨੇ ਸਹੀ ਆਨਸਰ ਦੇ ਦਿੱਤਾ ਜੀ ਲੈਬਨਨ ਦੇ ਤਾਂ ਦੋਸਤੋ ਜੋ ਫਾਰਮਰ ਪ੍ਰਾਈਮ ਮਿਨਿਸਟਰ ਨਜੀਬ ਮਿਕਾਤੀ ਪਹਿਲਾਂ ਵੀ ਇਹ ਪ੍ਰਧਾਨ ਮੰਤਰੀ ਰਹੇ ਚੁੱਕੇ ਨੇ ਦੁਬਾਰਾ ਤੋਂ ਇਹਨਾਂ ਨੂੰ ਹੈ ਉੱਥੇ ਪ੍ਰਧਾਨ ਮੰਤਰੀ ਹੈ ਦੋਸ ਫਿਰ ਜ ਅਗਲਾ ਕੁਐਸਚਨ ਕੱਲ ਅਸੀਂ ਨਿਊਜ਼ਪੇਪਰ ਦੇ ਵਿੱਚ ਵੀ ਪੜਿਆ ਸੀ ਉਮੀਦ ਕਰਦਾ ਹਾਂ ਯਾਦ ਹੋਏਗਾ ਕਿ ਦੋਸਤੋ ਗ੍ਰੇਟ ਲਰਨਿੰਗ ਦੋਸਤੋ ਇਹ ਜੋ ਇੱਕ ਐਜੂਕੇਸ਼ਨਲ ਪਲੈਟਫਾਰਮ ਹੈ ਸਿੰਗਾਪੁਰ ਦਾ ਇਸ ਨੂੰ 600 ਮਿਲੀਅਨ ਦੇ ਵਿੱਚ ਖਰੀਦਣ ਵਾਲੀ ਕਿਹੜੀ ਕੰਪਨੀ ਹੈ ਜੀ ਅਨਕੈਡਮੀ ਹੈ ਬਾਈਜੂ ਹੈ ਕਲਾਸਪਸ ਹੈ ਸਕਿਲਮੈਟਿਕਸ ਹੈ ਜਾਂ ਕੁਇਜ਼ ਹੈ ਤਾਂ ਦੋਸਤੋ ਜੋ ਹੈ ਕਿਹੜੀ ਜੋ ਜੋ ਵੱਡੀ ਕੰਪਨੀ ਹੈ ਜਿਸ ਨੇ ਸਿੰਗਾਪੁਰ ਦੇ ਗ੍ਰੇਟ ਲਰਨਿੰਗ ਐਪ ਨੂੰ ਹੈ 600 ਮਿਲੀਅਨ ਯੂ ਐਸ ਡਾਲਰ ਨਾਲ ਹੈ ਖਰੀਦਿਆ ਹੈ ਜੀ ਤਾਂ ਮੈਨੂੰ ਲੱਗਦਾ ਜੋ ਬੱਚੇ ਹਰ ਰੋਜ਼ ਮੇਰੇ ਨਾਲ ਜੁੜਦੇ ਨੇ ਸਭ इजीली ਆਨਸਰ ਦੇ ਦੇਣਗੇ ਜੀ ਤਾਂ ਦੋਸਤੋ ਇਸ ਦਾ ਆਨਸਰ ਹੈ ਬਾਈਜੂ ਤਾਂ ਦੋਸਤੋ ਇੰਡੀਆ ਦੀ ਐਜੂਕੇਸ਼ਨਲ ਟੈਕਨੋਲੋਜੀ ਕੰਪਨੀ ਹੈ ਜੀ ਜਿਸ ਦਾ ਹੈਡਕ quarter ਬੰਗਲੌਰ ਦੇ ਵਿੱਚ ਹੈ ਅਤੇ ਦੋਸਤੋ ਇਸ ਨੇ ਆਕਾਸ਼ ਇੰਸਟੀਚੂਟ ਨੂੰ ਖਰੀਦਿਆ ਸੀ ਹੁਣ ਇਸ ਨੇ ਗ੍ਰੇਟ ਲਰਨਿੰਗ ਨੂੰ ਵੀ ਹੈ ਲਗਭਗ पांच साढ़े चार हज़ार करोड़ की कीमत नाल दोस्तों खरीद लिया है जी ठीक है फिर अठवं क्वेश्चन दोस्तों अठवं क्वेश्चन एक दोस्तों कीड़े मकोड़े का क्वेश्चन है ठीक है एक इनसैक्ट का क्वेश्चन है दसना है दोस्तों इस इनसैक्ट का नाम ही बड़ा औखा जाए वैसे बा बायो बायोनी हाई हाँ जी एक मिनट हाँ जी काफ़ी मुश्किल जहा नाम है बायनो ह्यूरू स्टेमीलेनस ठीक है काफ़ी व्डा नाम है बायनो ਚੀਰੂ ਸਟੈਮਿਲੈਨਸਸ ਤਾਂ ਇਹ ਦੋਸਤੋ ਖਾਸ ਗੱਲ ਹੈ ਕਿ ਵਿੰਗਲੈਸ ਹੈ ਇਸਦੇ ਕੋਈ ਵੀ ਫੰਗ ਨਹੀਂ ਹੈਗੇ ਤਾਂ ਇਸ ਨੂੰ ਰੀਸੈਂਟਲੀ ਹੈ ਡਿਸਕਵਰ ਕੀਤਾ ਗਿਆ ਹੈ ਤਾਂ ਇਹ ਦੱਸਣਾ ਹੈ ਕਿ ਇਹ ਜੋ ਓਕੇ ਜੇ ਨਾਮ ਵਾਲਾ ਵਿੰਗਲੈਸ ਇਨਸੈਕਟ ਹੈ ਜੀ ਜਿਸ ਦਾ ਨਾਮ ਹੈ ਬਾਇਨੋ ਚੀਰੂਸ ਸਟੈਮਿਲੈਨਸਸ ਇਹ ਇੰਡੀਆ ਦੇ ਵਿੱਚ ਕਿੱਥੇ ਲੱਭਿਆ ਗਿਆ ਹੈ ਏਡੂਕੀ ਬੈਗਲਕੋਟ ਨੀਲਗਿਰੀ ਦੀਦੀਹਟ ਨਾਗਰੀ ਹਿਲਸ ਜੀ ਕਿੱਥੇ ਇਸ ਨੂੰ ਹੈ ਲੱਭਿਆ ਗਿਆ ਹੈ ਤਾਂ ਦੋਸਤੋ ਇਸ ਦਾ ਕਰੈਕਟ ਆਨਸਰ ਹੈ ਤਮਿਲनाडु ਦੇ ਵਿੱਚ ਨੀਲਗਿਰੀ ਹिल्स ਦੇ ਵਿੱਚ ਦੋਸਤੋ ਇਸ ਇਨਸੈਕਟ ਨੂੰ ਹੈ ਜਿਸ ਦੇ ਕਿ ਫੰਗ ਨਹੀਂ ਹੈਗੇ ਤਾਂ ਵਿੰਗਲੈਸ ਅਫੈਕਟ ਹੈ ਇਸ ਨੂੰ ਲੱਭਿਆ ਗਿਆ ਹੈ ਜੀ ਤਾਂ ਦੋਸਤੋ ਇਸ ਤਰ੍ਹਾਂ ਦੇ ਜੋ এনवायरमेंट ਨਾਲ ਜੁੜੇ ਕੁਐਸਚਨਸ ਵੀ ਕੁਛ ਨਾ ਕੁਛ ਆ ਜਾਂਦੇ ਨੇ ਜੋ ਜੀਓਲੋਜੀ ਵਾਲੇ ਬੱਚੇ ਨੇ ਉਹ ਤਾਂ इजीली ਲੈ ਲੈਣਗੇ ਨਾਮ ਜੀ ਹਾਂ ਜੀ ਤਾਂ ਤਾਂ ਹੀ ਹੋਣਾ ਹਾਂਜੀ ਇਹ ਇਹ ਤਾਂ ਜੀਓਲੋਜੀ ਵਾਲਿਆਂ ਦਾ ਹੀ ਹੋਣਾ ਬਿਲਕੁਲ ਬਿਲਕੁਲ ਜੀ ਠੀਕ ਹੈ ਫਿਰ ਦੋਸਤੋ ਅਗਲਾ ਜੋ ਪ੍ਰਸ਼ਨ ਹੈ ਐਸ ਇਸ ਦੀ ਫੋਟੋ ਵੀ ਮੈਂ ਤੁਹਾਡੇ ਲਈ ਲਗਾ ਦਿੱਤੀ ਹੈ ਜੀ ਤਾਂ ਦੋਸਤੋ ਜਿੰਨਾ ਕਿ ਨਾਮ ਓਖ ਹੈ ਉਸੇ ਤਰ੍ਹਾਂ ਦਾ ਇਸ ਦੀ ਜੋ ਸ਼ਕਲ ਹੈ ਇਸ ਦੀ ਜੋ ਜੋ ਬਣਾਵਟ ਹੈ ਉਹ ਵੀ ਕਾਫੀ ਜੋ ਹੈ ਗੁੰਝਲਦਾਰ ਜੀ ਹੈ ਜੀ ਠੀਕ ਹੈ ਫਿਰ ਦੋਸਤੋ ਤਾਮਿਲਨਾਡੂ ਦੇ ਵਿੱਚ ਨੀਲਗிரி ਹिल्स ਫਿਰ ਅਗਲਾ ਕੁਐਸਚਨ ਹੈ ਸੀਆਰਪੀ ਡੇ ਸੀਆਰਪੀਐਫ ਡੇ ਦੋਸਤੋ ਕਦੋਂ ਅਬਜ਼ਰਵ ਕਰਾਇਆ ਜਾਂਦਾ ਹੈ 83ਵਾਂ ਸੀਆਰਪੀਐਫ ਡੇ ਜੋ ਸੈਂਟਰਲ ਜ਼ਰਪ ਪੁਲਿਸ ਫੋਰਸ ਹੈ ਦੋਸਤੋ ਠੀਕ ਹੈ ਸਾਡੀ ਪੈਰਾਮਿਲਟਰੀ ਫੋਰਸ ਹੈ ਇਹ ਜੋ ਰਾਈジング ਡੇ ਦਾ ਕਦੋਂ ਅਬਜ਼ਰਵ ਕਰਾਇਆ ਜਾਂਦਾ ਹੈ ਆਮ ਤੌਰ ਤੇ ਅਸੀਂ ਦੇਖਦੇ ਹਾਂ ਜਦੋਂ ਵੀ ਕਿਸੇ ਸਟੇਟ ਦੇ ਵਿੱਚ ਇਲੈਕਸ਼ਨ ਹੁੰਦੇ ਨੇ ਉੱਥੇ ਲੋ ਐਂਡ ਆਰਡਰ ਦੀ ਸਥਿਤੀ ਬਹਾਲ ਹੁੰਦੀ ਬਹਾਲ ਨਹੀਂ ਹੁੰਦੀ ਤਾਂ ਸਟੇਟ ਗਵਰਨਮੈਂਟ ਹੈ ਸੀਆਰਪੀਐ 27 जुलाई को ठीक है जी इंपॉर्टेंट क्वेश्चन है और दोस्तों लास्ट जो प्रश्न है जी वो प्रश्न है कि ਦੱਸਣਾ ਹੈ ਕਿ ਇਨ੍ਹਾਂ ਵਿੱਚੋਂ ਕਿਹੜਾ ਸਟੇਟ ਹੈ ਕਿਹੜਾ ਸੂਬਾ ਹੈ ਦੋਸਤੋ ਜਿਸਨੇ ਕਿ ਆਯੁਸ਼ਟ ਡਿਪਾਰਟਮੈਂਟ ਨਾਲ ਸਮਝੋਤਾ ਕੀਤਾ ਹੈ ਦੋਸਤੋ ਤਾਂ ਕਿ ਉੱਥੇ ਜੋ ਹੈ ਲੋਕਾਂ ਦੀ ਜੋ ਹੈਲਥ ਹੈ ਠੀਕ ਹੈ ਜਾਂ ਫਿਰ ਜੋ ਟ੍ਰਾਈਬਲ ਲੋਕਾਂ ਦੋ ਦੋਸਤੋ ਜੋ ਹੈ ਕਿ ਉਹਨਾਂ ਨੂੰ ਬੜੀ ਸਾਰੀ ਜੜੀ ਬੂਟੀਆਂ ਦੀ ਨੌਲੇਜ ਹੁੰਦੀ ਹੈ ਟ੍ਰਾਈਬਲ ਲੋਕਾਂ ਨੂੰ ਤਾਂ ਦੋਸਤੋ ਉਹਨਾਂ ਤੋਂ ਹੈ ਉਹ ਜੋ ਨੌਲੇਜ ਇਕੱਠੇ ਕਰਕੇ ਉਹਨਾਂ ਲਈ ਹੈ ਬਿਜ਼ਨਸ ਵੀ ਪੈਦਾ ਕੀਤਾ ਜਾ ਸਕੇ ਅਤੇ ਲੋਕਾਂ ਦੀ ਹੈਲਥ ਵੀ ਹੈ ਹੋਰ ਬੈਟਰ ਕਰ ਸਕਣ ਤਾਂ ਦੋਸਤੋ ਆਯੂਸ਼ ਨਾਲ ਹੈ ਕਿਸ ਸਟੇਟ ਨੇ ਹੈ ਇਹ ਸਮਝੌਤਾ ਕੀਤਾ ਹੈ ਆਯੂਸ਼ ਦੋਸਤੋ ਸਭ ਤੋਂ ਪਹਿਲਾਂ ਆਯੂਸ਼ ਦਾ ਮਤਲਬ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਫੁੱਲ ਫਾਰਮ ਪੁੱਛ ਸਕਦੇ ਨੇ ਤੁਹਾਡੇ ਤੋਂ ਤਾਂ ਦੋਸਤੋ ਇਹ ਡਿਪਾਰਟਮੈਂਟ ਹੈ ਜਿਸ ਦਾ ਫੁੱਲ ਫਾਰਮ ਹੈ ਆਯੁਰਵੇਦਾ ਠੀਕ ਹੈ ਜੀ ਯੂ ਦਾ ਮਤਲਬ ਹੈ ਦੋਸਤੋ ਯੂਨਾਨੀ ਇਸ ਦਾ ਮਤਲਬ ਹੈ ਸਿੱਧਾ ਅਤੇ ਦੋਸਤੋ ਐਸ ਦਾ ਮਤਲਬ ਹੈ ਹੋਮਿਓਪੈਥਿਕ ਹੋਮਿਓਪੈਥਿਕ ਤਾਂ ਦੋਸਤੋ ਆਯੂਸ਼ ਮਿਨਿਸਟਰੀ ਹੈ ਅਤੇ ਇਸ ਨੇ ਮਧਿਆਪਰਦੇਸ਼ ਗਵਰਨਮੈਂਟ ਨਾਲ ਇਹ ਸਮਝੌਤਾ ਕੀਤਾ ਹੈ ਦੋਸਤੋ ਤਾਂ ਕਿ ਆਯੂਸ਼ ਮੈਡੀਸਨਸ ਨੂੰ ਟ੍ਰਾਈਬਲ ਲੋਕਾਂ ਲਈ ਬਿਜ਼ਨਸ ਅਤੇ ਭਾਰਤ ਦੇ ਲੋਕਾਂ ਲਈ ਹੈਲਥ ਹੈ ਸਾਨੂੰ ਮਿਲ ਸਕੇ ਜੀ ਠੀਕ ਹੈ ਤਾਂ ਦੋਸਤੋ ਇਹ ਸੀ ਸਾਡਾ 10ਵਾਂ ਕੁਐਸਚਨ ਤਾਂ ਦੋਸਤੋ ਇਸ ਨਾਲ ਹੀ ਸਾਡੇ ਅੱਜ ਦੇ ਜੋ ਪ੍ਰਸ਼ਨ ਨੇ ਇੰਪੋਰਟੈਂਟ ਕੁਐਸਚਨਸ ਨੇ ਉਹ ਖਤਮ ਹੋ ਚੁੱਕੇ ਨੇ ਜੀ ਅਤੇ ਦੋਸਤੋ ਉਮੀਦ ਕਰਦੇ ਹਾਂ ਇਹ ਸਾਰੇ ਦੇ ਸਾਰੇ ਤੁਹਾਨੂੰ ਚੰਗੀ ਤਰੀਕੇ ਨਾਲ ਸਮਝ ਆ ਗਏ ਹੋਣੇ ਤੁਹਾਨੂੰ ਅੰਡਰਸਟੈਂਡ ਹੋ ਗਏ ਹੋਣੇ ਠੀਕ ਹੈ ਅਤੇ ਜੇ ਸਮਝ ਆ ਗਈ ਦੋਸਤੋ ਇੱਕ ਵਾਰ ਯਸ ਜਾਂ ਨੋ ਜ਼ਰੂਰ ਬੋਲ ਦਿਓ ਜੀ ਠੀਕ ਹੈ ਤਾਂ ਕਿ ਦੋਸਤੋ ਮੈਨੂੰ ਪਤਾ ਲੱਗ ਸਕੇ ਠੀਕ ਹੈ ਅਤੇ ਅਗਲਾ ਜੋ ਸੈਕਸ਼ਨ ਹੈ ਸਾਡਾ ਉਹ ਅਗਲਾ ਸੈਕਸ਼ਨ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਅਗਲਾ ਸੈਕਸ਼ਨ ਪ੍ਰੀਵियस ਈਅਰ ਪੇਪਰ ਨਾਲ ਜੁੜਿਆ ਦੋਸਤੋ ਜੋ ਪਿਛਲੇ ਸੰਡੇ ਨੂੰ ਫਿਸ਼ਰੀ ਡਿਪਾਰਟਮੈਂਟ ਦਾ ਹੋਇਆ ਸੀ ਪੀਟ੍ਰਿਪਲ ਐਸਬੀ ਨੇ ਇਗਜ਼ਾਮ ਲਿਆ ਸੀ ਤੇ ਦੋਸਤੋ ਇਸ ਕੁਐਸ਼ਨਸ ਇਸ ਦੇ ਵਿੱਚ ਜੋ ਕੁਐਸ਼ਨਸ ਆਏ ਨੇ ਉਹਨਾਂ ਬਾਰੇ ਡਿਸਕਸ ਕਰਾਂਗੇ ਠੀਕ ਹੈ ਅਤੇ ਦੋਸਤੋ ਉਸ ਤੋਂ ਪਹਿਲਾਂ ਜੇ ਤੁਹਾਨੂੰ ਦੋਸਤੋ ਪਿਛਲੇ ਦੋਨੋਂ ਸੈਕਸ਼ਨਸ ਸਮਝ ਆਏ ਨੇ ਅੰਡਰਸਟੂਡ ਹੋਏ ਨਹੀਂ ਤਾਂ ਜ਼ਰੂਰ ਸੈਕਸ਼ਨ ਨੂੰ ਦੋਸਤੋ ਇੱਕ ਵਾਰ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਓ ਜਿਨ੍ਹਾਂ ਬੱਚਿਆਂ ਨੇ ਅਜੇ ਤੱਕ ਨਹੀਂ ਲਾਈਕ ਕੀਤਾ ਲਾਈਕ ਕਰ ਸਕਦੇ ਹੋ ਅਤੇ ਜਿਨ੍ਹਾਂ ਨੇ ਸ਼ੇਅਰ ਨਹੀਂ ਕੀਤਾ ਦੁਬਾਰਾ ਤੋਂ ਦੋਸਤੋ ਸ਼ੇਅਰ ਕਰਕੇ ਹੈ ਹਰੇਕ ਬੱਚੇ ਤੱਕ ਇਹਨਾਂ ਨੂੰ ਪਹੁੰਚਾ ਸਕਦੇ ਹੋ ਜੀ ਠੀਕ ਹੈ ਤਾਂ ਜਸਵਿੰਦਰ ਵਰਸਾਤ ਜੀ ਨੇ ਕੁਝ ਕਿਹਾ ਹੈ ਕਿ ਸਰ ਮੈਂ ਐਸਆਈ ਦਾ ਪੇਪਰ ਦੀ ਤਿਆਰੀ ਕਰਨੀ ਹੈ ਮੈਨੂੰ ਦੱਸੋ ਕਿ ਕਿਦਾਂ ਕੋਰਸ ਪਰਚੇਸ ਕਰ ਸਕਦੇ ਹਾਂ ਜਸਵਿੰਦਰ ਪ੍ਰਸਾਦ ਜੀ ਤੁਸੀਂ ਕਾਲ ਕਰਨਾ ਬਾਅਦ ਦੇ ਵਿੱਚ ਠੀਕ ਹੈ ਮੈਨੂੰ ਡੋਂਟ ਰਜਨੀਸ਼ ਕੌਰ ਕਹਿ ਰਹੇ ਨੇ ਕਿ ਮੈਨੂੰ ਕਲੀਅਰ ਨਹੀਂ ਹੈ ਜੀ ਠੀਕ ਹੈ ਰਜਨੀਸ਼ ਕੌਰ ਦੱਸੋ ਰਜਨੀਸ਼ ਕਿਹੜੀਆਂ ਜੋ ਤੁਹਾਨੂੰ ਕੁਐਸਚਨਸ ਕਲੀਅਰ ਨਹੀਂ ਨੇ ਜ਼ਰੂਰ ਦੱਸੋ ਮੈਂ ਕੋਸ਼ਿਸ਼ ਕਰਾਂਗਾ ਕਿ ਜੋ ਕਲੀਅਰ ਨਹੀਂ ਹੈ ਤਾਂ ਤੁਹਾਨੂੰ ਕਲੀਅਰ ਹੋ ਸਕਾਂ ਜੀ ਤਾਂ ਜੀ ਡਾਂਸਰ ਹਾਂ ਜੀ ਤਾਂ ਕਾਫੀ ਬੱਚੇ ਆਨਸਰਸ ਵੀ ਦੇਣੇ ਸਟਾਰਟ ਕਰ ਦਿੱਤੇ ਨੇ ਕਾਫੀ ਬੱਚਿਆਂ ਨੇ ਆ ਡਿਸਲਾਈਕ ਵਾਲਾ ਹਾਂਜੀ ਡਿਸਲਾਈਕ 2-3 ਜ਼ਰੂਰ ਆਉਂਦੇ ਨੇ ਹਰ ਰੋਜ਼ ਜਸਪਾਲ ਗਰਗ ਠੀਕ ਹੈ ਲੇਕਿਨ ਮੈਨੂੰ ਵੀ ਬੜੀ ਚਲੋ ਖੁਸ਼ੀ ਵੀ ਹੁੰਦੀ ਹੈ ਅਤੇ ਕਿਉਂਕਿ ਡਿਸਲਾਈਕ ਕਰਨ ਲਈ ਵੀ ਸ਼ਾਇਦ ਉਹ ਪੂਰਾ ਸੈਸ਼ਨ ਦੇਖਦੇ ਹੋਣੇ ਫਿਰ ਡਿਸਲਾਈਕ ਕਰਦੇ ਹੋਣੇ ਤਾਂ ਲੇਕਿਨ ਕਿਤੇ ਨਾ ਕਿਤੇ ਥੋੜਾ ਜਿਹਾ ਮੈਂ ਵੀ ਹੈਰਾਨ ਜ਼ਰੂਰ ਹੁੰਨੇ ਜਿਵੇਂ ਸ਼ਾਇਦ ਤੁਸੀਂ ਹੋ ਰਹੇ ਹੋ ਤਾਂ ਦੇਖਾ ਕਹਿ ਰਹੇ ਨੇ ਕਿ ਜਸਪਾਲ ਨੇ ਹੀ ਡਿਸਲਾਈਕ ਕੀਤਾ ਹੈ ਜੀ ਚਲੋ ਪਹਿਲਾ ਪ੍ਰਸ਼ਨ ਹੈ ਦੋਸਤੋ ਠੀਕ ਹੈ ਕਿ ਭਗਤ ਸਿੰਘ ਨੇ ਹੈ ਦੋਸਤੋ ਜੋ ਸੈਂਟਰਲ ਅਸੈਂਬਲੀ ਹਾਲ ਦੇ ਵਿੱਚ 1929 ਦੇ ਵਿੱਚ ਜੋ ਬੰਬ ਸਿੱਟਿਆ ਸੀ ਮੈਂ ਦੇਖੋ ਨਾਲ-ਨਾਲ ਤੁਹਾਨੂੰ ਹੋਰ ਵੀ ਪ੍ਰਸ਼ਨ ਦੱਸ ਦਾਂਗਾ ਜੋ ਇਹ ਬੰਬ ਹੈ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਵਿੱਚ ਸੁੱਟਿਆ ਸੀ ਦੋਸਤੋ ਉਹਨਾਂ ਨਾਲ ਕੌਣ ਸੀ ਤਾਂ ਉਹਨਾਂ ਨਾਲ ਦੋਸਤੋ ਬੰਬ ਜੋ ਸਿੱਟਣ ਵਾਲੇ ਸੀ ਬਟਕੇਸ਼ਵਰ ਦੱਤ ਜੀ ਠੀਕ ਹੈ ਯਾਦ ਰੱਖਣਾ दोस्तों सब तो पहला ये जो पी डी एफ है थोड़े ना मैं शेयर कराँगा आफ्टर दिस सैशन तो साग्राम चैनल न भी जुड़ सकते हो दोस्तों हर रोज़ ये जो करंट अफेयर मैं पढ़ा उसकी पी डी एफ भी अवेलेबल होंगी है दोस्तों दूजा प्रश्न है काफ़ी धुंधला है लेकिन मैं बोल दिना कि दोस्तों मॉडर्न ओलंपिक्स ठीक है मॉडर्न ओलंपिक्स है ਕਿ ਸਭ ਤੋਂ ਪਹਿਲੀ ਵਾਰ ਹੈ ਕਿਸ ਦੇਸ਼ ਦੇ ਵਿੱਚ ਹੋਈ ਸੀ ਤਾਂ ਦੋਸਤੋ ਸਹੀ ਆਨਸਰ ਹੈ ਐਥਨਸ ਦੇ ਵਿੱਚ ਹੋਈ ਸੀ ਜੀ ਅਤੇ ਦੋਸਤੋ ਇਹ 1896 ਦੇ ਵਿੱਚ ਹੋਈ ਸੀ ਇੰਡੀਆ ਦੇ ਵਿੱਚ ਇਹ ਕਦੇ ਵੀ ਨਹੀਂ ਹੋਈ ਅਤੇ ਦੋਸਤੋ ਨਾਲ ਹੀ ਨਾਲ ਤੁਹਾਨੂੰ ਯਾਦ ਹੋਏਗਾ ਬਹੁਤ ਵਾਰ ਪੜ੍ਹ ਲਿਆ ਫਿਲਹਾਲ ਟੋਕਿਓ 24 ਦੇ ਵਿੱਚ ਪੈरिस ਜਾਵਾਂਗੇ 2028 ਦੇ ਵਿੱਚ ਲਾਸ ਐਂਜਲਸ ਜਾਵਾਂਗੇ ਅਤੇ 2032 ਦੇ ਵਿੱਚ ਦੋਸਤੋ ਅਸੀਂ ਬ੍ਰਿਸਪਨ ਜਾਵਾਂਗੇ ਜੀ ਠੀਕ ਹੈ ਫਿਰ ਦੋਸਤੋ ਅਗਲਾ ਕੁਐਸਚਨ ਹੈ ਕਿ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦਾ ਹੈੱਡਕੁਆਟਰ ਕਿੱਥੇ ਹੈ ਜੀ ਠੀਕ ਹੈ ਤਾਂ ਦੋਸਤੋ ਬਹੁਤ ਵਾਰ ਪੜ੍ਹਾ ਆ ਤਾਂ ਠੀਕ ਹੈ ਜੀ ਇਸ ਦਾ ਹੈੱਡਕ आई एल ए तो द्वारा तो अलावा दोस्तों अभी बहुत बार पढ़ चुके हैं वर्ल्ड ट्रेड ऑर्गनाइजेशन वर्ल्ड हैल्थ ऑर्गेनाइजेशन यूनिक टैड दोस्तों यूनाइट नेशन हाई कमीशन फॉर रिफ्यूजीस वर्ल्ड मेट्रोलॉजिकल ऑर्गेनाइजेशन European Center for Nuclear Research ਬਹੁਤ ਸਾਰੇ ਹੈਡਕੁਆਟਰ ਦੋਸਤੋ ਜਨੇਵਾ ਦੇ ਵਿੱਚ ਨੇ ਨਰ ਨਾ ਫਿਰ ਅਗਲਾ ਪ੍ਰਸ਼ਨ ਦੋਸਤੋ ਜੋ ਹੈ ਦਲੀਪ ਕੁਮਾਰ ਦੀ ਜੋ ਦੋਸਤੋ ਜੋ ਹੈ ਕਿਹੜਾ ਅਵਾਰਡ ਮਿਲਿਆ ਸੀ ਇਸ ਨੂੰ ਪਾਕਿਸਤਾਨ ਦੀ ਗਵਰਨਮੈਂਟ ਤੋਂ ਦੋਸਤੋ ਤਾਂ ਦਲੀਪ ਕੁਮਾਰ ਜੀ ਨੂੰ ਪਾਕਿਸਤਾਨ ਦੀ ਗਵਰਨਮੈਂਟ ਤੋਂ ਪਾਕਿਸਤਾਨ ਦਾ ਜੋ ਸਭ ਤੋਂ ਹਾਈਐਸਟ ਪ੍ਰਾਈਜ਼ ਹੈ ਜਿਵੇਂ ਦੋਸਤੋ ਇੰਡੀਆ ਦੇ ਵਿੱਚ ਭਾਰਤ ਰਤਨ ਹੈ ਉਸੇ ਤਰ੍ਹਾਂ ਜੋ ਸਭ ਤੋਂ ਹਾਈਐਸਟ ਪ੍ਰਾਈਜ਼ ਹੈ ਠੀਕ ਹੈ ਇਹ ਜੋ ਪ੍ਰਾਈਜ਼ 1998 ਦੇ ਵਿੱਚ ਮਿਲਿਆ ਸੀ ਦੋਸਤੋ ਅਤੇ ਨਿਸ਼ਾਨ ਇਮਤiaz ਇਸ ਦਾ ਨਾਮ ਸੀ ਠੀਕ ਹੈ ਅਸੀਂ ਕਾਫੀ ਬਾਰ ਇਸ ਦਾ ਜ਼ਿਕਰ ਕਰ ਚੁੱਕੇ ਹਾਂ ਦੋਸਤੋ ਹਰ ਰੋਜ਼ ਦੇ ਕਰੰਟ ਅਫੇਅਰ ਜੋ ਮੈਂ ਪਿਛਲੇ 2-3 ਮਹੀਨੇ ਦੇ ਵਿੱਚ ਪੜਾਏ ਨੇ ਜ਼ਰੂਰ ਤੁਸੀਂ ਰੀਡਿੰਗ ਕਰਕੇ ਜਾਣੀ ਹੈ ਪੇਪਰ ਬਹੁਤ ਨਜ਼ਦੀਕ ਹੈ ਫਿਰ ਦੋਸਤੋ ਇਸਨਲੀ ਆਟੋ ਬਾਇਓਗ੍ਰਾਫੀ ਤੁਹਾਨੂੰ ਯਾਦ ਹੋਏਗੀ ਦਾ ਸਬਸਟੈਂਸ ਐਂਡ ਦਾ ਸ਼ੈਡੋ ਫਿਰ ਦੋਸਤੋ ਅਗਲਾ ਜੋ ਪ੍ਰਸ਼ਨ ਹੈ ਦੱਸਿਆ ਹੈ ਕਿ ਭਾਰਤ ਦੀ ਜੋ ਕਰੰਸੀ ਹੈ ਕਿੰਨੀ ਵਾਰ ਹੈ ਡੀਵੈਲਿਊਏਟ ਹੋ ਚੁੱਕੀ ਹੈ ਤਾਂ ਦੋਸਤੋ ਡੀਵੈਲਿਊਏਟ ਦਾ ਮਤਲਬ ਹੁੰਦਾ ਹੈ ਜਦੋਂ ਕਰੰਸੀ ਦੀ ਵੈਲਿਊ ਯੂ ਐਸ ਡਾਲਰ ਦੇ ਮੁਕਾਬਲੇ ਘਟ ਗਈ ਹੋਵੇ ਦੋਸਤੋ ਮੰਨ ਲਓ ਕਿ ਦੋਸਤੋ 1 US ਡਾਲਰ ਦੀ ਕੀਮਤ ਹੈ 70 ਰੁਪਏ ਅਤੇ ਇਸ ਤੋਂ ਘਟ ਕੇ ਇਹ 75 ਰੁਪਏ ਹੋ ਗਈ ਹੋਵੇ ਇਹਦਾ ਮਤਲਬ ਹੁੰਦਾ ਦੋਸਤੋ ਕਿ ਰੁਪਈ ਦੀ ਵੈਲਿਊ ਹੈ ਘਟ ਚੁੱਕੀ ਹੈ 70 ਤੋਂ 75 ਹੋ ਚੁੱਕੀ ਹੈ ਤਾਂ ਦੋਸਤੋ ਇਹ ਜੋ ਵੈਲਿਊ ਘਟ ਹੁੰਦੀ ਹੈ ਦੋ ਤਰੀਕੇ ਨਾਲ ਹੋ ਸਕਦੀ ਹੈ ਦੋਸਤੋ ਜਾਂ ਤਾਂ ਦੋਸਤੋ ਮਾਰਕੀਟ ਦੇ ਵਿੱਚ ਡਿਮਾਂਡ ਸਪਲਾਈ ਦੇ ਕਾਰਨ ਠੀਕ ਹੈ ਡਿਮਾਂਡ ਸਪਲਾਈ ਦੇ ਕਾਰਨ ਇਹ ਜੇ ਵੈਲਿਊ ਘਟਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਯਾਦ ਰੱਖਣਾ ਜੀ ਉਸ ਨੂੰ ਕਿਹਾ ਜਾਂਦਾ ਹੈ ਡੈਪਰੀਸੀਏਸ਼ਨ ਡੈਪਰੀਸੀਏਸ਼ਨ ਅਗਰ ਇਸ ਜੋ ਵੈਲਿਊ ਨੂੰ ਘਟਾਉਣ ਦੇ ਵਿੱਚ ਠੀਕ ਹੈ ਗਵਰਨਮੈਂਟ ਦਾ ਰੋਲ ਹੋਵੇ ਜੇ ਗਵਰਨਮੈਂਟ ਇਹ ਵੈਲਿਊ ਘਟਾਉਂਦੀ ਹੈ ਉਸ ਨੂੰ ਅਸੀਂ ਬੋਲਦੇ ਹਾਂ ਜੀ ਡੀਵੈਲਿਊਸ਼ਨ ਤੇ ਦੋਸਤੋ ਗਵਰਨਮੈਂਟ ਨੇ ਵੀ ਅੱਜ ਤੱਕ ਇਹ ਤਿੰਨ ਵਾਰ ਹੈ ਇਸ ਨੂੰ ਘਟਾਇਆ ਹੈ ਠੀਕ ਹੈ ਕਦੋਂ-ਕਦੋਂ ਘਟਾਇਆ 1949 1966 ਅਤੇ 1991 ਅਤੇ ਦੋਸਤੋ ਆਮ ਕਰਕੇ ਇਸ ਡੀਵੈਲਿਊਸ਼ਨ ਨੂੰ ਕੀਤਾ ਜਾਂਦਾ ਹੈ ਤਾਂ ਕਿ ਜੋ ਐਕਸਪੋਰਟਸ ਨੇ ਐਕਸਪੋਰਟਸ ਨੂੰ ਵਧਾਇਆ ਜਾ ਸਕੇ ਐਕਸਪੋਰਟਸ ਨੂੰ ਵਧਾਉਣ ਕਰਕੇ ਇਹ ਡੀਵੈਲਿਊਸ਼ਨ ਕੀਤੀ ਜਾਂਦੀ ਹੈ ਤਾਂ ਯਾਦ ਰੱਖਣਾ ਦੋਸਤੋ ਪੂਰਾ ਜੋ ਹੈ ਪੂਰੀ ਤਰੀਕੇ ਨਾਲ ਜੇ ਨਹੀਂ ਸਮਝ ਆਇਆ ਮੈਂ ਕੱਲ ਦੱਸਾਂਗਾ ਕਿਉਂਕਿ ਹੁਣ ਵਕਤ ਥੋੜਾ ਘਟ ਹੈ ਲਾਸਟ ਦੇ ਵਿੱਚ ਸਾਡੇ ਕੋਲ ਲੇਕਿਨ ਐਕਸਪੋਰਟ ਨੂੰ ਵਿਦ ਆਨਲੀ ਹੈ ਡੀਵੈਲੂਏਸ਼ਨ ਕੀਤੀ ਜਾਂਦੀ ਹੈ ਡੀਵੈਲੂਏਸ਼ਨ ਦਾ ਮਤਲਬ ਹੈ ਕਿ ਜੋ ਗਵਰਨਮੈਂਟ ਹੈ ਇੰਡੀਅਨ ਕਰੰਸੀ ਦੀ ਵੈਲਿਊ ਨੂੰ ਘਟਾ ਦੇਵੇ ਠੀਕ ਹੈ ਗਵਰਨਮੈਂਟ ਕਿਉਂ ਚਾਹੇਗੀ ਕਿਉਂਕਿ ਗਵਰਨਮੈਂਟ ਚਾਹੁੰਦੀ ਹੈ ਕਿ ਐਕਸਪੋਰਟ ਵਧੇ ਸਾਡਾ ਜੀ ਠੀਕ ਹੈ दोस्तों फिर अखीरला जो क्वेश्चन है जो आया सी वो ए आया सी जी कि दोस्तों दसना है कि जो साड़ी लाफिंग गैस है ठीक है जो दोस्तो जिसनों सूंघ है लोगों की जो हसी है रुकती ही नहीं तो जो लाफिंग गैस है किसनू कहा जाता है तो लाफिंग गैस दोस्तों कहा जाता है नाइट्रस ऑक्साइड जी ठीक है नाइट्रस ऑक्साइड लाफिंग गैस है कहा जाता है तो दोस्तों फिशरी डिपार्टमेंट न जुड़े क्वेश्चन इस कुछ भी क्वेश्चन ने ठीक है जो प्रीवियस ईयर के ने दोस्तों पेपर नहीं है ਦੇਖੋ ਇਹ ਤਾਂ ਮੈਂ ਬਿਲਕੁਲ ਪੇਪਰ ਹੀ scan ਕੀਤਾ ਹੋਇਆ ਹੈ ਦੋਸਤੋ ਇਹ ਪੇਪਰ ਨਹੀਂ ਹੈ ਲੇਕਿਨ ਇਹ ਪ੍ਰੀਵੀਅਸ ਇਅਰ ਪੇਪਰ ਹੀ ਨੇ 2016 ਦੇ ਵਿੱਚ ਆ 15 ਦੇ ਵਿੱਚ ਦੋਸਤੋ ਪੀਟਰੀਪਲਸਬੀ ਦਾ ਇੱਕ ਕੁਐਸਚਨ ਪੇਪਰ ਹੈ ਇਸਦੇ ਵੀ ਕੁਝ ਕੁਐਸਚਨ ਤੁਹਾਡੇ ਨਾਲ ਮੈਂ ਡਿਸਕਸ ਕਰ ਰਿਹਾ ਜਿਵੇਂ ਕਿ ਦੋਸਤੋ ਜਲਿਆਂਵਾਲਾ ਬਾਗ ਜੋ ਮਸਾਕਰ ਹੈ ਕਦੋਂ ਹੋਈ ਸੀ 1919 ਦੇ ਵਿੱਚ ਹੋਈ ਸੀ ਠੀਕ ਹੈ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਮੈਂ ਉਹ ਕਰ ਪਾਉਂਗਾ ਕਿਉਂਕਿ ਟਾਈਮ ਤੁਹਾਡੇ ਕੋਲ ਥੋੜਾ ਘੱਟ ਹੈ ਦੋਸਤੋ ਲੇਕਿਨ ਕੁਝ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ ਤੁਸੀਂ ਖੁਦ ਲਿਖ ਸਕਦੇ ਹੋ 1919 ਦੇ ਵਿੱਚ ਹੋਇਆ ਦੋਸਤੋ ਵਿਰੋਧ ਕਰ ਰਹੇ ਸੀ ਕਿਉਂਕਿ ਅੰਮ੍ਰਿਤਸਰ ਦੇ ਜਿਹੜੇ ਵੱਡੇ ਲੀਡਰ ਸੀ ਜਿਨ੍ਹਾਂ ਦਾ ਜੋ ਨਾਮ ਹੈ ਜੀ ਉਹਨਾਂ ਦਾ ਜੋ ਦੋ ਵੱਡੇ ਲੀਡਰ ਸੀ ਮੇਰੇ ਵੀ ਇੱਕ ਡਾਕਟਰ ਸਾਹਿਬ ਜੀ ਸਤਪਾਲ ਜੈਨ ਅਤੇ ਦੂਜੇ ਸੀ ਜੀ ਸੈਫੁਦੀਨ ਕਿਚਲੂ ਇਹ ਦੋਨੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਫਿਰ ਆਫੀਸ਼ੀਅਲੀ ਕਿੰਨੇ ਲੋਕ ਮਰੇ ਜਲਿਆਂਵਾਲਾ ਬਾਗ ਦੇ ਵਿੱਚ 789 ਲੋਕ ਮਰੇ ਦੋਸਤੋ ਫਿਰ ਇਸ ਦੀ ਉੱਪਰ ਦੋਸਤੋ ਇਨਕੁਆਇਰੀ ਜੋ ਬਿਠਾਈ ਗਈ ਸੀ ਉਹ ਕਿਸ ਕਮਿਸ਼ਨ ਨੂੰ ਬਿਠਾਇਆ ਗਿਆ ਸੀ ਹੰਟਰ ਕਮਿਸ਼ਨ ਨੂੰ ਬਿਠਾਇਆ ਗਿਆ ਸੀ ਜਿਸ ਦੇ ਵਿੱਚ ਜਨਰਲ ਡਾਇਰ ਨੂੰ ਕਲੀਨ ਸ਼ੀਟ ਦਿੱਤੀ ਸੀ ਹਰ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਫਿਰ ਦੋਸਤੋ ਮੌਰੀਨ ਐਮਪਾਇਰ ਹੈ ਦੋਸਤੋ ਨੂੰ ਹੈ ਕਿਸ ਨੇ ਐਸਟੈਬਲਿਸ਼ ਕੀਤਾ ਸੀ ਚੰਦਰਗੁਪਤ ਮੌਰੀਆ ਨੇ ਕੀਤਾ ਸੀ कि इंडस वैली सिविलाइजेशन ठीक है, ओ, है इंडिया ਦੇ ਵਿੱਚ ਦੋਸਤੋ ਇਹਨਾਂ ਵਿੱਚੋਂ ਕਿਹੜੀ ਸਾਈਟ ਹੈ ਜੋ ਇੰਡਸ ਵੈਲੀ ਸਿਵिलाइजेशन ਨਾਲ ਜੁੜੀ ਹੈ ਤਾਂ ਉਹ ਲੋਥਲ ਦੇ ਵਿੱਚ ਹੈ ਗੁਜਰਾਤ ਦੇ ਵਿੱਚ ਢੋਲਾਵੀਰਾ ਵੀ ਗੁਜਰਾਤ ਦੇ ਵਿੱਚ ਸੀ ਮੋਹਨਜੋਦੜੋ ਗੋਮਲਾ ਐਂਡ ਹੜੱप्पा ਇਹ ਤਿੰਨੇ ਪਾਕਿਸਤਾਨ ਦੇ ਵਿੱਚ ਨੇ ਜੀ ਫਿਰ ਦੋਸਤੋ ਬ੍ਰਹਮੋ ਸਮਾਜ ਨੂੰ ਕਿਸ ਨੇ ਬਣਾਇਆ ਸੀ ਬ੍ਰਹਮੋ ਸਮਾਜ ਨੂੰ ਰਾਜਾਰਾਮ ਮੋਹਨ ਰਾਏ ਨੇ ਬਣਾਇਆ ਸੀ ਜਿਨ੍ਹਾਂ ਨੂੰ ਫਰਸਟ ਮਾਡਰਨ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ ਹੈ ਜੀ ਫਿਰ ਜੋ ਕੁੱਕਾ ਮੂਵਮੈਂਟ ਹੈ ਕਿਸ ਨੇ ਸ਼ੁਰੂਆਤ ਕੀਤੀ 19ਵੀਂ ਸਦੀ ਦੇ ਵਿੱਚ ਦੋਸਤੋ ਦਿਆਲ ਸਿੰਘ ਹਰਪਾਲ ਸਿੰਘ ਭੋਲਾ ਸਿੰਘ ਐ ਭਾਈ ਰਾਮ ਸਿੰਘ ਦੋਸਤੋ ਇਹ ਭਾਈ ਰ ਫੇਰ ਜੀ ਜਦੋਂ ਇੰਡੀਆ ਨੂੰ ਆਜ਼ਾਦੀ ਮਿਲੀ ਸੀ ਉਸ ਵਕਤ ਭਾਰਤ ਦਾ ਪ੍ਰਧਾਨ ਮੰਤਲ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ ਉਸ ਵਕਤ ਭਾਰਤ ਦੇ ਪ੍ਰਧਾਨ ਸੋਰੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੀ ਦੋਸਤੋ ਕਲੀਮੈਂਟ ਐਟਲੀ ਤਾਂ 1945 ਦੇ ਇਲੈਕਸ਼ਨ ਦੇ ਵਿੱਚ ਚਰਚਿਲ ਨੂੰ ਹਰਾ ਕੇ ਕਲੀਮੈਂਟ ਐਟਲੀ ਪ੍ਰਧਾਨ ਮੰਤਰੀ ਬਣਿਆ ਸੀ ਅਤੇ ਨਾਲ ਹੀ ਨਾਲ ਦੋਸਤੋ ਯਾਦ ਰੱਖਣਾ ਹੈ ਕਿ ਇਹ ਸਾਇਮਨ ਕਮਿਸ਼ਨ ਜੋ ਹਿੰਦੁਸਤਾਨ ਦੇ ਵਿੱਚ 1928 ਦੇ ਵਿੱਚ ਆਇਆ ਸੀ ਉਸ ਕਮਿਸ਼ਨ ਦਾ ਵੀ ਇਹ ਮੈਂਬਰ ਹੋਇਆ ਕਰਦਾ ਸੀ ਫਿਰ ਗਾਂਧੀ ਜੀ ਨੇ ਡੂ অর ਡਾਈ ਕਦੋਂ ਕਿਹਾ ਗਾਂਧੀ ਜੀ ਨੇ ਡੂ অর ਡਾਈ ਜੋ ਹੈ 1942 ਦੇ ਵਿੱਚ ਕੁਇਟ ਇੰਡੀਆ ਮੂਵਮੈਂਟ ਦੇ ਦੌਰਾਨ ਕਿਹਾ ਜੀ ਫਿਰ ਦੋਸਤੋ ਇੰਡੀਆ ਦੇ ਪਹਿਲੇ ਡਿਫੈਂਸ ਮਿਨਿਸਟਰ ਕੌਣ ਸੀ ਇੰਡੀਆ ਦੇ ਪਹਿਲੇ ਡਿਫੈਂਸ ਮਿਨਿਸਟਰ ਬਲਦੇਵ ਸਿੰਘ ਸੀ ਜੀ ਜੋ ਦੋਸਤੋ ਵੱਲਭਾਈ ਪਟੇਲ ਹੋਮ ਮਿਨਿਸਟਰ ਸੀ ਡਿਪਟੀ ਪ੍ਰਾਈਮ ਮਿਨਿਸਟਰ ਸੀ ਠੀਕ ਹੈ ਫਿਰ ਦੋਸਤੋ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਹੈ ਕਿਸ ਨੇ ਬਣਾ ਵਿਸ਼ੇਸ਼ ਆਫੀਸਰ ਇਹੋ ਹਿਊਮ ਨੇ ਬਣਾਇਆ ਜੀ ਦਰਬਾਰ ਸਾਹਿਬ ਸ਼੍ਰੀ ਹਰਮਿੰਦਰ ਸਾਹਿਬ ਦੀ ਜੋ ਨੀਂ ਪੱਥਰ ਹੈ ਦੋਸਤੋ ਕਿਸ ਨੇ ਰੱਖੀ ਸੀ ਸਭ ਨੂੰ ਪਤਾ ਹੋਏਗਾ ਮੀਆਂ ਮੀਰ ਜੀ ਨੀਂ ਰੱਖੀ ਦੋਸਤੋ ਜੋ ਲਾਹੌਰ ਦੇ ਸੂਫੀ ਸੰਤ ਹੋਇਆ ਕਰਦੇ ਸੀ ਫਿਰ ਜੋ ਇੰਡਸ ਰਿਵਰ ਹੈ ਦੋਸਤੋ ਕਿੱਥੇ origignate ਹੁੰਦਾ ਜੀ ਠੀਕ ਹੈ ਤਾਂ ਦੋਸਤੋ ਇਹ ਜੋ ਇੰਡਸ ਰਿਵਰ ਹੈ ਇਹ ਜੋ ਹੈ ਤਬੀਤਨ ਪਲੇਟਿਨ ਦੇ ਵਿੱਚ ਹੈ origignate ਹੁੰਦਾ ਤਾਂ ਦੋਸਤੋ ਇਹ ਸਾਰੇ ਕੁਐਸਚਨਸ ਨੇ ਤੁਸੀਂ ਇਹ ਫੀਲ ਕਰਦੇ ਹੋਵੋਗੇ ਕਿ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੁੰਦੇ ਲੇਕਿਨ ਮੁਸ਼ਕਿਲ ਦੋਸਤੋ ਫੇਰ ਨਹੀਂ ਲੱਗਦੇ ਜਦੋਂ ਅਸੀਂ ਮਿਹਨਤ ਕੀਤੀ ਹੋਵੇ ਜਦੋਂ ਪੜ੍ਹਾਈ ਕੀਤੀ ਹੋਵੇ ਜੇ ਅਸੀਂ ਪੜ੍ਹਾਈ ਨਹੀਂ ਕੀਤੀ ਮਿਹਨਤ ਨਹੀਂ ਕੀਤੀ ਤਾਂ ਫੇਰ ਦੋਸਤੋ ਮੁਸ਼ਕਿਲ ਹੀ ਲੱਗਣਗੇ ਇੱਕੋ ਇੱਕ ਕੁਐਸਚਨ ਤੁਹਾਡਾ ਠੀਕ ਹੋਣਾ ਚਾਹੀਦਾ ਹੈ ਇੱਕੋ ਇੱਕ ਕੁਐਸਚਨ ਦੋਸਤੋ ਅਤੇ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਦੋਸਤੋ ਕੁਝ ਇਸ ਤਰ੍ਹਾਂ ਦੇ ਜੋ ਕੁਝ ਪ੍ਰੋਗਰਾਮਸ ਹੈ ਇਸ ਤਰ੍ਹਾਂ ਦੇ ਕੁਝ ਸੈਸ਼ਨਸ ਲੈ ਕੇ ਆਵਾਂਗਾ ਜਿਸ ਦੇ ਵਿੱਚ ਹੈ ਦੋਸਤੋ ਤੁਸੀਂ ਉਹਨਾਂ ਸੈਸ਼ਨਸ ਨੂੰ ਲਗਾ ਕੇ ਹੈ ਆਪਣੇ ਜੋ ਪੇਪਰ ਹੈ ਜ਼ਰੂਰ ਮੈਂ ਮੈਂ ਬਲੀਵ ਕਰਦਾ ਹਾਂ ਏਟ ਲੀਸਟ ਕਿ ਜ਼ਰੂਰ ਹੈ ਕਲੀਅਰ ਕਰ ਸਕਦੇ ਤੁਸੀਂ ਮਿਹਨਤ ਕਰੋ ਠੀਕ ਹੈ ਦਬ ਕੇ ਮਿਹਨਤ ਕਰੋ ਜੀ ਅਤੇ ਦੋਸਤੋ ਜੋ ਹੈ ਆਟੋ ਬਾਇਓਗ੍ਰਾਫੀਜ਼ ਨੇ ਠੀਕ ਹੈ ਹਰ ਰੋਜ਼ ਦੀ ਤਰ੍ਹਾਂ ਮੈਂ ਇੱਕ ਵਾਰ ਰਿਪੀਟ ਜ਼ਰੂਰ ਕਰਾਂਗਾ बराक ओਬਾਮਾ ਦੀ ਹੈ ਡ੍ਰੀम्स ਫਰਮ ਮਾਈ ਫਾਦਰ ਠੀਕ ਹੈ ਆਂਦਰ ਕੁਮਾਰ ਗੁਜਰਾਲ ਦੀ ਹੈ ਮੈਟਰਸ ਆਫ ਡਿਸਕ੍ਰੈਸ਼ਨ ਦੋਸਤੋ ਫਿਰ ਉਹ ਸ਼ਾਰਟ ਐਟ ਹਿਸਟਰੀ ਅਨੁਭਵਿੰਦਰਾ ਜਿਸੀ ਗੱਲ ਕੀਤੀ ਸੀ ਜੀ ਦਰਾਈ ਲਾਮਾ ਦੀ ਫ੍ਰੀडम ਇਨ ਐਗਜ਼ਾਈਲ ਠੀਕ ਹੈ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਮਿਸ਼ੇਲ ਉਬਾਮਾ ਦੀ ਬਿਕਮਿੰਗ ਮਿਸ਼ੇਲ ਉਬਾਮਾ ਦੋਸਤੋ ਮੁਹੰਮਦ ਅਲੀ ਦਾ ਗ੍ਰੇਟੈਸਟ ਮਾਈ ओन ਸਟੋਰੀ ਠੀਕ ਹੈ ਜੀ ਇਸ ਤੋਂ ਇਲਾਵਾ ਰਿੱਕੀ ਪੌਂਟਿੰਗ ਦੀ ਐਟ ਦਾ ক্লোਜ਼ ਆਫ ਮਾਈ ਡੋਰ ਸ਼ੇਬ ਅਖਤਰ ਕੰਟਰੋਵਰਸ਼ੀਅਲ ਯੂਅਰਸ ਬੈਨਾਜ਼ਰ ਭੱਟੋ ਵੈਰੀ ਇੰਪੋਰਟੈਂਟ ਡਾਟਰ ਆਫ ਡੈਸਟੀਨੀ ਫੇਜ ਜੀ ਅਨੁਪਮ ਖੇਰ ਲੈਸਨਸ ਲਾਈਫ ਟੋਟ ਮੀ ਇੰਡੀਆ ਵਿਨਸ ਫਰੀडम ਇੰਡੀਆ ਦੇ ਪਹਿਲੇ ਐਜੂਕੇਸ਼ਨ ਮਿਨਿਸਟਰ ਦੀ ਆਟੋ ਬਾਇਓਗ੍ਰਾਫੀ ਹੈ ਜੀ ਫਿਰ ਦੋਸਤੋ ਇੰਡੀਆ ਦਾ ਮੈਪ ਹੈ ਪੰਜਾਬ ਦਾ ਮੈਪ ਹੈ ਕਾਫੀ ਵਾਰ ਪੜਾ ਚੁੱਕੇ ਆਂ ਜੀ ਤੁਹਾਨੂੰ ਠੀਕ ਹੈ ਸ਼ੇਪ ਹੈ ਜੀ ਸਾਡੀ ਟ੍ਰੈਂਗੂਲਰ ਸ਼ੇਪ ਟ੍ਰੈਂਗੂਲਰ ਹੈ ਜੀ ਠੀਕ ਹੈ ਇਹ ਸਾਡੇ ਜੋ ਨੇ ਪਾਕਿਸਤਾਨ ਨਾਲ ਲੱਗਦੇ ਸੂਬੇ ਨੇ ਦੋਸਤੋ ਜੋ ਸਾਊਥ ਨੌਰਥ ਦੇ ਵਿੱਚ ਕਸ਼ਮੀਰ ਲੱਗਦਾ ਹੈ ਈਸ ਦੇ ਵਿੱਚ ਹਿਮਾਚਲ ਹੈ ਵੈਸਟ ਵਿੱਚ ਪਾਕਿਸਤਾਨ ਹੈ ਅਤੇ ਇਧਰ ਦੋਸਤੋ ਰਾਜਸਥਾਨ ਹੈ نیچے ਹਰਿਆਣਾ ਹੈ ਠੀਕ ਹੈ 23 ਜ਼ਿਲ੍ਹੇ ਨੇ 23ਵਾਂ ਜ਼ਿਲ੍ਹਾ 15 ਮਈ ਨੂੰ ਬਣਿਆ ਸੀ ਦੋਸਤੋ 15 ਮਈ ਨੂੰ ਮਲੇਰਕੋਟਲਾ ਸੰਗਰੂਰ ਤੋਂ ਢੋਕੇ ਬਣਿਆ ਸੀ ਇਹ ਸਾਰੀਆਂ ਜੋ ਖਬਰਾਂ ਨੇ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਤਾਂ ਦੋਸਤੋ ਉਮੀਦ ਕਰਦੇ ਹਾਂ सेशन हर रोज दी तरह ਤੁਹਾਨੂੰ ਦੋਸਤੋ ਇੰਟਰਸਟਿੰਗ ਵੀ ਲੱਗਿਆ ਹੋਵੇਗਾ ਅਤੇ ਇੰਟਰਸਟਿੰਗ ਦੇ ਨਾਲ ਨਾਲ ਬਹੁਤ ਸਾਰੀ ਜੋ ਨੌਲੇਜ ਹੈ ਤੁਹਾਨੂੰ ਮਿਲੀ ਹੋਵੇਗੀ ਠੀਕ ਹੈ ਅਤੇ ਇਸੇ ਉਮੀਦ ਨਾਲ ਦੋਸਤੋ ਅੱਜ ਦਾ ਜੋ ਸੈਸ਼ਨ ਹੈ ਕਿ ਤੁਸੀਂ ਬਹੁਤ-ਬਹੁਤ ਪੜਾਈ ਕਰ ਰਹੇ ਹੋਵੋਗੇ ਆਪਣੇ ਪੇਪਰਾਂ ਨੂੰ ਲੈ ਕੇ ਦੋਸਤੋ ਅੱਜ ਦਾ ਸੈਸ਼ਨ ਖਤਮ ਕਰਦੇ ਹਾਂ ਅਤੇ ਕੱਲ ਫੇਰ ਇੱਕ ਹੋਰ ਸੈਸ਼ਨ ਲੈ ਕੇ ਆਵਾਂਗੇ ਤਾਂ ਕਿ ਦੋਸਤੋ ਹੈ ਜੋ ਹੈ ਅਸੀਂ ਹੋਰ ਵੱਧ ਤੋਂ ਵੱਧ ਦੋਸਤੋ ਜੋ ਇਨਫੋਰਮੇਸ਼ਨ ਹੈ ਥੋੜੇ ਤੱਕ ਪਹੁੰਚਾ ਸਕੀਏ ਤਾਂ ਕਿ ਤੁਹਾਡੇ ਪੇਪਰਾਂ ਦੇ ਵਿੱਚ ਜਿੰਨੀ ਹੋ ਸਕੇ ਹੈਲਪ ਹੋ ਸਕੇ ਤਾਂ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸੋ ਮਚੀ ਥੈਂਕ ਯੂ एवरीवन ਅਤੇ ਤੇ ਲਾਈਕ ਜ਼ਰੂਰ ਕਰ ਦੇਣਾ ਜੇ ਤੁਹਾਨੂੰ ਸੈਸ਼ਨ ਪਸੰਦ ਆਵੇ ਤਾਂ